ਤੁ ਜੇ ਮਾਲੂ ਆਪਾ ਇਥੇ 25 30 ਜਾਣੇ ਜਲ ਪਈਏ ਚੌਂਕ ਦੇ ਵਿੱਚ ਵੀ ਆਜੋ ਜੀਨੇ ਸਾਡੇ ਨਾਲ ਲੜਨਾ ਤੇ ਆਜੋ ਅਸੀਂ ਤਾਂ ਤਿਆਰ ਆ ਜੇ ਕੋਈ ਲੜਨਾ ਚਾਹੁੰਦਾ ਉਹ ਇਦਾਂ ਕਰਕੇ ਨਾ ਉਹ ਮੁੰਡੇ ਰੌਲਾ ਪਾਉਂਦੇ ਜਾਣ ਤੇ ਜੋ ਟੇਬਲ ਆ ਗਏ ਉਹਦੇ ਤੇ ਕਿਰਪਾ ਆਉਦੀ ਜਿਹੜਾ ਹਥਿਆਰ ਚੁੱਕਣ ਵਾਲੇ ਹਾਂ ਸ਼ਰਿਆਮ ਨੌ ਜਾਣੇ ਇਕੱਠੇ ਉਹਨੇ ਬਾਥਰੂਮ ਜਬੰਦ ਕਰਤੇ ਵੀ ਤੁਸੀਂ ਦੇਖ ਲਓ ਇੱਕ ਦੂਜੇ ਦੇ ਪੈਰਾਂ ਤੇ ਪੈਰ ਰੱਖ ਕੇ ਖੜੇ ਹੋਏ ਹਾਂ ਅਸੀਂ ਜਿੱਥੇ ਇੱਕ ਬਾਥਰੂਮ ਦੇ ਵਿੱਚ ਸਪੇਸ ਦੋ ਬੰਦਿਆਂ ਦੀ ਹੋਊਗੀ ਤਿੰਨਾਂ ਦੀ ਹੋਊਗੀ ਚਾਰਾਂ ਦੀ ਹੋਊਗੀ ਹੱਦ ਪੰਜਾਂ ਦੀ ਹੋਊਗੀ ਅਸੀਂ ਨੌ ਜਾਣੇ ਇੱਕ ਦੂਜੇ ਦੇ ਉੱਤੇ ਚੜ੍ਹ ਕੇ ਖੜੇ ਮੈਂਗਾ ਵੀ ਸੱਪਾਂ ਦਾ ਸੱਪਾਂ ਦੇ ਘਰਾਂ 'ਚ ਬੈਠੇ ਆਪਾਂ ਤੇ ਪਤਾ ਨਹੀਂ ਉੱਥੇ ਫਿਰ ਜਦੋਂ ਸਾਇਲੈਂਟ ਹੋ ਜਾਂਦਾ ਨਾ ਸਾਰਾ ਕੁਝ ਫਿਰ ਜਾਨਵਰ ਆਪਦੀਆਂ ਆਵਾਜ਼ਾਂ ਕੱਢਦਾ ਹੂੰ ਉਹਨੂੰ ਪਤਾ ਲੱਗਦਾ ਵੀ ਹੁਣ ਲੋਕ ਲੰਘ ਗਏ ਹੁਣ ਆਪਾਂ ਫ੍ਰੀ ਆ ਪਰ ਉੱਥੇ ਜਾਨਵਰਾਂ ਦੀਆਂ ਸਾਨੂੰ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਮਨ 'ਚ ਘਬਰਾਟ ਦਿਲ ਘਬਰਾਉਣ ਲੱਗਾ ਸਾਡਾ ਟੈਨਸ਼ਨ ਸ਼ੁਰੂ ਹੋ ਗਈ ਤੇ ਉਹ ਜਿਹੜੇ 40 ਮਿੰਟ ਸੀਗੇ ਮੈਨੂੰ ਲੱਗਦਾ ਵੀ ਜ਼ਿੰਦਗੀ 'ਚ ਉਹਨਾਂ ਪ੍ਰਮਾਤਮਾ ਦਾ ਨਾਂ ਨਹੀਂ ਕਦੇ ਲਿਆ ਹੋਣਾ ਮੈਂ ਤਿੰਨ ਉਹ 40 ਮਿੰਟ ਮੈਂ ਰੱਬ ਨੂੰ ਯਾਦ ਕੀਤਾ ਵੀ ਹੋਰ ਕੋਈ ਦਿਸਿਆ ਹੀ ਨਹੀਂ ਉਹ ਸਮੇਂ ਮੈਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਸੀਂ ਏਕੇ ਟਾਕ ਸ਼ੋਅ ਤੇ ਤੇ ਬੜਾ ਵਧੀਆ ਲੱਗ ਰਿਹਾ ਮੈਨੂੰ ਅੱਜਕੱਲ ਨਾਵਾ ਕੋਈ ਸਿੱਖਣ ਨੂੰ ਮਿਲ ਰਿਹਾ ਤੇ ਬਹੁਤ ਭਾਵਨਾਵਾਂ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਤੇ ਸਭ ਤੋਂ ਵਧੀਆ ਗੱਲ ਜਿਹੜਾ ਪੋਡਕਾਸਟ ਨੂੰ ਰਿਸਪੌਂਸ ਮਿਲ ਰਿਹਾ ਨਾ ਉਹ ਬੜਾ ਦਿਲੋਂ ਰਿਸਪੌਂਸ ਮਿਲ ਰਿਹਾ ਕੋਈ ਫਾਰਮੈਲਟੀ ਦੇ ਤੌਰ ਤੇ ਕਮੈਂਟਸ ਨਹੀਂ ਹੁੰਦੇ ਔਰ 8 8 10 10 ਲਾਈਨਾਂ ਦੇ ਤੁਹਾਡੇ ਜਿਹੜੇ ਕਮੈਂਟ ਨੇ ਇੱਕ ਤਰ੍ਹਾਂ ਦੀ ਭਾਵਨਾਵਾਂ ਕਹਿ ਲਓ ਮੈਂ ਮਹਿਸੂਸ ਕਰ ਸਕਦਾ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਸਵਾਗਤ ਹੈ ਭਾਈ ਕੁਲਦੀਪ ਜੀ ਕਿਵੇਂ ਹੋ ਠੀਕ ਹੈ ਜੀ ਸ ओके ਕਿਉਂਕਿ ਇਹ ਉਸ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਫਿਰ ਮੈਨੂੰ ਹੁੰਦਾ ਕਿ ਇਹ ਰਿਕਾਰਡ ਕਿਉਂ ਨਹੀਂ ਹੋਈ ਹਾਂਜੀ ਜਿੱਦਾਂ ਹੁਣ ਆਪਾਂ ਨਾਰਮਲੀ ਜਦੋਂ ਗੈਸਟ ਨਾ ਪਹਿਲਾਂ ਬੈਠ ਜਾਂਦੇ ਫਿਰ ਮੋਸਟਲੀ ਗੱਲਾਂ ਪਹਿਲਾਂ ਹੋ ਜਾਂਦੀਆਂ ਹਾਂਜੀ ਸਹੀ ਗੱਲ ਹੈ ਸਿੱਧਾ ਮਾਈਕ ਤੇ ਆ ਕੇ ਬੈਠੋ ਹੌਣ ਹਾਲ ਚਾਲ ਦੱਸੋ ਕਿਵੇਂ ਹੋ ਬਸ ਬਹੁਤ ਵਧੀਆ ਬੜੀ ਖੁਸ਼ੀ ਦੀ ਗੱਲ ਆ ਅੱਜ ਤੁਹਾਡੇ ਰੂਬਰੂ ਹੋਏ ਆ ਥੈਂਕ ਯੂ ਤੁਹਾਡੇ ਦਰਸ਼ਨ ਕਰਨ ਨੂੰ ਮਿਲੇ ਸਾਨੂੰ ਅੱਜ ਬਈ ਜੀ ਮੈਂ ਖੁਸ਼ ਨਸੀਬ ਆ ਵੀ ਮੈਂ ਅਮਰੀਕਾ ਤੋਂ ਮੁੜ ਕੇ ਆ ਕੇ ਤੁਹਾਨੂੰ ਮਿਲਿਆ ਅਰੇ ਨਹੀਂ ਨਹੀਂ ਥੈਂਕ ਯੂ ਨਹੀਂ ਤੁਸੀਂ ਇੰਨੇ ਵਧੀਆ ਕੰਮ ਕਰਦੇ ਹੋ ਤੁਸੀਂ ਬੜੇ ਲੋਕਾਂ ਦੀ ਸੇਵਾ ਕਰਦੇ ਆ ਯਾਰ ਹਰ ਇੱਕ ਬੰਦੇ ਦੇ ਮਨ ਚ ਆਉਂਦਾ ਜਿਹੜਾ ਬੰਦਾ ਸਹੀ ਆ ਮੇਰਾ ਵੀ ਜੀ ਕਰਦਾ ਪਰ ਫੈਮਲੀ ਕਰਕੇ ਟਾਈਮ ਕੱਢਣਾ ਥੋੜਾ ਜਿਹਾ ਔਖਾ ਹੋ ਜਾਂਦਾ ਆ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹਨਾ ਕਿ ਜਿਹੜਾ ਪੋਡਕਾਸਟ ਸੁਣ ਰਹੇ ਨੇ ਇਹ ਬੜਾ ਹੀ ਇੱਕ ਇਨਸਪਾਇਰਿੰਗ ਜਿਹਾ ਪੋਡਕਾਸਟ ਹੋਇਆ ਕਿਉਂਕਿ ਭਾਈ ਜੀ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਗਏ ਸੀ ਜਿਹਨਾਂ ਨੂੰ ਡੌਂਕੀ ਦਾ ਮਤਲਬ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦੇਣਾ ਕਿ ਇੱਕ ਇਲੈਗਲ ਤਰੀਕੇ ਨਾਲ ਬੰਦਾ ਜਦੋਂ ਆਊਟ ਆਫ ਕੰਟਰੀ ਜਾਂਦਾ ਉਹਨੂੰ ਡੌਂਕੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਐਕਸਪੀਰੀਅੰਸ ਭਾਈ ਆਪਣਾ ਸ਼ੇਅਰ ਕਰਨਗੇ ਉਹ ਇਸੇ ਲਈ ਸ਼ੇਅਰ ਕਰ ਰਹੇ ਨੇ ਕਿ ਕੋਈ ਹੋਰ ਮਾ ਦਾ ਪੁੱਤ ਨਾ ਜਾਵੇ ਕਿਉਂਕਿ ਇਹ ਇਨਸਪਾਇਰ ਕਰਨ ਲਈ ਨਹੀਂ ਆਏ ਲੋਕਾਂ ਨੂੰ ਕਿ ਜੇ ਬਾਹਰਲੀ ਕੰਟਰੀ ਦੇ ਵਿੱਚ ਠੀਕ ਹੈ ਤੁਸੀਂ ਜਾਣਾ ਹੈ ਕੋਈ ਮਜਬੂਰੀ ਹੈ ਤੁਹਾਡਾ ਮਨ ਹੈ ਤਾਂ ਤੁਸੀਂ ਰਾਈਟ ਵੇ ਨਾਲ ਜਾਓ ਸਹੀ ਤਰੀਕੇ ਨਾਲ ਜਾਓ ਪਰ ਜਿਹੜੇ ਤਰੀਕੇ ਨਾਲ ਬਾਈ ਹੋ ਕੇ ਆਏ ਨੇ ਅੱਜ ਅਸੀਂ ਪੂਰਾ ਤਜਰਬਾ ਕੀ ਕਿਵੇਂ ਜੰਗਲਾਂ ਦੇ ਵਿੱਚ ਰਹੇ ਕਿਵੇਂ ਸਮੁੰਦਰ ਪਾਰ ਕੀਤੇ ਮੌਤ ਬਾਈ ਨੇ ਬੜੀ ਵਾਰੀ ਆਪਣੇ ਸਾਹਮਣੇ ਉਹ ਦੇਖੀ ਹੈ ਤੇ ਅੱਜ ਜੇ ਹੈਗੇ ਨੇ ਪ੍ਰਮਾਤਮਾ ਦਾ ਸ਼ੁਕਰ ਹੈ ਬਾਈ ਕਿਵੇਂ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮਹਿਸੂਸ ਵੀ ਆ ਵੀ ਫੈਮਿਲੀ 'ਚ ਆ ਗਏ ਜੀ ਉਦੋਂ ਵੀ ਮੈਂ ਮੈਰਿਡ ਸੀ ਜਦੋਂ ਮੈਂ ਬਾਹਰ ਗਿਆ ਸੀ ਤਾਂ ਚਲੋ ਅੱਜ ਮੈਂ ਖੁਸ਼ ਆ ਚਲੋ ਦੁੱਖ ਤਾਂ ਹੁੰਦਾ ਵੀ ਬੰਦੇ ਦਾ ਪੈਸੇ ਦਾ ਲਾਸ ਹੋ ਜਾਂਦਾ ਹੈ ਹਨਾ ਵੀ ਦੀ ਉਹ ਤੋਂ 23 ਲੱਖ ਰੁਪਇਆ ਲੱਗ ਗਿਆ ਸੀਗਾ ਬਟ ਉਹਨਾਂ ਆਪਣੀ ਫੈਮਿਲੀ 'ਚ ਬੈਠੇ ਆ ਕੰਮ ਕਰਦੇ ਇੱਕ ਮਨ ਕਰ ਲਿਆ ਵੀ ਇੱਕ ਕੰਮ ਕਰ ਲੋ ਬਸ ਉਹ ਹੀ ਬੈਸਟ ਆ ਵੀ ਇਹ ਕਿਤੇ ਇੱਧਰ ਦੌੜ ਦੌੜ ਲਾ ਲਈ ਜਾਂ ਉੱਧਰ ਨੂੰ ਲਾ ਲਈ ਉਹਦਾ ਕੋਈ ਫਾਇਦਾ ਨਹੀਂ ਹੈਗਾ ਗਾ ਸਿਲਸਿਲਾ ਸ਼ੁਰੂ ਕਿੱਥੋਂ ਹੋਇਆ ਬਾਈ ਕਿੱਥੋਂ ਮਨ ਦੇ ਵਿੱਚ ਆਇਆ ਕਿ ਤੁਸੀਂ ਬਾਹਰ ਜਾਣਾ ਤਕਰੀਬਨ ਲੱਗਦਾ ਹੈ 2013-14 ਦੀ ਗੱਲ ਹੈ ਤੁਹਾਡੇ ਮੇਰੇ ਨਾ ਮਾਮਾ ਜੀ ਦਾ ਸਾਡੂ ਸੀਗਾ ਉਹ ਅਮਰੀਕਾ ਰਹਿੰਦੇ ਸੀਗੇ ਉਹ ਜਦੋਂ ਅਮਰੀਕਾ ਤੋਂ ਆਉਣਾ ਤੇ ਸਾਡੇ ਮੇਰੇ ਮਾਮਾ ਜੀ ਨੇ ਜੇ ਮੰਨ ਲਓ ਸਾਡੇ ਆ ਜਾਣਾ ਇੱਧਰ ਕੋੜੂਪੁਰੇ ਆ ਜਾਣਾ ਤਾਂ ਸਾਡੇ ਘਰਦਿਆਂ ਨੇ ਬੜਾ ਉਹਦਾ ਇੱਜ਼ਤ ਮਾਨ ਇੱਜ਼ਤ ਕਰਨਾ ਕਿ ਇਹ ਬੰਦਾ ਅਮਰੀਕਾ ਤੋਂ ਆਇਆ ਹੈ ਨਾ ਤੇ ਘਰਦਿਆਂ ਨੇ ਕਿਹਾ ਵੀ ਸੀ ਮੇਰੇ ਬਾਰੇ ਉਹ ਵੀ ਸਾਡਾ ਤੁਸੀਂ ਇਹ ਮੁੰਡਾ ਤੁਸੀਂ ਲੈ ਜਾਓ ਬਾਹਰ ਬੜਾ ਉਹਨਾਂ ਨੂੰ ਕਹਾਂ ਉਹ ਕਹਿੰਦਾ ਕੋਈ ਨਹੀਂ ਲੈ ਜਾਾਂਗੇ ਜਿਵੇਂ ਸੈਟਿੰਗ ਬੈਠੋ ਚਲੋ ਆਪਾਂ ਨੂੰ ਨਹੀਂ ਪਤਾ ਹੁੰਦਾ ਅਗਲੇ ਦੀ ਅਗਲੇ ਨੂੰ ਪਤਾ ਉਹ ਬਾਹਰ ਰਹਿੰਦਾ ਹੈ ਬਿਲਕੁਲ ਕੀ ਸੋਚ ਅੱਗੇ ਪਿੱਛੇ ਹੋ ਜਾਣਾ ਬੜਾ ਮਾਨ ਇੱਜ਼ਤ ਕਰਨਾ ਸਾਡੇ ਘਰਦਿਆਂ ਨੇ ਇੱਕ ਮੇਰੇ ਤਾਇਆ ਜੀ ਹੈ ਤੇ ਉਹ ਬਾਹਰ ਗਏ ਹੋਇਆ ਹੈ ਤੇ ਉਹ ਸਾਫੂ ਵਾਲਾ ਪਿੰਡ ਆ ਸਾਡਾ ਤੇ ਉਹ ਬੋਪਾਰਾ ਹੀ ਵਜਦੇ ਸੀ ਉੱਥੇ ਉਹ ਗਏ ਹੋਏ ਨੇ ਬਾਹਰ ਉੱਥੇ ਉਹਨਾਂ ਨੂੰ ਵੀ ਮੇਰੇ ਬਾਦਲ ਸਾਹਿਬ ਨੇ ਕਿਹਾ ਵੀ ਐਂ ਕਰਕੇ ਉਹ ਕਹਿੰਦੇ ਕੋਈ ਗੱਲ ਨਹੀਂ ਉਹ ਫਿਰ ਜਦੋਂ ਏਦਾਂ ਆਪਾਂ ਕਿਸੇ ਨੂੰ ਕਹਿੰਨੇ ਆ ਤੇ ਜੇ ਮੰਨ ਲਓ ਕੋਈ ਨਾਂ ਲੈ ਕੇ ਜਾਵੇ ਤਾਂ ਬੰਦੇ ਦੇ ਮਨਚ ਤਾਂ ਆਉਂਦਾ ਹੀ ਆ ਨਾ ਯਾਰ ਜੇ ਨਹੀਂ ਲੈ ਕੇ ਗਏ ਤਾਂ ਅਸੀਂ ਕਿਹੜਾ ਜਾ ਨਹੀਂ ਸਕਦੇ ਬਿਲਕੁਲ ਬਿਲਕੁਲ ਜਾ ਕੇ ਦਿਖਾਵਾਂਗੇ ਜਾ ਕੇ ਜਿੱਦਾਂ ਗਦਰ ਫਿਲਮ ਦੇ ਸੰਨੀ ਦੋਲੇ ਨੇ ਕਿਹਾ ਸੀ ਜੇ ਇੱਕ ਟਾਕ ਆਗੇ ਦੇ ਟੁਕੜੇ ਤੇ ਮੂਹਰ ਨਹੀਂ ਲੱਗੇਗੀ ਤਾਂ ਸੰਨੀ ਜਾ ਨਹੀਂ ਸਕਦਾ ਕਿਹੜਾ ਵੀ ਪਾਕਿਸਤਾਨੀ ਯਾਤਰਾਗੜਾ ਪਾਕਿਸਤਾਨੇ ਉਹ ਗੱਲ ਆ ਜਾਂਦੀ ਹੈ ਨਾ ਤੁਹਾਡੇ ਉਹ ਗਰੈਰੀ ਆ ਗਈ ਜੀ ਵੀ ਜੇ ਇਹਨਾਂ ਨੇ ਮੰਨ ਲਓ ਵੀਜ਼ਾ ਨਹੀਂ ਦੇਣਾ ਸਹੀ ਸਹੀ ਐਗਜ਼ਾਮਪਲ ਟੁੱਕੀ ਤੁਸੀਂ ਹੈ ਨਾ ਕਿ ਗੱਦਰ ਫਿਲਮ ਦੇ ਵਿੱਚ ਉਹਨੇ ਕਹੇ ਸੀ ਕਿ ਜੇ ਇੱਕ ਵੀਜ਼ਾ ਨਹੀਂ ਮਿਲੂਗਾ ਮੈਨੂੰ ਮੈਂ ਕਿਹਾ ਨਹੀਂ ਜਾਣਾ ਤੇ ਤਾਰਾ ਕਿਹੜਾ ਪਾਕਿਸਤਾਨੀ ਯਾਤਰਾਗੜਾ ਤੁਸੀਂ ਹੀ ਲਾਲੀ ਦਿਲ ਚ ਕਿ ਇੱਕ ਪਾਸਪੋਰਟ ਤੇ ਵੀਜ਼ਾ ਨਹੀਂ ਲੱਗਿਆ ਮੈਂ ਜਾ ਕੇ ਦਿਖਾਉਂ ਆ ਵੀ ਜੇ ਹੁਣ ਰਿਸ਼ਤੇਦਾਰਾਂ ਨੇ ਜਾਂ ਕਿਸੇ ਨੇ ਬਾਹ ਨਹੀਂ ਫੜੀ ਤਾਂ ਜੇ ਅਮਰੀਕਾ ਵੀਜ਼ਾ ਨਹੀਂ ਦਿੰਦਾ ਕੋ ਆਪਾਂ ਨੂੰ ਕੋਈ ਗਾਈਡ ਕਰਨਾ ਨਾਲ ਸੀਗਾ ਠੀਕ ਆ ਸਾਨੂੰ ਤਾਂ ਹੀ ਸੀਗਾ ਉਹ ਜਿਹੜਾ ਨਹੀਂ ਵੀਜ਼ਾ ਨਹੀਂ ਦਿੰਦਾ ਯਾਰ ਅਮਰੀਕਾ ਵੀਜ਼ਾ ਨਹੀਂ ਦਿੰਦਾ ਉਹ ਤੁਸੀਂ ਕੋਸ਼ਿਸ਼ ਕੀਤੀ ਸੀ ਵੀਜ਼ਾ ਲਵਾਉਣ ਦੀ ਨਹੀਂ ਸੀ ਨਾ ਬਰਾਹੀਂ ਜੇ ਅਮਰੀਕਾ ਦਾ ਵੀਜ਼ਾ ਨਹੀਂ ਦਿੰਦਾ ਅੱਛਾ ਇਹੀ ਔਰਾ ਬਣਿਆ ਸੀ ਉਹ ਮਾਨ ਚ ਇੱਕ ਚੱਲਦਾ ਸੀ ਅਮਰੀਕਾ ਨੇ ਵੀਜ਼ਾ ਦੇਣਾ ਹੀ ਨਹੀਂ ਪਾਸਪੋਰਟ ਬਣਿਆ ਹੋਇਆ ਸੀ ਹਾਂ ਪਾਸਪੋਰਟ ਤਾਂ ਮੈਂ 2005 ਵਿੱਚ ਬਣਾ ਲਿਆ ਸੀ ਫਿਰ ਅਮਰੀਕਾ ਦੀ ਅਮਰੀਕਾ ਦਾ ਇਹ سلسلہ ਕਿੱਥੋਂ ਬੰਦਾ ਟੱਕਰਿਆ ਜਿੰਨੇ ਕਿਹਾ ਮੈਂ ਅਮਰੀਕਾ ਭੇਜੂਗਾ ਤੁਹਾਨੂੰ ਉਹ ਨਾ ਅੱਛਾ ਤੁਹਾਡੀ ਘਰਾਰੀ ਵੀ ਆਈ ਸੀ ਕਿ ਜਾਣਾ ਵੀ ਅਮਰੀਕਾ ਹੀ ਕੋਈ ਹੋਰ ਕੰਟਰੀ ਹਾਂ ਮੈਂ ਸ਼ੁਰੂ ਤੋਂ ਮੈਂ ਨਾ ਦੇਖੋ ਪਤਾ ਨਹੀਂ ਪ੍ਰਮਾਤਮਾ ਜੋ ਅਸੀਂ ਸੋਚਦੇ ਜੋ ਤੁਸੀਂ ਦਿਲ 'ਚ ਮੈਂ ਇੱਕੋ ਗੱਲ ਸੋਚਦਾ ਹੁੰਦਾ ਸੀ ਮੈਂ ਕਿਾ ਪ੍ਰਮਾਤਮਾ ਵੀ ਇੱਕ ਵਾਰੀ ਮੈਂ ਅਮਰੀਕਾ ਜ਼ਰੂਰ ਜਾਣਾ ਚਾਹੇ ਮੈਨੂੰ ਦੂਜੇ ਤਾਂ ਨਹੀਂ ਵਾਪਸ ਕਰ ਦੇ। ਉਹ ਜਿਵੇਂ ਕਹਿੰਦੇ ਨੇ ਹੁੰਦੇ ਇੱਕ ਫਿਲਮ ਦਾ ਡਾਇਲੋਗ ਸੀਗਾ ਕਿ ਮੈਡਮ ਮੈਨੂੰ ਬਸ ਵੀਜ਼ਾ ਲਾ ਦਿਓ। ਉਹ ਕਹਿੰਦੇ ਕਿੰਨੀ ਦੇਰ ਰਸਤੇ ਜਾਣਾ ਉਹ ਕਹਿੰਦੇ ਭਾਵੇਂ ਇੱਕ ਦਿਨ ਵਾਸਤੇ ਲਾ ਦਿਓ ਮੈਨੂੰ ਕਿਹੜਾ ਮੁੜਨਾ ਹੈ। ਮੁੜਦਾ। ਉਹੀ ਗੱਲ ਆ ਮੈਂ ਕਿਹਾ ਵੀ ਭਾਵੇਂ ਰੱਬਾ ਇੱਕ ਦਿਨ ਅਮਰੀਕਾ ਦਿਖਾ ਦੇ ਪਰ ਦਿਖਾ ਦੇ ਜ਼ਰੂਰ। ਮੈਂ ਹੀ ਸੋਚਦਾ ਹੁੰਦਾ ਸੀ ਵੀ ਇੱਕ ਦਿਨ ਅਮਰੀਕਾ ਜਾਣਾ ਹੀ ਜਾਣਾ ਆ ਕਿਉਂਕਿ ਆਪਣੇ ਜਿਹੜੇ ਆ ਸਾਡੇ ਆਪਣੇ ਦਿਲਾਂ 'ਚ ਹੀ ਹੁੰਦਾ ਯਾਰ ਅ ਪਤਾ ਨਹੀਂ ਹੈ ਕਿ ਉੱਥੇ ਹੈ ਕਿ ਉੱਥੇ ਹੈ ਨਾ ਜਿਹੜੀ ਚੀਜ਼ ਨੂੰ ਆਪਾਂ ਨੂੰ ਪਤਾ ਹੀ ਨਹੀਂ ਉਹ ਚੀਜ਼ ਦੇਖਣ ਨੂੰ ਜੇ ਹਨ ਮੈਂ ਤੁਹਾਨੂੰ ਕਾਲ ਆਈ ਤੇ ਮੈਂ ਤੁਹਾਨੂੰ ਮਿਲਣ ਨੂੰ ਬੜਾ ਹੋ ਗਿਆ ਸੀ ਮੈਂ ਕਿਹਾ ਮੈਂ ਵੀਰੇ ਕੋਲੇ ਜਾਣਾ ਹੀ ਜਾਣਾ ਮੈਂ ਮਿਲਣਾ ਹੀ ਮਿਲਣਾ ਵੀਰੇ ਨੂੰ ਉਹ ਗੱਲ ਆ ਵੀ ਉਵੇਂ ਐ ਲੋਕਾਂ ਨੂੰ ਅਮਰੀਕਾ ਦਾ ਹੈਗਾ ਯਾਰ ਅਮਰੀਕਾ ਚ ਪਤਾ ਨਹੀਂ ਕੀ ਆ ਯਾਰ ਇੱਕ ਵਾਰੀ ਜਾਣਾ ਹੀ ਜਾਣਾ ਮੇਰੇ ਵੀ ਦਿਲ ਚ ਉਹ ਗੱਲ ਸੀ ਯਾਰ ਇੱਕ ਵਾਰੀ ਤਾਂ ਅਮਰੀਕਾ ਦੇਖਣੀ ਹੀ ਦੇਖਣਾ ਵੀ ਮੇਰੀ ਜਿਵੇਂ ਨਾ ਮੈਂ ਤੁਹਾਨੂੰ ਗੱਲ ਦੱਸਦਾ ਮੇਰੇ ਤੋਂ ਪਹਿਲਾਂ ਇੱਕ ਨਾ ਇੱਕ ਫਲਾਈਟ ਗਈ ਸੀ ਕਿ ਬੰਦੇ ਗਏ ਸੀ ਅਮਰੀਕਾ ਨੂੰ ਉਹ ਮੁੰਡਾ ਦੁਬਈ ਚ ਰਹਿੰਦਾ ਸੀਗਾ ਪਹਿਲਾਂ ਵੀ ਮੈਂ ਗੱਲ ਕੀਤੀ ਹੋਈ ਆ ਉਹ ਮੁੰਡਾ ਦੁਬਈ 'ਚ ਰਹਿੰਦਾ ਸੀ ਉਹ ਕਹਿੰਦਾ ਨਾ ਯਾਰ ਜਦੋਂ ਅਸੀਂ ਇੰਡੀਆ ਜਾਂਦੇ ਆ ਦੁਬਈ ਵਾਲੇ ਅਸੀਂ ਵੀ ਲੱਖ ਡੂੜ ਲੱਖ ਰੁਪਈਆ ਦਾ ਕਹਿੰਦਾ ਕਮਾਉਣੇ ਆ ਇੱਥੇ ਕਹਿੰਦਾ ਸਾਡੀ ਉਹਨੀ ਇੱਜ਼ਤ ਨਹੀਂ ਹੁੰਦੀ ਜਿੰਨੀ ਕਹਿੰਦਾ ਕੈਨੇਡਾ ਅਮਰੀਕਾ ਵਾਲੇ ਦੇ ਹੁੰਦੀ ਆ ਤੁਹਾਨੂੰ ਦੁਬਈ ਵਾਲੇ ਨੇ ਕਹਿਤਾ ਉਹ ਦੁਬਈ ਵਾਲਾ ਸੀ ਮੁੰਡਾ ਮੈਨੂੰ ਨਹੀਂ ਕਿਹਾ ਮੈਨੂੰ ਉੱਥੇ ਬੰਦਾ ਮਿਲਿਆ ਸੀਗਾ ਅਮਰੀਕਾ ਦੇ ਵਿੱਚ ਜਦੋਂ ਅਸੀਂ ਉੱਥੇ ਜਿਹੜੀ ਉਹ ਹੁੰਦੇ ਨਾ ਉਹਨੂੰ ਉਹੋ ਜਾਂ ਦੀ ਜਿਵੇਂ ਜੇਲ੍ਹ ਹੋ ਜਾਂਦੀ ਆ ਵੈਸੇ ਮੈਂ ਐਕਸਾਈਟਿਡ ਹਾਂ ਭਾਈ ਜੇਲ੍ਹ ਵਾਲਾ ਪਾਰਸ਼ਨ ਬਾਅਦ ਚੋਂ ਸ਼ੁਰੂ ਕਿੱਥੋਂ ਹੋਇਆ ਇਹ ਸਿਲਸਿਲਾ ਕਿਉਂ ਤੁਸੀਂ ਜਿਹੜਾ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹੋ ਨਾ ਉਹਦੇ ਨਾਲ ਸ਼ਾਇਦ ਕੋਈ ਆਪਣਾ ਪਲਾਨ ਡ੍ਰੌਪ ਕਰ ਦੇਵੇ ਡੌਂਕੀ ਵਾਲਾ ਸ਼ਾਇਦ ਮੈਂ ਬੜਾ ਸੰਗਾਇਆ ਮੈਂ ਇੱਕ ਬੜੀ ਖੂਬਸੂਰਤ ਗੱਲ ਸੁਣੀ ਅੱਜ ਮੈਂ ਪੋਡਕਾਸਟ ਸੁਣ ਰਿਹਾ ਸੀਗਾ ਕਿਸੇ ਦਾ ਕਿਉਂਕਿ ਮੈਨੂੰ ਬੜਾ ਸ਼ੌਂਕ ਹੈ ਬਈ ਸੁਣਨ ਦਾ ਨਾ ਤੇ ਮੈਂ ਜਿਮ ਲੰਦੇ ਲੰਦੇ ਵੀ ਕੰਟਾ ਕੰਟਾ ਢੇੜ ਘੰਟਾ ਪੋਡਕਾਸਟ ਹੀ ਸੁਣਨ ਲੱਗ ਗਿਆ ਹੁਣ ਠੀਕ ਹੈ ਜੀ ਤੇ ਉਹਦੇ ਚ ਨਾ ਗੱਲ ਹੋ ਰਹੀ ਸੀ ਕਹਿੰਦੇ ਜੇ ਇੱਕ ਔਰਤ ਕਰੇ ਕੁੱਟਖਾਰੀ ਹੈ ਵਾਇਲੈਂਸ ਦਾ ਸ਼ਿਕਾਰ ਹੋ ਰਹੀ ਹੈ ਆਪਣੇ ਹਸਬੰਡ ਕੋ ਬਾਰ-ਬਾਰ ਉਹ ਰੋ ਇਹ ਸੋਚ ਕੇ ਆਵਾਜ਼ ਨਹੀਂ ਚ ਉਹ ਵੀ ਬੜੀ ਮਾੜੀ ਹੈ ਕਿ ਜੇ ਉਹ ਇਸ ਡਰ ਤੋਂ ਖਾਰੀ ਕਿ ਮੈਨੂੰ ਰੋਟੀ ਕੌਣ ਦੇਵੇਗਾ ਰੋਟੀ ਕੌਣ ਦੇਵੇਗਾ ਕਿ ਬੰਦਾ ਭਾਵੇਂ ਭੁੱਖਾ ਮਰ ਜਾਵੇ ਪਰ ਜਿਹੜੀ ਆਪਣੀ ਇੱਜ਼ਤ ਹੈ ਨਾ ਜਿਹੜਾ ਆਪਣਾ ਵਜੂਦ ਹੈ ਉਹ ਨਹੀਂ ਖਤਮ ਹੋਣਾ ਚਾਹੀਦਾ ਹੋਣਾ ਚਾਹੀਦਾ ਸੀ ਤਾਂ ਤੁਹਾਡੇ ਪੌਡਕਾਸਟ ਕਰਨ ਦਾ ਮਤਲਬ ਵੀ ਸਾਡਾ ਇਹੀ ਹੈ ਕਿ ਲੋਕ ਭਾਵੇਂ ਜਿਹੜੇ ਇੱਥੇ ਪਰਿਵਾਰ ਛੱਡ ਛੱਡ ਜਾ ਰਹੇ ਨੇ ਗਲਤ ਤਰੀਕੇ ਨਾਲ ਕਿ ਇੱਕ ਤਰ੍ਹਾਂ ਇੱਕ 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 ਸੈਕਿੰਡ 'ਚ ਜ਼ਿੰਦਗੀ ਖਤਮ ਹੋ ਸਕਦੀ ਉਹਨਾਂ ਦੀ ਹੁੰਦੀ ਹੈ ਜੀ ਤਾਂ ਤੁਸੀਂ ਸ਼ੁਰੂ ਕਿੱਥੋਂ ਹੋਏ ਬਈ ਅਮਰੀਕਾ ਵਾਲੀ ਗੱਲੋਂ ਸ਼ੁਰੂ ਹੋਏ ਸ਼ੁਰੂ ਤੋਂ ਹੋਏ ਵੀ ਮੈਂ ਜਦੋਂ ਵਾਪਸ ਆ ਗਿਆ ਸਿੰਗਾਪੁਰ ਤੋਂ ਮੇਰਾ ਇੱਕ ਦੋਸ ਉਹ ਵੀ ਤੁਹਾਡੇ ਨਾਲ ਗਿਆ ਸੀ ਹਾਂ ਅਸੀਂ ਦੋਨੇ ਇਕੱਠੇ ਗਏ ਸੀ ਕਿੰਨੇ ਬੰਦਿਆਂ ਦਾ ਸਿਲਸਲਾ ਗਿਆ ਏਜੰਟ ਕਿੱਥੋਂ ਮਿਲਿਆ ਉਹ ਦੋ ਬੁਲੇ ਤੋਂ ਅਸੀਂ ਦੋ ਜਾਣੇ ਏਜੰਟ ਕਿੱਦਾਂ ਮਿਲਿਆ ਆਲਾ ਏਜੰਟ ਉਹ ਜਿਹੜਾ ਮੇਰਾ ਫਰੈਂਡ ਸੀਗਾ ਉਹ ਥੋੜਾ ਬੜਿਆ ਲਿਖਿਆ ਸੀਗਾ ਉਹਨੇ ਮੈਨੂੰ ਕਿਹਾ ਵੀ ਇੱਕ ਆਪਣੇ ਕੋਲੇ ਏਜੰਟ ਆ ਉਹ ਜਦੋਂ ਅਸੀਂ ਵਾਪਸ ਆਏ ਨਾ ਮੇਰੀ ਉਹਦੇ ਨਾਲ ਯਾਰੀ ਦੋਸਤੀ ਪੈ ਗਈ ਮੈਨੂੰ ਪਤਾ ਲੱਗਾ ਵੀ ਇਹ ਵੀ ਸਿੰਗਾਪੁਰ ਰਹਿ ਕੇ ਆਇਆ ਮੈਨੂੰ ਕਦੋਂ ਆ ਗਿਆ ਸੀ ਹਾਂ ਉਹ ਵੀ ਸਿੰਗਾਪੁਰ 2-3 ਸਾਲ ਲਾ ਕੇ ਇੰਡੀਆ ਆ ਗਿਆ ਸੀ ਉਹਨੇ ਮੈਨੂੰ ਕਹਤੋ ਮੈਨੂੰ ਫੋਨ ਤਾ ਕਰਦਾ ਤੁਸੀਂ ਮੈਂ ਕਿਹਾ ਆਪਣੀ ਕਿਹੜਾ ਜਾਣ ਪਛਾਣ ਸੀ ਵੀ ਹੁਣ ਆ ਗਈ ਹੋਈ ਆ ਜੇ ਹੁੰਦਾ ਤਾਂ ਮੈਂ ਤੁਹਾਨੂੰ ਕਾਲ ਕਰਦਾ ਉਦੋਂ ਬਾਅਦ ਚ ਉਹਨੂੰ ਮੈਂ ਕਿਹਾ ਵੀ ਚੱਲ ਤੂੰ ਉਹ ਪੜਿਆ ਲਿਖਿਆ ਸੀ ਮੈਂ ਕਿਹਾ ਯਾਰ ਮੈਂ ਬਾਹਰ ਜਾਣਾ ਫੇਰ ਜੇ ਤੂੰ ਕਿਤੇ ਪਾਸਪੋਰਟ ਲਾਇਆ ਤਾਂ ਮੇਰਾ ਵੀ ਲਵਾ ਦੀ ਨਾਲ ਉਹ ਕਹਿੰਦਾ ਠੀਕ ਆ ਉਹਨੇ ਐ ਲੱਭ ਕੇ ਤੇ ਮੈਨੂੰ ਕਹਿੰਦਾ ਵੀ ਇੱਕ ਬੰਦਾ ਮਿਲਿਆ ਆਪਾਂ ਨੂੰ ਆਪਾਂ ਇੱਥੋਂ ਚੱਲਾਂਗੇ ਅਰਜנטיਨਾ ਅਰਜנטיਨਾ ਮੈਂ ਕਿਹਾ ਵੀ ਮੈਨੂੰ ਨਹੀਂ ਸੀ ਪਤਾ ਅਰਜנטיਨਾ ਦਾ ਬਿਲਕੁਲ ਮੈਂ ਕਿਹਾ ਵੀ ਫੇਰ ਕਹਿੰਦਾ ਵੀ ਉਦੋਂ ਗਾ ਆਪਾਂ ਸ਼ੈਪ ਚ ਬੈਠਾਂਗੇ ਤੇ ਅਮਰੀਕਾ ਅੱਛਾ ਮੈਂ ਤੇ ਮੈਨੂੰ ਕਹਿੰਦਾ ਫਿਰ ਤਿਆਰੀ ਕਰ ਲਾ ਮੈਂ ਏਜੰਟ ਨਾਲ ਕਰਦਾ ਗੱਲ ਮੈਂ ਕਹਾਂ ਵੀ ਠੀਕ ਹੈ ਉਹਨੇ ਚਲੋ ਏਜੰਟ ਨਾਲ ਗੱਲ ਕੀਤੀ ਅਸੀਂ ਇੱਥੋਂ ਚਲੇ ਗਏ ਕਿੰਨੇ ਪੈਸੇ ਮੰਗੇ ਉਹਦੇ ਏਜੰਟ ਨੇ ਉਹਨੇ ਸਾਨੂੰ ਕਹਿੰਦਾ ਇੱਕ ਬਲੀਵੀਆ ਲੈ ਕੇ ਜਾਣਾ ਸੀ ਬਲੀਵੀਆ ਇੱਕ ਕੰਟਰੀ ਹੈ ਜੀ ਤੇ ਉਹ ਸਾਊਥ ਅਮਰੀਕਾ ਦੇ ਵਿੱਚ ਪੈਂਦੀ ਆ ਮੈਨੂੰ ਕਹਿੰਦਾ ਵੀ ਉਹ ਬਲੀਵੀਆ ਲੈ ਕੇ ਜਾਊਗਾ ਆਪਾਂ ਨੂੰ ਤੇ ਉਦੋਂ ਗਾ ਆਪਾਂ ਬਈ ਉਹ ਬਾਰਡਰ ਤੋਂ ਕ੍ਰਾਸ ਕਰ ਜਾਾਂਗੇ ਵੀ ਤੋਂ ਵੀਜ਼ਾ ਲੈ ਲਾਂਗੇ ਆਪਾਂ ਬਾਰਡਰ ਨਹੀਂ ਲੱਗਿਆ ਕਿ ਬਾਰਡਰਾਂ ਤੇ ਆ ਜਦੋਂ ਗੱਲਾਂ ਹੋਈਆਂ ਜਾਣਾ ਕਿ ਉਹਨੇ ਦੱਸਿਆ ਹੀ ਨਹੀਂ ਕੁਝ ਵੀ ਕੀ ਕੀਤਾ ਮੈਨੂੰ ਨੇ ਕੁਝ ਨਹੀਂ ਦੱਸਿਆ ਨਾ ਅੱਛਾ ਸੌਂਸਰੇ ਇਹ ਕਹੇ ਕਿ ਮੈਨੂੰ ਕਹਿੰਦਾ ਆਪਾਂ ਉੱਥੇ ਵੀਜ਼ਾ ਲੈ ਲਾਂਗੇ ਬਾਰਡਰ ਤੇ ਆਪਾਂ ਜਾ ਕੇ ਅਰਜנטיਨਾ ਐਂਟਰ ਹੋ ਜਾਾਂਗੇ ਮੈਂ ਕਿਹਾ ਚੱਲ ਠੀਕ ਹੈ ਮੈਨੂੰ ਪਤਾ ਨਹੀਂ ਸੀ ਮੇਰੀ ਤਾਂ 20 ਸਾਲ ਦੀ ਉਮਰ ਉਹ ਇੱਕ ਜਵਾਕ ਵਾਲੀ ਗੱਲ ਹੋ ਜਾਂਦੀ ਜਿਵੇਂ ਮਰਜ਼ੀ ਮਗਰ ਲਾਲੋ ਲਾਲਚ ਦੇ ਕੇ ਹਨਾ ਤੇ ਮੈਂ ਕਿਹਾ ਵੀ ਠੀਕ ਹੈ ਕੋਈ ਗੱਲ ਨਹੀਂ ਵੀ ਜੇ ਤੈਨੂੰ ਜ਼ਿਆਦਾ ਪਤਾ ਯਾਰ ਮੈਂ ਤੇਰੇ ਨਾਲ ਆ ਵੀ ਆਪਾਂ ਚੱਲਦੇ ਆ ਚਲੋ ਅਸੀਂ ਦਿੱਲੀ ਚਲੇ ਗਏ ਜਾਂਟ ਨੂੰ ਪਾਸਪੋਰਟ ਦੇਤਾ ਉਹਨਾਂ ਨੇ ਸਾਡੇ ਬਲੀਵੀਅਰ ਦੇ ਵੀਜ਼ੇ ਲਵਾਤੇ ਤੇ ਉਹਦੇ ਤੇ ਨਾ ਸਾਨੂੰ ਨਹੀਂ ਸੀ ਪਤਾ ਉਹਦੇ ਤੇ ਉਹ ਨਾ ਉਹਨੇ ਇੱਕ ਕੰਪਨੀ ਸ਼ੋ ਕੀਤੀ ਵੀ ਮੇਰਾ ਇਹ ਜਿਹੜਾ ਮੈਨੇਜਰ ਆ ਉਹ ਉਹਦਾ ਅਸਿਸਟੈਂਸ ਆ ਮੈਂ ਉਹਦਾ ਅਸਿਸਟੈਂਸ ਸੀਗਾ ਤੇ ਉਹ ਮੈਨੇਜਰ ਸੀ ਮੇਰਾ ਤੇ ਵੀ ਇਹ ਮੇਰੀ ਕੰਪਨੀ ਦੇ ਲਈ ਬੰਦੇ ਉੱਥੇ ਬਲੀਵੀਅਰ ਚਲੇ ਆ ਤੇ ਉਹਨਾਂ ਨੇ ਸਾਨੂੰ ਪੇਪਰ ਜੇ ਦੇਤੇ ਤੇ ਚਲੋ ਵੀਜ਼ਾ ਸਾਡਾ ਲੱਗ ਗਿਆ ਤੇ ਸਾਨੂੰ ਉਥੋਂ ਟਿਕਟ ਕਰਾਈ ਅਸੀਂ ਚਲੇ ਗਏ ਬਲੀਵੀਅਰ ਚ ਦਿੱਲੀ ਦਿੱਲੀ ਤੋਂ ਦਿੱਲੀ ਤੋਂ ਟਿਕਟ ਕਰਾਤੀ ਸਾਡੀ ਉਹਨਾਂ ਨੇ ਅਸੀਂ ਚਲੇ ਗਏ ਬਲੀਵੀਆ ਬਲੀਵੀਆ ਜਿੱਦਾਂ ਹੀ ਅਸੀਂ ਉਤਰੇ ਪਹਿਲਾਂ ਸਾਨੂੰ ਉਹਨਾਂ ਨੇ ਇੱਥੇ ਰੋਕ ਲਿਆ ਦੋਹਾ ਦੋਹਾ ਕਦਰ ਫਲਾਈਟ ਉੱਥੋਂ ਕਨੈਕਟਿੰਗ ਸੀ ਹਾਂ ਉੱਥੋਂ ਸਾਡਾ ਸਟੇਜ ਸੀਗਾ ਦੋਹਾ ਕਦਰ ਵਾਲਿਆਂ ਨੇ ਸਾਨੂੰ ਰੋਕ ਲਿਆ ਤੇ ਸਾਨੂੰ ਕਹਿੰਦਾ ਵੀ ਆਦੇ ਜਿਹੜੇ ਡਾਕੂਮੈਂਟ ਹਨਾ ਇਹਦੀ ਫੋਟੋਕਾਪੀ ਕਰਾ ਕੇ ਲਿਆਓ ਤੇ ਉਹ ਕਹਿੰਦਾ ਵੀ ਸੀ ਕਿੱਥੋਂ ਕਰਾਈਏ ਉਹਨੇ ਸਾਨੂੰ ਕਾਊਂਟਰ ਨੰਬਰ ਦੱਸਤਾ ਸੀ ਉੱਥੇ ਚਲੇ ਗਏ ਉੱਥੇ ਫੋਟੋਕਾਪੀ ਕਰਾਈਆਂ ਉਹਨਾਂ ਨੇ ਇੱਕ ਆਪ ਦਾ ਕੋਈ ਕੋਡ ਲਾਤਾ ਉਹਦੇ ਉੱਤੇ ਸਾਡੇ ਪੇਪਰਾਂ ਦੇ ਉੱਤੇ ਅਸੀਂ ਉਹਨੂੰ ਦਿਖਾਇਆ ਉਹ ਕਹਿੰਦਾ ਜਾਓ ਅਸੀਂ ਚਲੇ ਗਏ ਜਿੱਦਾਂ ਹੀ ਅਸੀਂ ਅਰਜנטיਨਾ ਸਾਡੀ ਉਹ ਅਰਜنٹੀਨਾ ਫਲਾਈਟ ਸੀਗੀ ਅਸੀਂ ਅਰਜنٹੀਨਾ ਉਤਰੇ ਤੇ ਉਹ ਸਾਡੇ ਨਾਂ ਦੇ ਐਂ ਕਰਕੇ ਦੋ ਪੋਸਟਰ ਲੈ ਕੇ ਖੜੇ ਅੱਗੇ ਅੱਛਾ ਉੱਥੋਂ ਦੇ ਅਰਜنٹੀਨਾ ਦੇ ਇੱਕ ਜਿਹੜਾ ਕੋਈ ਆਫੀਸਰ ਸੀ ਉੱਥੇ ਅਸੀਂ ਕਿਹਾ ਵੀ ਮੈਂ ਉਹਨੂੰ ਕਿਹਾ ਮੈਂ ਕਿ ਆਪਣਾ ਨਾਂ ਲੈ ਕੇ ਖੜਾ ਕਹਿੰਦਾ ਹਾਂ ਅਸੀਂ ਉਹਨੂੰ ਕਿਹਾ ਉਹ ਕਹਿੰਦਾ ਆ ਜਾਓ ਇੱਧਰ ਸਾਨੂੰ ਸਾਈਡ ਤੇ ਲੈ ਗਿਆ ਉਹ ਸਾਨੂੰ ਕੁਝ ਨਹੀਂ ਪਤਾ ਕਿਉਂ ਉਹ ਪੁਲਿਸ ਵਾਲਾ ਸੀ ਉਹ ਪੁਲਿਸ ਵਾਲਾ ਸੀਗਾ ਸਾਨੂੰ ਉਹਨੇ ਟਰਾਂਜ਼ਿਟ ਏਰੀਆ ਦੇ ਵਿੱਚ ਬਿਠਾਤਾ ਅਸੀਂ ਉੱਥੇ ਬੈਠ ਗਏ ਉਦੋਂ ਵੇ ਸਾਡੀ ਜਦੋਂ ਫਲਾਈਟ ਸੀ ਕਿ ਸਾਨੂੰ ਉਹਨੇ ਕਿਹਾ ਵੀ ਆਜੋ ਸਾਨੂੰ ਉਹਨੇ ਫਲਾਈਟ ਚ ਬਿਠਾਤਾ ਅਸੀਂ ਬਲੀਵਿਆ ਉਤਰ ਗਏ ਅੱਛਾ ਤੁਹਾਨੂੰ ਸਮਝ ਲੱਗੀ ਕਿ ਉਹਨੇ ਕਿਉਂ ਬੁਲਾਇਆ ਸਾਨੂੰ ਨਹੀਂ ਪਤਾ ਲੱਗਿਆ ਕੀ ਕੀਤਾ ਉਹਨੇ ਕੀ ਕੀਤਾ ਗੱਲਬਾਤ ਵੀ ਨਹੀਂ ਕੀਤੀ ਉਹਨੇ ਨਾ ਉਹ ਸਪੈਨਿਸ਼ ਬੋਲਦੇ ਆ ਨਾ ਉਦੋਂ ਦੇ ਉਦੋਂ ਦੇ ਉਥੇ ਜਿਆਦਾ ਸਪੈਨਿਸ਼ ਤੇ ਬਜਾਦ ਅਰਜੈਂਟੀਨਾ ਚ ਬੁਰਤਗੀਜ਼ ਤੇ ਸਮਥਿੰਗ ਚੱਲਦੀ ਏਦਾਂ ਕੁਛ ਤੇ ਸਾਨੂੰ ਨਹੀਂ ਸਮਝ ਆਈਗੀ ਤੇ ਚਲੋ ਸਾਨੂੰ ਉਹ ਕਹਿੰਦਾ ਵੀ ਆਜੋ ਅਸੀਂ ਉਦੋਂ ਜਦੋਂ ਇਸ਼ਾਰਾ ਕਰਤਾ ਆਪਾਂ ਚਲੇ ਗਏ ਫਿਰ ਅਸੀਂ ਪਲੇਨ ਚ ਬੈਠ ਗਏ ਬਲੀਵਿਆ ਉਤਰੇ ਬਲੀਵਿਆ ਜਾਂਦੇ ਨੂੰ ਫਿਰ ਸਾਨੂੰ ਬੰਦੇ ਨੇ ਦੋਹਾਂ ਨੂੰ ਕੱਢ ਵੀ ਉਹ ਹੀ ਦੋ ਬੰਦੇ ਆਉਂਦੇ ਪਏ ਆ ਸਾਨੂੰ ਉਹਨਾਂ ਨੇ ਸਾਈਡ ਤੇ ਕੱਢ ਲਿਆ ਤੇ ਉਹ ਮੇਰੇ ਉਹਨੂੰ ਮੇਰੇ ਨਾਲ ਦੇ ਨੂੰ ਉੱਥੇ ਉਹਨਾਂ ਨੇ ਥੋੜੀ ਮੋਟੀ ਇੰਗਲਿਸ਼ ਬੋਲੀ ਉਹ ਕਹਿੰਦਾ ਤੁਸੀਂ ਇੱਥੇ ਕੀ ਕਰਨ ਆਏ ਹੋ ਉਹ ਕਹਿੰਦਾ ਵੀ ਅਸੀਂ ਇੱਥੇ ਟੂਰਿਸਟ ਆਏ ਆ ਤੇ ਉਹ ਕਹਿੰਦਾ ਓਕੇ ਆ ਜਾਓ ਕਹਿੰਦਾ ਸਾਨੂੰ ਬਾਹ ਕੇ ਸਾਈਡ ਤੇ ਸਾਨੂੰ ਕਹਿੰਦਾ ਤੁਹਾਡੇ ਕੋਲੇ ਸਮਾਨ ਹੈਗਾ ਲਗੇਜ ਹੈ ਸੀਗਾ ਵੀ ਹਾਂਜੀ ਕਹਿੰਦਾ ਉਹਦੀ ਦਿਓ ਸਾਨੂੰ ਉਹਦਾ ਇੱਕ ਹੁੰਦਾ ਨਾ ਟੋਕਨ ਜਿਹਾ ਹੁੰਦਾ ਆ ਉਹ ਅਸੀਂ ਉਹਨੂੰ ਦੇਤਾ ਉਹਨੇ ਸਾਨੂੰ ਕਰਕੇ ਸਾਨੂੰ 20 ਕ ਮਿੰਟਾਂ ਦੇ ਵਿੱਚ ਸਾਨੂੰ ਉਸੇ ਪਲੇਨ ਜੀ ਵਾਪਸ ਭਾਤਾ ਮੈਂ ਉਹਨੂੰ ਕਹੇ ਯਾਰ ਇਹਨੂੰ ਪੁੱਛ ਵੀ ਇਹ ਪਲੇਨ ਚ ਕਿਉਂ ਲਈ ਜਾਂਦਾ ਆਪਾਂ ਨੂੰ ਐਂਟਰੀ ਕਿਉਂ ਨਹੀਂ ਦਿੱਤੀ ਉਹ ਕਹਿੰਦਾ ਯਾਰ ਵੀ ਹੁਣ ਮੈਂ ਇਹ ਨਾ ਕੀ ਕਰਾਂ ਗੱਲ ਮੈਂ ਕਹਾਂ ਯਾਰ ਪੁੱਛ ਲੈ ਆਪਾਂ ਨੂੰ ਇਹ ਗੋਲੀ ਥੋੜੀ ਮਾਰ ਦੇਣਗੇ ਜੀ ਜੀ ਤੇ ਉਹ ਕਹਿੰਦਾ ਰਹਿਣ ਦੇ ਯਾਰ ਆਪਾਂ ਨੂੰ ਨਹੀਂ ਪਤਾ ਕੀ ਚੱਕਰ ਹੈ ਤੇ ਉਹਨੇ ਸਾਨੂੰ ਪਲੇਨ ਚ ਭਾ ਗਏ ਕਹਿੰਦਾ ਯੂ ਗੋ ਟੂ ਬੈਕ ਇੰਡੀਆ ਅੱਛਾ ਬੜੀ ਟੈਨਸ਼ਨ ਚ ਅਸੀਂ ਉਹਨੂੰ ਹਜੇ 4.5 ਲੱਖ ਰੁਪਈਆ ਦਿੱਤਾ ਸੀ ਅਸੀਂ ਘਰਦਿਆਂ ਨੂੰ ਕਿਹਾ ਵੀ ਅਸੀਂ ਜਦੋਂ ਫੋਨ ਕਰਾਂਗੇ 4.5 ਲੱਖ ਤੁਸੀਂ ਉਦੋਂ ਦੇਣਾ ਸਾਡੇ ਏਜੰਟ ਨੂੰ ਹੂੰ ਤੇ ਕਰਦੇ ਕਹਿੰਦੇ ਠੀਕ ਆ ਮੈਂ ਉਹਨੂੰ ਕਹਾ ਯਾਰ ਇਹ ਤਾਂ ਜੇ ਆਪਣੇ ਘਰ ਦਾ ਨੇ 4.5 ਲੱਖ ਰੁਪਇਆ ਦੇਤਾ ਮਗਰ ਉਹ ਆਪਾਂ ਤਾਂ ਵਾਪਸ ਵੀ ਚੱਲੇ ਆ ਨਾ ਉਹ ਕਹਿੰਦਾ ਯਾਰ ਨਹੀਂ ਆਏ ਨਹੀਂ ਦਿੰਦੇ ਘਰ ਦੇ ਮੈਂ ਕਹਾ ਐ ਤਾਂ ਨਹੀਂ ਦਿੰਦੇ ਆਪਣਾ ਫੋਨ ਜਾਊਗਾ ਤਾਂ ਸਾਨੂੰ ਬੜੀ ਟੈਨਸ਼ਨ ਚ ਅਸੀਂ ਕਿਹਾ ਵੀ ਯਾਰ ਔਖਾ ਹੋ ਗਿਆ ਵੀ 1,65,000 ਰੁਪਏ ਦੀ ਟਿਕਟ ਸੀ ਜੀ ਇੱਕ ਬੰਦੇ ਦੀ ਹਾਂਜੀ ਹੁਣ 3 ਲੱਖ ਤੇ ਉਹ 15,000 ਰੁਪਏ ਦੀਆਂ ਸਾਡੀਆਂ 3000 ਦੀਆਂ ਤਾਂ ਟਿਕਟਾਂ ਹੀ ਹੋ ਗਿਆ ਸਾਡੀਆਂ ਜੀ ਤੇ ਮੈਨੂੰ ਕਹਿੰਦਾ ਚਲ ਆਪਾਂ ਦੇਖਦੇ ਅਸੀਂ ਇੰਡੀਆ ਆ ਕੇ ਇੰਡੀਆ ਆ ਕੇ ਸਾਨੂੰ ਉਹਨਾਂ ਨੇ ਤੁਸੀਂ 에어ਪੋਰਟ ਤੋਂ ਬਾਹਰ ਵੀ ਨਿਕਲੇ ਨਹੀਂ ਨਿਕਲ ਨਹੀਂ ਦਿੱਤਾ ਹੀ ਹੁੰਤੀ ਸਾਨੂੰ ਮਾ ਮੋੜਤਾ ਨਾਲੇ ਇੱਥੇ ਇੱਥੇ ਆਂ ਇੰਡੀਆ ਆ ਗਿਆ ਅਮਰੀਕਾ ਚ ਪਰਮਾਤਮਾ ਨੇ ਭੇਜ ਕੇ ਫਿਰ ਵਾਪਸ ਬੁਲਾ ਲਿਆ ਨਾ ਨਾ ਇਹ ਬਲੀਵੀਆ ਚ ਸੀ ਬਲੀਵੀਆ ਚ ਬੋਲੀਵੀਆ ਚ ਸੀ ਹਾਂ ਜੀ ਬਲੀਵੀਆ ਤੋਂ ਅਸੀਂ ਵਾਪਸ ਹੋ ਗਏ ਫਿਰ ਵਾਪਸ ਆ ਗਏ ਆ ਗਏ ਤੋਂ ਉਹਨੂੰ ਅਸੀਂ ਕਿਹਾ ਅਸੀਂ ਉਹਨੂੰ ਫੋਨ ਕੀਤਾ ਯਾਰ ਆਹ ਗੱਲ ਹੋ ਗਈ ਰਸਤੇ ਚ ਫੋਨ ਕਰਤਾ ਉਹ ਕਹਿੰਦਾ ਕੋਈ ਨਹੀਂ ਘਬਰਾਉਣਾ ਤੁਸੀਂ ਆ ਜਾਓ ਮੈਂ ਬੈਠਾ ਅਸੀਂ ਆ ਚਲੋ ਠੀਕ ਹੈ ਭਾਈ ਅਸੀਂ ਆ ਗਏ ਅਸੀਂ ਉਹਨੂੰ ਦੱਸਿਆ ਵੀ ਅਸੀਂ ਘਰੇ ਨਹੀਂ ਜਾਣਾ ਸਾਡਾ ਬੇਇੱਜ਼ਤੀ ਹੋ ਜੂਗੀ ਕਹਿੰਣਗੇ ਅਮਰੀਕਾ ਵਾਲੇ ਆ ਗਏ ਕਹ ਅਸੀਂ ਕਾ ਵੀ ਚਲੋ ਠੀਕ ਆ ਕਰ ਕਰਾ ਕੇ ਨਾ ਉਹਦਾ ਇੱਕ ਸਾਊਥ ਅਫਰੀਕਾ ਨਾ ਕਾਂਗੋ ਕਿੰਸ਼ਾਸ਼ਾ ਕੰਟਰੀ ਐ ਕਹਿੰਦਾ ਵੀ ਉੱਥੇ ਨਾ ਮੇਰਾ ਬਿਜ਼ਨਸ ਚੱਲਦਾ ਮੈਂ ਇੱਥੋਂ ਐਕਸਪੋਰਟ ਕਰਦਾ ਆ ਤੇ ਉੱਥੇ ਆਪਾਂ ਚੱਲਦੇ ਆ ਇੱਥੋਂ ਸਮਾਨ ਖਰੀਦਦੇ ਆ ਆਪਾਂ ਸਾਡੇ ਕੋਲੇ ਜਿਹੜਾ 4 ਲੱਖ ਰੁਪਈਆ ਸੀ ਅਸੀਂ ਉਹਦਾ ਸਮਾਨ ਖਰੀਦ ਲਿਆ ਤੋਂ 2.5 ਲੱਖ ਦਾ ਹੋਰ ਖਰੀਦ ਲਿਆ ਤੇ 45000 ਰੁਪਏ ਦੀ ਟਿਕਟ ਸੀ ਸਾਡੀ ਉਹਦੀਆਂ ਅਸੀਂ ਤਿੰਨ ਟਿਕਟਾਂ ਲੈ ਲਈਆਂ ਆਪਦੇ ਉਹਨੇ ਕੋਸ਼ਿਸ਼ ਵੀ ਨਹੀਂ ਲਾਇਆ ਆਪਦੇ ਕੋਲੋਂ ਪਰ ਸਾਢੇ 4 ਲੱਖ ਨਹੀਂ ਦਿੱਤਾ ਅਸੀਂ ਉਹਨੇ ਅਸਾਂ ਉਹ ਨਹੀਂ ਦਿੱਤਾ ਨਾ ਉਨੇ ਉਹੀ 4.5 ਲੱਖ ਜਿਹੜਾ ਸਾਡੇ ਕੋਲੇ ਸੀਗਾ ਉਹ 2.5 ਲੱਖ ਦਾ ਸਾਮਾਨ ਖਰੀਦ ਲਿਆ ਜਿੱਦਾਂ ਕੱਪੜੇ ਵਗੈਰਾ ਹੋ ਗਏ ਔਰ ਦਾਲਾਂ ਸਬਜ਼ੀਆਂ ਖਰੀਦ ਲੀਆਂ ਉਹ ਉੱਥੇ ਲੋਕਾਂ ਦੇ ਵਾਲ ਨਹੀਂ ਹੈਗੇਗੇ ਸਾਊਥ ਅਫਰੀਕਾ 'ਚ ਉਹ ਵਿਗ ਵਗੈਰਾ ਲੈ ਲਏ ਅਸੀਂ ਤੇ ਇਦਾਂ ਕਰਕੇ ਵਾਵਾ ਕੁਝ ਕਰੀ ਗਏ ਅਸੀਂ 6 ਬੈਗ ਭਰ ਲਏ ਜੀ ਅਸੀਂ ਅੱਛਾ ਸਾਊਥ ਅਫਰੀਕਾ ਚਲੇ ਗਏ ਜੀ ਉਹ ਕਹਿੰਦਾ ਆਪਾਂ ਉੱਥੇ ਬਿਜ਼ਨਸ ਸੈੱਟ ਕਰਦੇ ਆ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਅਮਰੀਕਾ ਕਹਿੰਦਾ ਅਸੀਂ ਕਿਹਾ ਵੀ ਚਲੋ ਪੈਸੇ ਹੀ ਕਮਾਉਣੇ ਆ ਸਾਊਥ ਅਫਰੀਕਾ ਸਹੀ ਜਦੋਂ ਸਾਊਥ ਅਫਰੀਕਾ ਚਲੇ ਗਏ ਤੇ ਬਈ ਉੱਥੇ ਮੈਂ ਵੇਖਿਆ ਲੋਕ ਬੜੇ ਡਰਾਮ ਨੇ ਜੇ ਟਾਈਪ ਦੇ ਆ ਨਾ ਉਹਨਾਂ ਦੀ ਆਪਾਂ ਨੂੰ ਭਾਸ਼ਾ ਨਹੀਂ ਸਮਝ ਆਉਂਦੀਗੀ ਤੇ ਉਹ ਅਸੀਂ ਉੱਥੇ 10 15 ਦਿਨ ਰਹੇ ਉਹ ਸਾਨੂੰ ਕਹੇ 6 ਵਜੇ ਤੋਂ ਬਾਅਦ ਤੁਸੀਂ ਘਰੋਂ ਬਾਹਰ ਨਹੀਂ ਜਾਣਾ ਅੱਛਾ ਉਹ ਵੀ ਸਾਡੇ ਨਾਲ ਹੀ ਸੀ ਅੱਛਾ ਏਜੰਟ ਵੀ ਨਾਲ ਗਿਆ ਸੀ ਏਜੰਟ ਵੀ ਨਾਲ ਸੀਗਾ ਮੈਂ ਕਿਹਾ ਵੀ 6 ਵਜੇ ਤੋਂ ਬਾਅਦ ਕਿਉਂ ਨਹੀਂ ਨਾ ਗੰਦਾ ਇਹ ਲੋਕ ਚੰਗੇ ਨਹੀਂ ਤੇ ਮੈਂ ਕਿਹਾ ਫਿਰ ਇੱਥੇ ਲੈ ਕੇ ਕਿਉਂ ਆਇਆ ਇਹ ਲੋਕ ਨਹੀਂ ਚੰਗੇ ਯਾਰ ਆਪਾਂ ਇੱਥੇ ਕੀ ਕਰਨਾ ਆ ਜੀ ਆਪਾਂ ਤਾਂ ਇੰਨਰਗੇ ਹੋ ਨਹੀਂ ਸਕਦੇ ਕਰਨ ਕਿ ਆਏ ਫਿਰ ਤੇ ਨਾ ਇਹਨਾਂ ਨੂੰ ਆਪਾਂ ਚੰਗੇ ਕਰ ਸਕਦੇ ਆ ਤੇ ਆਪਾਂ ਫਿਰ ਇੱਥੇ ਕਰਨ ਕਿ ਆਏ ਆ ਵੀ ਮੈਨੂੰ ਉਹੋ ਜਿਹੀ ਕੰਟਰੀ ਨਹੀਂ ਚਾਹੀਦੀ ਜਿੱਥੇ ਅਸੀਂ ਫਿਰ ਤਾਂ ਅਸੀਂ ਇੰਡੀਆ ਚ ਆਪਦੀ ਰੋਟੀ ਤਾਂ ਖਾਂਦੇ ਸੀ ਫਿਰ ਇੱਥੇ ਮੈਂ ਕਿਹਾ ਸੀ ਕੰਮ ਨਹੀਂ ਕਰ ਸਕਦੇ ਮੈਂ ਉਹਨੂੰ ਕਿਹਾ ਵੀ ਮੇਰੀ ਤਾਂ ਜਿਹੜੀ 45 ਦਿਨ ਸਾਡੇ ਕੋਲੇ 3 ਮਹੀਨੇ ਦਾ ਵੀਜ਼ਾ ਸੀ ਤੇ 45 ਦਿਨਾਂ ਦੀ ਟਿਕਟ ਸੀ ਰਿਟਰਨ ਮੈਂ ਕਿਹਾ ਵੀ ਯਾਰਾਂ ਨੇ ਚੱਲ ਜਾਣਾ ਬਈ ਇੰਡੀਆ ਮੈਂ ਨਹੀਂ ਰਹਿਣਾ ਇੱਥੇ ਕਹਿੰਦਾ ਨਹੀਂ ਯਾਰ ਆਪਾਂ ਕਰਦੇ ਆ ਮੈਂ ਕਿਹਾ ਨਹੀਂ ਬਈ ਮੈਂ ਸੌਰੀ ਮੈਂ ਇੰਡੀਆ ਜਾਊਂਗਾ ਮੈਂ ਨਹੀਂ ਰਹਿ ਸਕਦਾ ਮੈਂ ਅੱਕ ਗਿਆ ਕੋਇਨਸੀਡੈਂਟ ਹੋਇਆ ਸੀ ਉੱਥੇ ਡਰਾਵਨਾ ਜਿਹਾ ਹਾਂ ਇੱਕ ਗੱਲ ਹੋਈ ਸੀ ਕਿ ਵੀ ਮੈਂ ਨਾ ਉੱਥੇ ਇੱਕ ਬੰਦਾ ਸੀ ਥੋੜੀ ਥੋੜੀ ਮੈਂ ਇੰਗਲਿਸ਼ ਨੂੰ ਥੋੜਾ ਜਿਹਾ ਹੱਥ ਪਾਉਣਾ ਸ਼ੁਰੂ ਕਰ ਲਿਆ ਮੈਂ ਕਿ ਉੱਥੇ ਇੱਕ ਸੀਗਾ ਬੰਦਾ ਉਹਨੂੰ ਇੰਗਲਿਸ਼ ਆਉਂਦੀ ਸੀ ਮੈਂ ਉਹਦੇ ਕੋਲੇ ਜਾ ਕੇ ਬੈਠ ਜਾਂਦਾ ਸੀ ਜਿੰਨੇ ਕ ਮੈਨੂੰ ਆਉਂਦੀ ਸੀ ਮੈਂ ਉਹਦੇ ਨਾਲ ਬੋਲ ਲੈਂਦਾ ਸੀ ਉੱਥੇ ਨਾ 25-30 ਮੁੰਡ ਕਾਫੀ ਮੁੰਡੇ ਹੋਣਿਆ ਯੰਗ ਏਜ ਦੇ ਸੀ ਸਾਰੇ ਤੇ ਉਹਨਾਂ ਕੋਲੇ ਉਸ ਕੰਟਰੀ ਦੇ ਜਿਵੇਂ ਹੁਣ ਆਪਣੇ ਕੋਲੇ ਦਾ ਕਿਰਪਾਨਾ ਹੁੰਦੀਆਂ ਖੰਡੇ ਹੁੰਦੇ ਆ ਮਤਲਬ ਹਨਾ ਇਦਾਂ ਦੇ ਹਥਿਆਰ ਹੁੰਦੇ ਆ ਤੇ ਜੇ ਮਾਲੂ ਆਪਾ ਇੱਥੇ 25 30 ਜਾਣੇ ਜੱਲ ਪੀਏ ਚੌਂਕ ਦੇ ਵਿੱਚ ਵੀ ਆਜੋ ਜੀਨੇ ਸਾਡੇ ਨਾਲ ਲੜਨਾ ਤੇ ਆਜੋ ਅਸੀਂ ਤਾਂ ਤਿਆਰ ਆ ਜੇ ਕੋਈ ਲੜਨਾ ਚਾਹੁੰਦਾ ਉਹ ਇਦਾਂ ਕਰਕੇ ਨਾ ਉਹ ਮੁੰਡੇ ਰੌਲਾ ਪਾਉਂਦੇ ਜਾਣ ਤੇ ਜੋ ਟੇਬਲ ਆ ਗਏ ਉਹਦੇ ਤੇ ਕਿਰਪਾ ਆਉਦੀ ਜਿਹੜਾ ਹਥਿਆਰ ਚੁੱਕਣ ਵਾਲੇ ਹਾਂ ਸ਼ਰਿਆਮ ਅੱਛਾ ਇੱਥੇ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਕੁਝ ਵੀ ਨਹੀਂ ਉਹ ਕਬੀਲੇ ਵਾਈਦੇ ਆ ਜੀ ਉੱਥੇ ਮੈਨੂੰ ਕਾਫੀ ਪੁਰ ਕੰਟਰੀ ਹਾਂ ਉਹ ਮੈਨੂੰ ਜਿਹੜਾ ਜਿਹਦੀ ਦੁਕਾਨ ਤੇ ਬੈਠਾ ਸੀ ਸ਼ਾਪ ਤੇ ਮੈਨੂੰ ਕਹਿੰਦਾ ਨਾ ਤੂੰ ਇੱਥੇ ਲੁਕ ਜਾ ਇੱਥੇ ਅੰਦਰ ਲੁਕ ਜਾ ਮੈਨੂੰ ਨੇ ਰੋਕੋ ਕੇ ਉੱਤੇ ਟੇ ਮੈਂ ਕਹਿਆ ਯਾਰ ਇੰਨੇ ਜਾਣੇ ਹਨਾ ਆਪਣਾ ਤਾਂ ਕੁਝ ਨਹੀਂ ਵਟਿਆ ਜਾਣਾ ਯਾਰ ਬਿਲਕੁਲ ਤੇ ਕਿਉਂਕਿ ਪਤਾ ਕੀ ਚਾਹੇ ਆਪਾਂ ਗੋਰੇ ਤਾਂ ਨਹੀਂ ਹੈਗੇਗੇ ਪਰ ਉਹਨਾਂ ਦੇ ਹਿਸਾਬ ਨਾਲ ਤਾਂ ਅਸੀਂ ਗੋਰੇ ਆ ਨਾ ਉਹ ਕਾਲੇ ਆ ਵਿਚਾਰੇ ਹਨਾ ਤੇ ਉਹ ਜਦੋਂ ਨੰਗ ਕੇ ਸ਼ੋਰ ਮੋਕ ਗਿਆ ਤੇ ਮੈਨੂੰ ਕਹਿੰਦਾ ਆ ਜਾ ਮੈਂ ਕਹਾ ਵੀ ਕੀ ਗੱਲ ਹੋਈ ਮੈਂ ਕਹਿਆ ਕੀ ਕਹਿੰਦੇ ਸੀ ਕਹਿੰਦਾ ਇਹ ਐਂ ਕਹਿੰਦੇ ਸੀ ਕਿ ਵੀ ਜੇ ਕਿਸੇ ਨੇ ਸਾਡੇ ਨਾਲ ਲੜਨਾ ਤੇ ਆਜੋ ਐਂ हां मैं कह यार एक ही मतलब होगा कहता यार इन लोकां ਦਾ ਰਾਜ ਹੈ ਇੱਥੇ ਮੈਂ ਕਹਾਂ ਰਹੀਂ ਉਹ ਬੰਦਾ ਉੱਥੇ ਦਾ ਹੀ ਸੀ ਉਹ ਬੰਦਾ ਉੱਥੇ ਦਾ ਸੀ ਉਹਦੇ ਬਾਹਰ ਟੇਬਲ ਟੂਬਲ ਤੇ ਮਾਰ ਕੇ ਉਹ ਕਿਰਪਾ ਜਿਹੜੇ ਉਹਨਾਂ ਕੋਲ ਹਥਿਆਰ ਸੀ ਉਹਨਾਂ ਨੇ ਮਾਰੇ ਉਹਦੇ ਵੀ ਟੇਬਲ ਤੇ ਕਾਫੀ ਕੋ ਤੋੜ ਭੰਨ ਗਏ ਮੈਂ ਬਾਅਦ ਵਿੱਚ ਨਿਕਲ ਕੇ ਦੇਖਿਆ ਬਾਅਦ ਦੁਕਾਨ ਚ ਬੜਾ ਕੁਝ ਉਹਨਾਂ ਨੇ ਖਲਾਲ ਖਲੂਰ ਦਿੱਤਾ ਵਾਵਾ ਕੁਝ ਮੈਂ ਕਹਾਂ ਯਾਰ ਤਾਂ ਔਖਾ ਮੈਂ ਉਥੋਂ ਫੇਰ ਘਬਰਾ ਗਿਆ ਮੈਂ ਕਹਿੰਦਾ ਮੈਂ ਕਹਾਂ ਆਪਣੇ ਹੱਥ ਖੜੇ ਹੋ ਗਏ ਆਪਾਂ ਨਹੀਂ ਰਹਿ ਸਕਦੇ ਅਸੀਂ ਉਤੋਂ ਫੇਰ ਵਾਪਸ ਮੈਂ ਉਹਨੂੰ ਕਹਤਾ ਵੀ ਆਪਾਂ ਤਾਂ ਬਈ ਨਹੀਂ ਰਹਿਣਾ ਆਪਾਂ ਜਾਣਾ ਵਾਪਸ ਫਿਰ ਉਹ ਕਹਿੰਦਾ ਵੀ ਯਾਰ ਹੋਰ ਮੈਂ ਕਿਹਾ ਉੱਥੇ ਭੇਜ ਦੇ ਇੱਥੇ ਲੋਕ ਚੰਗੇ ਆ ਯਾਰ ਹਨਾ ਜੇ ਆਪਾਂ ਕਿਸੇ ਦੀ ਕੰਟਰੀ ਚੱਲੇ ਆ ਤਾਂ ਉਹ ਲੋਕ ਚੰਗੇ ਹੁਣ ਆਪਾਂ ਨੂੰ ਬੰਦੇ ਜਾਣਦੇ ਨੂੰ ਐ ਥੋੜੀ ਜਾਣ ਵੀ ਔਰੇ ਤੂੰ ਸੀ ਇੱਥੇ ਕਿਉਂ ਆ ਗਿਆ ਬਿਲਕੁਲ ਬਿਲਕੁਲ ਤੇ ਮੈਨੂੰ ਕਹਿੰਦਾ ਫਿਰ ਇੱਕ ਬਲੀਵੀਆ ਬ੍ਰਾਜ਼ੀਲ ਕੰਟਰੀ ਹੈਗੀ ਆ ਮੈਂ ਕਿਹਾ ਵੀ ਬ੍ਰਾਜ਼ੀਲ ਮੈਂ ਕਿਹਾ ਵੀ ਮੈਨੂੰ ਦਿਖਾ ਪਹਿਲਾਂ ਨੈਟ ਤੇ ਉਹਨੇ ਦਿਖਾਈ ਲੋਕ ਦੇਖੇ ਮੈਂ ਕਿਹਾ ਯਾਰ ਠੀਕ ਆ ਲੋਕ ਸੋਹਣੇ ਉੱਥਾਂ ਦੇ ਆਪਣੇ ਅਰਗੇ ਲੋਕ ਹੈਗੇ ਆ ਮੈਂ ਕਿਹਾ ਵੀ ਚਲ ਤੂੰ ਸਾਨੂੰ ਇੱਥੇ ਭੇਜ ਦੇ ਉਹ ਕਹਿੰਦਾ ਵੀ ਮੈਂ ਤੁਹਾਡੇ ਵੀਜ਼ੇ ਅਪਲਾਈ ਕਰ ਦਣਾ ਉਹਨੇ ਸਾਨੂੰ ਵੀਜ਼ੇ ਅਪ ਬਰਾਜ਼ੀਲ ਜਾ ਕੇ ਫਿਰ ਅਸੀਂ ਉੱਥੇ ਕੰਮ ਕਰੀਤਾ ਮੈਂ 3 ਮਹੀਨੇ ਉੱਥੇ ਚਲੇ ਗਏ ਸਿੱਧਾ ਕਿੰਡੀਆ ਜੀ ਉੱਥੇ ਉੱਥੇ ਹੀ ਉੱਥੇ ਹੀ ਚਲੇ ਗਏ ਅਸੀਂ 3 ਮਹੀਨੇ ਦਾ ਵੀਜ਼ਾ ਸਾਨੂੰ ਮਿਲਿਆ ਸੀਗਾ ਤੇ 3 ਮਹੀਨੇ ਬਸ ਐਕਸਟੈਂਡ ਕਰਵਾ ਲਿਆ ਸੀ 3 ਮਹੀਨੇ ਦਾ ਹੋਰ ਫਿਰ ਉੱਥੋਂ ਅਸੀਂ ਕੰਮ ਕਰਕੇ ਉੱਥੇ ਮੈਂ ਕੱਪੜੇ ਦੀ ਸ਼ਾਪ ਸੀ ਆਪਣੇ ਪੰਜਾਬੀ ਐ ਇੱਥੋਂ ਦੇ ਦਿੱਲੀ ਦੇ ਆ ਵਗੈਰਾ ਉਹਨਾਂ ਦੇ ਉੱਥੇ ਸ਼ੋਅਰੂਮ ਨੇ ਵੱਡੇ ਵੱਡੇ ਉਹਨਾਂ ਦੇ ਸ਼ੋਅਰੂਮਾਂ 'ਚ ਕੰਮ ਕੀਤਾ ਉੱਥੇ ਮੈਂ 3 3.5 ਮਹੀਨੇ ਫਿਰ ਉੱਥੇ ਨਾ ਮੈਨੂੰ ਇੱਕ ਮੁੰਡਾ ਮਿਲਿਆ ਮੇਰਾ ਦੋਸਤ ਆ ਜੋ ਵੀ ਅਮਰੀਕਾ 'ਚ ਹੀ ਐ ਉਹ ਉੱਥੇ ਮਿਲਿਆ ਸੀ ਮ ਉਹ ਮੈਨੂੰ ਐਸੇ ਮੈਦ ਦਾ ਕੱਪੜੇ ਲੈ ਕੇ ਆਇਆ ਜਿੱਦਾਂ ਕੋਈ ਖਰੀਦਣ ਆਉਂਦਾ ਤੇ ਆਪਾਂ ਉਹਦੀ ਗੱਡੀ 'ਚ ਕੱਪੜੇ ਛੱਡਾਂ ਜਾਂਦੇ ਕਾਫੀ ਸੀਗੇ ਤੇ ਮੈਂ ਤਾਂ ਉਹਦੀ ਟ੍ਰੌਲੀ ਦੇ ਵਿੱਚ ਕੱਪੜੇ ਰੱਖ ਕੇ ਤੇ ਮੈਂ ਉਹਦੀ ਗੱਡੀ ਛੱਡਣ ਗਿਆ ਤੇ ਮੈਂ ਕਹਿੰਦਾ ਚੱਲ 2 ਮਿੰਟ ਗਰਮੀ ਬਹੁਤ ਸੀ ਬਾਹਰ ਤੇ ਮੈਂ ਕਿਹਾ ਚਲ 2 ਮਿੰਟ ਠਹਿਰ ਕੇ ਚાલਦੇ ਆਂ ਸ਼ਾਪ ਤੇ ਅਸੀਂ ਉੱਥੇ ਰੋਗੇ ਮੇਰੇ ਨਾਲ ਦਾ ਮੇਰਾ ਦੋਸਤ ਸੀ ਉਹ ਵੀ ਕੰਮ ਉਹ ਮੈਨੂੰ ਉੱਥੇ ਮਿਲਿਆ ਜਾ ਕੇ ਰਵੀ ਜੀ ਮੁੰਡੇ ਦਾ ਨਾਂ ਜਲੰਧਰ ਦਾ ਸੀ ਉਹ ਵੀ ਅੱਜ ਅਮਰੀਕਾ 'ਚ ਹੀ ਆ ਸਾਰੇ ਅਮਰੀਕਾ ਸਾਰੇ ਅਮਰੀਕਾ ਉਹ ਬਾਅਦ ਸਾਡੇ ਤੋਂ ਬਾਅਦ ਚਲੇ ਗਏ ਉਹ ਮੈਂ ਦੱਸਦਾ ਉਹਨਾਂ ਦਾ ਵੀ ਉਹਨਾਂ ਉੱਥੇ ਮੈਂ ਤੇ ਰਵੀ ਦੋਨੇ ਖੜੇ ਤੇ ਇੱਕ ਮੁੰਡਾ ਇਦਾਂ ਨਾ ਪੌੜੀਆਂ 'ਚ ਬੈਠਾ ਉਹ ਤੁਹਾਨੂੰ ਪਤਾ ਲੈਫਟ ਵਾਲੀ ਨਾਲ ਪੌੜੀਆਂ ਵੀ ਹੁੰਦੀਆਂ ਹਨਾ ਉਹ ਪੌੜੀਆਂ 'ਚ ਬੈਠਾ ਤੇ ਸਾਡੇ ਵੱਲ ਦੇਖੀ ਜਾਵੇ ਮੈਨੂੰ ਵੀ ਇਦਾਂ ਲੱਗੇ ਵੀ ਲੱਗਦਾ ਇੰਡੀਅਨ ਹੈ ਪਰ ਉਹ ਬ੍ਰਾਜ਼ੀਲ ਦੇ ਲੋਕ ਬਿਲਕੁਲ ਆਪਣੇ ਵਰਗੇ ਆ ਇਦਾਂ ਕੋਈ ਫਰਕ ਨਹੀਂ ਹੈਗਾ ਬਾਲਾ ਤੇ ਉਹ ਜਦੋਂ ਅਸੀਂ 5-7 ਮਿੰਟ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਸਾਡੇ ਕੋਲੇ ਉੱਟ ਕੇ ਆ ਕੇ ਕਹਿੰਦਾ ਭਾਜੀ ਸਾਸਤਰੀ ਕਾਲ ਮੈਂ ਉਹਨੂੰ ਸਾਸਤਰੀ ਕਾਲ ਦਾ ਰਪਲਾਈ ਨਹੀਂ ਦਿੱਤਾ ਮੈਂ ਕਿਹਾ ਯਾਰ ਤੂੰ ਇੰਡੀਆ ਨੇ ਆ ਨਾ ਪੰਜਾਬੀ ਆ ਤੂੰ ਸਾਨੂੰ 5 ਮਿੰਟ ਪਹਿਲਾਂ ਕਿਉਂ ਨਹੀਂ ਬੁਲਾਇਆ ਮੈਨੂੰ ਗੁੱਸਾ ਆਇਆ ਉਹਦੇ ਇਸ ਚੀਜ਼ ਤੇ ਵੀ ਤੂੰ 5 ਮਿੰਟ ਪਹਿਲਾਂ ਕਿਉਂ ਨਹੀਂ ਬੁਲਾਇਆ ਉਹ ਵਿਚਾਰਾ ਅੱਖਾਂ ਭਰਿਆ ਉਹਨੂੰ ਮੈਂ ਗੱਲ ਨਾਲ ਲਾ ਲਿਆ ਤੇ ਮੈਂ ਕਿਹਾ ਕੀ ਗੱਲ ਹੋ ਗਈ ਰੋਟੀ ਖਾਧੀ ਮੈਨੂੰ ਉਹ ਬੰਦੇ ਨੇ 5 ਰਿਆਲ ਉੱਥੇ ਰਿਆਲ ਚੱਲਦਾ ਮੈਨੂੰ 5 ਰਿਆਲ ਦਿੱਤੇ ਸੀਗੇ ਜਿਦੇ ਮੈਂ ਕੱਪੜੇ ਛੱਡ ਕੇ ਆਇਆ ਸੀ ਮੈਂ ਕਿਹਾ ਫੜ 5 ਰਿਆਲ ਉੱਥੇ ਇੱਕ ਸ਼ਾਪ ਸੀਗੀ ਉੱਥੇ ਉਹ ਨਾ ਇੱਕ ਰਿਆਲ ਦੀ ਖਾਣਾ ਦਿੰਦੇ ਆ ਵੀ ਉਹ ਸਟਾਲ ਜਿਵੇਂ ਬਫੇ ਸਿਸਟਮ ਲੱਗਿਆ ਆ ਪਰ ਬੰਦੇ ਆਪ ਹੀ ਪਾ ਦਿੰਦੇ ਆ ਮੈਂ ਕਿਹਾ ਵੀ ਆ 5 ਰਿਆਲ ਫੜ ਪਹਿਲਾਂ ਜਾ ਕੇ ਖਾਣਾ ਖਾ ਕੇ ਆ ਜੀ ਫਿਰ ਗੱਲ ਕਰਾਂਗੇ ਆਪਾਂ ਤੇ ਇਹ ਕਹਿੰਦਾ ਭਾਜੀ ਮੈਨੂੰ ਕੰਮ ਚਾਹੀਦਾ ਉਹ ਰਵੀ ਮੁੰਡਾ ਉਥੇ ਬਹੁਤ ਟਾਈਮ ਤੋਂ 2 ਢਾਈ ਸਾਲ ਤੋਂ ਸੀ ਮੈਂ ਤਾਂ ਜੇ ਦੋ ਦਰ ਮਹੀਨੇ ਮੈਂ ਕਹਾਂ ਰਵੀ ਇਹਨੂੰ ਕੰਮ ਲਵਾ ਉਹ ਕਹਿੰਦਾ ਨਾ ਇੱਕ ਨੰਬਰ ਤੇ ਚਲ ਆ ਜਾਈ ਦੁਕਾਨ ਤੇ ਉੱਪਰ ਵੀ ਇੱਕ ਦੋ ਤਿੰਨ ਮੰਜ਼ਿਲ ਸੀ ਨਾ ਉਹ ਕਹਿੰਦਾ ਇੱਕ ਨੰਬਰ ਤੇ ਜਾ ਕੇ ਉਹਨੂੰ ਕਹਦੇ ਮੈਨੂੰ ਰਵੀ ਨੇ ਭੇਜਿਆ ਤੇ ਉਹ ਕਹਿੰਦਾ ਵੀ ਠੀਕ ਐ ਤੇ ਮੈਂ ਕਹਾਂ ਪਹਿਲਾਂ ਰੋਟੀ ਖਾਇਆ 6 ਵਜੇ ਮੈਂ ਕਹਾਂ ਸਾਨੂੰ ਛੁੱਟੀ ਹੋਣੀ ਆ ਆਪਾਂ ਇੱਥੇ ਹੀ 6 ਵਜੇ ਮਿਲਾਂਗੇ ਉਹ ਕਹਿੰਦਾ ਠੀਕ ਐ ਉਹ ਚਲੋ ਅਸੀਂ ਚਲੇ ਗਏ ਆਪਦਾ ਉੱਪਰ ਸ਼ਾਮ ਨੂੰ 6:00 ਵਜੇ 5-7 ਮਿੰਟ ਤੇ ਅਸੀਂ ਉਤੋਂ ਛੁੱਟੀ ਕਰਕੇ ਉਹ ਜਿਹੜੀ ਸਾਡਾ ਸ਼ੋਰੂਮ ਸੀ ਉਹਨੂੰ ਅਸੀਂ ਲੋਕ ਵਗਾਰਾ ਲਗਾ ਕੇ ਅਸੀਂ ਥੱਲੇ ਆ ਗਏ ਤੇ ਅਸੀਂ ਜਾਣ ਲੱਗੇ ਮੈਂ ਕਹਾ ਰਵੀ ਯਾਰ ਉਹ ਮੁੰਡਾ ਯਾਰ ਕਿੱਥੇ ਆ ਮੈਂ ਕਹਾ ਜਿਹੜਾ ਆਇਆ ਸੀ ਅੱਜ ਕਹਿੰਦਾ ਹਾਂ ਯਾਰ ਕਹਿੰਦਾ ਬੱਚਾ ਰੁਕਦੇ ਆ ਰਵੀ ਮੈਨੂੰ ਕਹਿੰਦਾ ਉਹਦੀ ਵੇਟ ਕਰਦੇ ਆ ਮੈਂ ਕਹਾ ਠੀਕ ਐ ਉਹ 6:20-25 ਮਿੰਟ ਤੇ ਆ ਗਿਆ ਉਹ ਬੜਾ ਖੁਸ਼ ਮੈਨੂੰ ਬੜੀ ਖੁਸ਼ੀ ਹੋਈ ਯਾਰ ਇੱਕ ਬੰਦਾ ਖੁਸ਼ ਹੋ ਗਿਆ ਨਾ ਕਿਤੇ ਉਹ ਬੰਦਾ ਸੈਡ ਬੈਠਾ ਸੀ ਬਿਲਕੁਲ ਤੇ ਮੈਂ ਉਹਦੀ ਇੰਨੇ ਕ ਹੈਲਪ ਕੀਤੀ ਉਹ ਬੰਦਾ ਖੁਸ਼ ਹੋ ਗਿਆ ਵੀ ਇੱਕ ਪਰਮਾਤਮਾ ਖੁਸ਼ ਹੋ ਗਿਆ ਨਾ ਜਿੱਦਾਂ ਤੁਸੀਂ ਲੋਕਾਂ ਨੂੰ ਬੜਾ ਖੁਸ਼ ਕਰਦੇ ਆ ਨਾ ਤੇ ਉਸ ਤਰ੍ਹਾਂ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਹਾਂ ਬੰਦਾ ਖੁਸ਼ ਆ ਚਲੋ ਮੈਨੂੰ ਕਹਿੰਦਾ ਭਾਜੀ ਤੁਹਾਡੀ ਬਹੁਤ ਮਿਹਰਬਾਨੀ ਮੈਂ ਕਹਾਂ ਨਹੀਂ ਨਹੀਂ ਸਾਡੇ ਨਹੀਂ ਯਾਰ ਉਹ ਤਾਂ ਕਿਸਮਤ ਦੇ ਸੌਦੇ ਆ ਨਾ ਚਲੋ ਉਹਨੇ ਕੰਮ ਨੂੰ ਦੱਸਿਆ ਕਹਿੰਦਾ ਮੈਨੂੰ ਕੰਮ ਮਿਲ ਗਿਆ ਮੈਂ ਕਹਾਂ ਰੋਟੀ ਖਾ ਲਈ ਸੀ ਕਹਿੰਦਾ ਹਾਂਜੀ ਮੈਂ ਕਹਾਂ ਆ ਜਾ ਘਰੇ ਚੱਲੀਏ ਕਹਿੰਦਾ ਨਹੀਂ ਭਾਜੀ ਮੈਂ ਇੱਧਰ ਰਹਿਣਾ ਮੈਂ ਕਹਾਂ ਨਹੀਂ ਤੂੰ ਸਾਡੇ ਨਾਲ ਘਰੇ ਚੱਲ ਮੇਰਾ ਉਹਨੂੰ ਘਰੇ ਲਿਆਂਦਾ ਮਕਸਦ ਸੀਗਾ ਕਿ ਯਾਰ ਅਸੀਂ ਤਾਂ ਘਰੇ ਰੋਟੀ ਲ ਤੇ ਇੱਕ ਰੋਟੀ ਮਿਲ ਜੇ ਨਾ ਆਪਾਂ ਨੂੰ ਤਾਂ ਬਹੁਤ ਵੱਡੀ ਗੱਲ ਆ ਠੀਕ ਹੈ ਮੈਂ ਕਾ ਘਰੇ ਚੱਲ ਤੇ ਚਲੋ ਅਸੀਂ ਉਹਨੂੰ ਘਰੇ ਲੈ ਗਏ ਅਸੀਂ ਰੋਟੀ ਲਾਈ ਆਵਦੀ ਹੈ ਨਾ ਖਾਣਾ ਬਣਾਇਆ ਬਣਾ ਕੇ ਉਹਨੂੰ ਪੈਕ ਕਰਤਾ ਮੈਨੂੰ ਕਹਿੰਦਾ ਇਹ ਕੀ ਭਾਜੀ ਮੈਂ ਤਾਂ ਰੋਟੀ ਖਾ ਲਈ ਹੁਣ ਮੈਂ ਕਾ ਨਹੀਂ ਗਵਲਿਆ ਇਹ ਕੱਲ ਦੀਆਂ ਰੋਟੀਆਂ ਐ ਜਿਹੜੀਆਂ ਦੁਪਹਿਰੇ ਖਾਣੀਆਂ ਅਸੀਂ ਵੀ ਤੇ ਤੂੰ ਵੀ ਬਿਲਕੁਲ ਇਹ ਤੂੰ ਆਪ ਦੀ ਲੈ ਜਾ ਅਸੀਂ ਵੀ ਲਾ ਲਈ ਹੁਣ ਸਵੇਰੇ ਉੱਠ ਕੇ 7 ਵਜੇ ਉੱਠਾਂਗੇ ਤੇ 9 ਵਜੇ ਤਾਂ ਆਪਾਂ ਇੱਥੇ ਆਉਣਾ ਆ ਤੇ ਰੋਟੀ ਥੋੜੀ ਲਾਵਾਂਗੇ ਆਪਾਂ ਤਾਂ ਤਿਆਰ ਹੋ ਗਏ ਇਹ ਸਵੇਰੇ ਅਸੀਂ ਪੈਕ ਕਰ ਲੈਣੀਆਂ ਉੱਥੇ ਆਪਾਂ ਮਾਈਕ੍ਰੋਵੇਵ 'ਚ ਗਰਮ ਕਰਕੇ ਖਾ ਲੈਣੀਆਂ ਦੁਪਹਿਰ ਦੀਆਂ ਹਾਂ ਉਹ ਕਹਿੰਦਾ ਚਲੋ ਕੋਈ ਨਹੀਂ ਬਾਜੀ ਮੈਂ ਲੈ ਜਾਣਾ ਚਲੋ ਅਸੀਂ ਉਹ 15 20 ਦਿਨ ਸਾਡੇ ਨਾਲ ਉੱਥੇ ਰਹੇ ਤੇ ਅਸੀਂ ਉਹਦੇ ਨਾਲ ਉਵੇਂ ਸਾਡਾ ਪਿਆਰ ਚੱਲਦਾ ਰਿਹਾ ਉਸ ਉਸ ਬੰਦੇ ਨੇ ਮੈਨੂੰ ਦੱਸਿਆ ਮੈਨੂੰ ਕਹਿੰਦਾ ਬਾਜੀ ਐਂ ਕਰਕੇ ਵੀ ਮੈਂ ਉਹਨੂੰ ਕਿਹਾ ਯਾਰ ਮੈਂ ਕਿਹਾ ਵੀ ਤੂੰ ਕਿੱਥੇ ਸੀ ਉਹ ਉਹਨੂੰ ਦੱਸਿਆ ਕਹਿੰਦਾ ਮੈਂ ਬਲੀਵ ਯਰ ਰਹਿੰਦਾ ਸੀ ਮੈਂ ਕਹੇਰਾ ਬਲੀਵਿਆ ਤੇ ਮੈਂ ਨਾਲ ਦੇ ਨੂੰ ਮੁੰਡੇ ਨੂੰ ਕਿਹਾ ਮੈਂ ਕਹੇਰਾ ਐ ਕਰਕੇ ਬਲੀਵਿਆ ਦਾ ਆਪਾਂ ਬਲੀਵਿਆ ਜਾਣਾ ਸੀਗਾ ਉਹ ਕਹਿੰਦਾ ਹਾਂਜੀ ਭਾਜੀ ਮੈਂ ਬਲੀਵਿਆ ਲੈ ਜਾਊਗਾ ਤੁਹਾਨੂੰ ਉਹ ਕਹਿੰਦਾ ਤੇ ਮੈਂ ਕਹੇਰਾ ਅਸੀਂ ਬਲੀਵਿਆ ਨਹੀਂ ਜਾਣਾ ਦਰਸਲ ਸਾਡਾ ਮਕਸਦ ਅਮਰੀਕਾ ਆ ਤੇ ਅਸੀਂ ਅਮਰੀਕਾ ਜਾਣਾ ਕਹਿੰਦਾ ਭਾਜੀ ਇੱਕ ਬੰਦਾ ਹੈਗਾ ਕਹਿੰਦਾ ਉੱਥੇ ਨਾ ਉਹ ਬੰਦੇ ਬਲੀਵਿਆ ਤੋਂ ਅਮਰੀਕਾ ਭੇਜਦਾ ਤੇ ਮੈਂ ਕਹਾ ਗੱਲ ਕਰ ਉਹਨੇ ਉਹਦੇ ਨਾਲ ਗੱਲ ਕੀਤੀ ਰਾਤ ਅਸੀਂ ਆਉਦੇ ਕੋਲੇ ਰੱਖ ਲਿਆ ਨੂੰ ਮੈਂ ਕਿਹਾ ਤੂੰ ਸਾਡੇ ਆਉਦੇ ਰੂਮ ਚ ਨਾ ਜਾ ਤੂੰ ਇੱਥੇ ਹੀ ਰੁੱਕ ਸਾਡੇ ਕੋਲੇ ਅੱਜ ਕਹਿੰਦਾ ਮੈਂ ਰਾਤ ਨੂੰ ਫੋਨ ਕਰੂੰਗਾ ਨੇ ਗੱਲਬਾਤ ਕੀਤੀ ਉਹਨੇ ਸਾਡੇ ਤੋਂ ਉਹ ਸਮੇਂ 30000 ਡਾਲਰ ਯੂ ਐਸ ਡਾਲਰ ਬ੍ਰਾਜ਼ੀਲ ਤੋਂ ਲਾਈਕ ਉਹ ਕਹਿੰਦਾ ਬਿਲੀਵਿਆ ਆ ਜਾਓ ਉੱਥੋਂ ਮੈਂ ਤੁਹਾਨੂੰ ਭੇਜ ਦੂੰਗਾ ਬਾਈ ਪਲੇਨ ਉੱਪਰ ਦੀ ਹੁਣ ਮੈਨੂੰ ਨਹੀਂ ਪਤਾ ਉੱਪਰ ਦੀ ਕੀ ਤੇ ਥੱਲੇ ਦੀ ਕੀ ਸੀਗਾ ਕਹਿੰਦਾ ਉੱਪਰ ਦੀ ਜਾਣਾ ਤਾਂ 30000 ਜੇ ਥੱਲੇ ਦੀ ਜਾਣਾ ਤਾਂ 15000 ਮੈਂ ਕਿਹਾ ਬਈ ਮੈਨੂੰ ਇਹ ਨਹੀਂ ਪਤਾ ਉੱਪਰ ਦੀ ਥੱਲੇ ਦੀ ਕੀ ਹੁੰਦਾ ਕਹਿੰਦਾ ਜੇ ਤਾਂ ਬਾਈ ਪਲੇਨ ਮੈਕਸੀਕੋ ਜਾਣਾ ਤਾਂ 30000 ਡਾਲਰ ਲੱਗੂਗਾ ਜੇ ਤੁਸੀਂ ਬਾਈ ਰੋਡ ਜੰਗਲਾਂ ਵਿੱਚ ਦੀ ਜਾਓਗੇ ਤਾਂ ਤੁਹਾਡਾ 15000 ਡਾਲਰ ਲੱਗੂ ਮੈਂ ਕੱਟਦਾ ਮੈਂ ਕਿਹਾ ਚਲੋ ਠੀਕ ਹੈ ਭਾਜੀ ਅਸੀਂ ਦੱਸਦੇ ਆ ਮੈਂ ਕਿਹਾ ਯਾਰ ਇੰਨੇ ਪੈਸੇ ਹੁੰਦੇ ਤਾਂ ਘਾਟੇ ਹੀ ਕਾਦੇ ਸੀਗੇ ਵੀ 15000 ਡਾਲਰ ਉਹ ਵੀ ਥੱਲੋਂ ਦੀ ਜਾ ਕੇ ਦੇਣਾ ਤਾਂ ਫਿਰ ਉਹਨੂੰ ਆਏ ਤਾਂ ਪਏ ਆ ਆਪਾਂ 10 ਲੱਖ ਰੁਪਈਆ ਹੋਇਆ ਪਿਆ ਤੇ ਮੈਂ ਕਿਹਾ ਚਲੋ ਕੋਈ ਨਹੀਂ ਫਿਰ ਮੇਰੇ ਨਾਲ ਦੇ ਨੂੰ ਮੈਂ ਕਹਿੰਦਾ ਯਾਰ ਵੇਖੀ ਜਾਉਂ ਕਹਿੰਦਾ ਚੱਲ ਜੀ ਬਲੀਵਿਆ ਚੱਲ ਗਿਆ ਇੱਕ ਵਾਰੀ ਮੈਂ ਕਿਹਾ ਚਲੋ ਅਸੀਂ ਉਹਨੂੰ ਕਿਹਾ ਯਾਰ ਐਂ ਕਰਕੇ ਬਲੀਵੀਆ ਜਾਣਾ ਕਹਿੰਦਾ ਮੇਰੇ ਕੋਲ ਤਾਂ ਪੈਸੇ ਆ ਨਹੀਂ ਭਾਜੀ ਕਹਿੰਦਾ ਉਹ ਜਿਹੜਾ ਮੁੰਡਾ ਸੀ ਮੈਂ ਕਿਹਾ ਅਸੀਂ ਟਿਕਟ ਤੇਰੀ ਲਾਵਾਂਗੇ ਯਾਰ ਤਿੰਨੋਂ ਤੁਸੀਂ ਇਕੱਠੇ ਜਾਉਂਗੇ ਹਾਂ ਉਹ ਤੇ ਜਿਹੜਾ ਸਾਡਾ ਏਜੰਟ ਸੀ ਦਿੱਲੀ ਵਾਲਾ ਉਹਨੇ ਦੋ ਮੁੰਡੇ ਹੋਰ ਭੇਜਤੇ ਅੱਛਾ ਉਹ ਮੈਨੂੰ ਕਹਿੰਦਾ ਨਾ ਤੇਰੇ ਕੋਲ ਦੋ ਮੁੰਡੇ ਆ ਤੇਰੇ ਕੋਲ ਤੈਨੂੰ ਫੋਨ ਆਊਗਾ ਤੇ ਉਹਨੂੰ ਕਹਦੇ ਇੱਥੇ 60-70000 ਰੁਪਿਆ ਤਨਖਾਹ ਬਣਦੀ ਆ ਮੈਂ ਕਿਹਾ ਯਾਰ ਝੂਠ ਬਲਾਊਗਾ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਂ ਕਿਹਾ ਉਹਨੂੰ ਕਿਹਾ ਮੇਰਾ ਨੰਬਰ ਦੇ ਦਿਓ ਉਹਨੇ ਮੈਨੂੰ ਫੋਨ ਕੀਤਾ ਮੁੰਡੇ ਨੇ ਮੈਂ ਕਿਹਾ ਵੀਰੇ ਦੇਖ ਸੱਚ ਦ ਬਰਾਜ਼ੀਲ ਚ ਮੈਂ ਕਹਿੰਦਾ ਇੱਥੇ ਬਣਦਾ 900 ਰਿਆਲ 900 ਰਿਆਲ 27 ਨੂੰ ਗੁਣਾ ਕਰ ਲਾ 27 ਰੁਪਏ ਰੇਟ ਆ ਆਪਣੇ ਇੱਥੇ ਸਿਰਫ ਰੋਟੀ ਬਾਣੀ ਆ ਤੇ ਤੂੰ ਇੱਥੇ ਰਹਿ ਵਧੀਆ ਸਕਦਾ ਕੰਟਰੀ ਵਧੀਆ ਆ ਜੇ ਤੂੰ ਅਮਰੀਕਾ ਜਾਣਾ ਆ ਉਹ ਰਸਤਾ ਜ਼ਰੂਰ ਹੈਗਾ ਤੂੰ ਉਹ ਦੋ ਹੋਰ ਤਿਆਰ ਕਰ ਲੈ ਉਹ ਮੈਂ ਨਹੀਂ ਉਹਨੂੰ ਮੈਂ ਦੱਸਦਾ ਸੱਚ ਦੱਸਿਆ ਆਪਾਂ ਮੈਂ ਕਿਹਾ ਵੀ 27 900 ਰਿਆਲ ਸੈਲਰੀ ਆ ਮੈਂ ਕਿਹਾ ਮੇਰੀ ਉਹਦੇ ਚ ਅਸੀਂ ਰੂਮ ਰੈਂਟ ਦਿੰਨੇ ਆ ਤੇ ਆਉਦਾ ਰੋਟੀ ਬਾਣੀ ਖਾਣੇ ਜੇ ਤੂੰ ਕਹਿੰਦੇ ਵੀ ਮੈਂ ਇੱਥੇ ਆ ਕੇ ਘਰੇ 50000 ਮਹੀਨਾ ਪਾ ਦੂੰ ਨਹੀਂ ਪੈਣਾ ਬਾਈ ਤੂੰ ਕੱਲ ਨੂੰ ਆ ਕੇ ਮੈਨੂੰ ਕਹੇਗਾ ਬਾਈ ਮੈਂ ਤੁਹਾਨੂੰ ਦੱਸ ਦਿੰਦਾ ਯਾਰ ਵੀ ਮੈਂ ਤਾਂ ਮੇਰੇ ਕੋਲ ਤਾਂ ਪੈਸੇ ਹੀ ਹੋਣ ਹੈ ਦੀ ਸੀ ਮੈਂ ਤਾਂ ਵਿਆਹ ਤੇ ਜਾ ਕੇ ਆਇਆ ਤੇ ਕਹਿੰਦਾ ਬਾਈ ਤੁਹਾਡੀ ਮਿਹਰਬਾਨੀ ਅਸੀਂ ਜਾਣਾ ਅਮਰੀਕਾ ਉਹ ਜੋ ਕਹਿੰਦਾ ਹਾਂ ਮੈਂ ਕਹਾਂ ਵੀ ਜੇ ਅਮਰੀਕਾ ਜਾਣਾ ਤਾਂ ਆਜੋ ਬੰਦਾ ਸਹੀ ਹੈ ਬ੍ਰਾਜ਼ੀਲ ਦਾ ਤੁਹਾਨੂੰ ਭੇਜ ਦਊਗਾ ਸਾਨੂੰ ਵੀ ਇਸੇ ਨੇ ਭੇਜਿਆ ਵਿਜੰਟ ਸਹੀ ਹੈ ਚਲੋ ਉਹ ਸਾਡੇ ਕੋਲੇ ਆ ਗਏ ਉਸ ਤੋਂ ਬਾਅਦ ਚਲੋ ਉਹ ਦੋ ਮੁੰਡੇ ਸਾਡੇ ਨਾਲ ਰਲ ਗਏ ਤੇ ਦੋ ਅਸੀਂ ਸੀਗੇ ਇੱਕ ਉਹ ਹੋ ਗਿਆ ਪੰਜ ਹੋ ਗਏ ਪੰਜ ਹੋਗੇ ਪਰ ਉਹਨੇ ਸਾਡੇ ਨਾਲ ਬਿਲੀਵੀਅਰ ਤੱਕ ਹੀ ਜਾਣਾ ਸੀਗਾ ਜਿਹੜਾ ਉਹ ਮੁੰਡਾ ਜਿਹਨੂੰ ਮੈਂ ਮਿਲਿਆ ਸੀਗਾ ਪੌੜੀਆਂ 'ਚ ਬੈਠਾ ਸੀ ਜੀ 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 ਉਹਨੇ ਤਾਂ ਸਾਨੂੰ ਕਹਿਆ ਇਹ ਅੰਟ ਮਲਾ ਦੇਣਾ ਸੀ ਬਿਲੀਵੀਅਰ 'ਚ ਤੇ ਇੱਕ ਮੁੰਡਾ ਇਹ ਜਿਹੜੇ ਮੁੰਡੇ ਦੋ ਨਵੇਂ ਆਏ ਉਹਨਾਂ ਦਾ ਇੱਕ ਫਰੈਂਡ ਪਿੱਛੇ ਰਹਿ ਗਿਆ ਸੀ ਉਹਨੇ ਆਉਣਾ ਸੀ ਪੰਜਵਾਂ ਮੁੰਡਾ ਸਾਡੇ ਨਾਲ ਉਹ ਹੋ ਜਾਣਾ ਸੀ ਉਹਦਾ ਨਾਂ ਅਸੀਂ ਆਮਨ ਮੁੰਡੇ ਦਾ ਨਾਂ ਅਸੀਂ ਉੱਥੋਂ ਚਲੋ ਬਿਲੀਵੀਅਰ ਤੋਂ ਅਸੀਂ ਬਰਾਜ਼ੀਏ ਤੋਂ ਬਿਲੀਵੀਅਰ ਨੂੰ ਅਸੀਂ ਉੱਥੋਂ ਬੱਸ ਫੜ ਲਈ ਚਲੇ ਗਏ ਬਾਰਡਰ ਤੇ ਬਾਰਡਰ ਤੇ ਜਾ ਕੇ ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਐਂ ਕਰਕੇ ਅਸੀਂ ਬਲੀਵੀਆ ਬਲੀਵੀਆ ਜਾਣਾ ਆ ਉਹ ਕਹਿੰਦੇ ਸਾਨੂੰ ਹੋਟਲ ਬੁਕਿੰਗ ਦੇ ਦਿਓ ਕੱਲੀ ਵੀ ਤੁਸੀਂ ਕਿੱਥੇ ਰੁਕਣਾ ਆ ਫਿਰ ਅਸੀਂ ਇਹਨੂੰ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਉਹਨੂੰ ਸਪੈਨਿਸ਼ ਆਉਂਦੀ ਸੀ ਮੁੰਡੇ ਨੂੰ ਕਿਉਂਕਿ ਉਹ ਬਰਾਜ਼ੀ ਬਲੀਵੀਆ ਦੇ ਵਿੱਚ ਉਹ 2 ਸਾਲ ਤੋਂ ਰਹਿ ਰਿਹਾ ਸੀ ਵਰਕ ਪਰਮਿਟ ਸੀ ਉਹ ਮੁੰਡੇ ਕੋਲੇ ਤੇ ਉਥੇ ਜਦੋਂ ਉਹਨੇ ਗੱਲਬਾਤ ਕੀਤੀ ਉਹ ਦੂਜੇ ਬੰਦੇ ਨਾਲ ਜਿਹੜਾ ਏਜੰਟ ਸੀਗਾ ਬਲੀਵੀਆ ਦੇ ਵਿੱਚ ਉਹ ਕਹਿੰਦਾ ਮੈਂ ਹੁਣੇ ਭੇਜ ਦਿੰਨਾ ਉਹਨੇ ਬੈਠੇ ਨੇ ਕੰਪਿਊਟਰ ਤੇ ਗੱਡੀਆਂ ਜਿਵੇਂ ਗੱਡੀਆਂ ਸਾਨੂੰ ਨਹੀਂ ਪਤਾ ਉਹਨੇ ਭੇਜਤੀਆਂ ਸਾਨੂੰ ਵੀਜ਼ੇ ਮਿਲ ਗਏ ਦੁਬਾਰਾ ਪਹਿਲਾਂ ਵੀ ਬਲੀਵੀਆ ਦੇ ਵੀਜ਼ੇ ਸੀ ਦੁਬਾਰਾ ਫੇਰ ਮਿਲ ਗਏ ਅਸੀਂ ਬਲੀਵੀਆ ਚਲੇ ਗਏ ਜੀ ਤੇ ਉਥੇ ਰੁਕੇ ਅਸੀਂ ਕੋਈ 5-6 ਦਿਨ ਉਹਦਾਂ ਪੈਸੇ ਦੀ ਸੈਟਿੰਗ ਕੀਤੀ 5 ਜਾਣੇ ਹੋ ਗਏ ਅਸੀਂ ਪੰਜਾਂ ਜਾਣਾਂ ਤੋਂ ਉਹਨੇ ਕਹਤਾ ਵੀ ਕੋਈ ਗੱਲ ਨਹੀਂ ਮੈਂ ਦੋ ਦੋ ਜਾਣਿਆਂ ਨੂੰ ਤੁਹਾਨੂੰ ਮੈਂ ਵਾਰੀ ਸਰ ਜਿਵੇਂ ਦੋ ਪਹਿਲਾਂ ਜਾਵੜੋ ਹੁਣ ਮੈਂ ਤਾਂ ਜਿਹੜਾ ਮੇਰੇ ਨਾਲ ਸੀ ਮੁੰਡਾ ਉਹਦੇ ਨਾਲ ਹੀ ਜਾਣਾ ਸੀ ਜਿਹੜਾ ਮੈਨੂੰ ਕੋਡ ਉਪਰੇ ਤੋਂ ਮਿਲਿਆ ਅਸੀਂ ਦੋਨੇ ਚੱਲ ਪਏ ਫਿਰ ਕਾਫੀ ਕੰਟਰੀਆਂ ਜਿਵੇਂ ਬਲੀਵੀਆ ਤੋਂ ਆ ਗਿਆ Peru ਆ ਗਿਆ ਨਾਲ ਹੀ ਲਿਮਾ ਉਹਦੀ ਕੈਪੀਟਲ ਆ ਉੱਥੇ ਸਾਨੂੰ ਵਸਤੇ ਬਾਤ ਆ ਉਹਨਾਂ ਨੇ ਉਦੋਂ ਗਾ ਵੀ ਤੁਸੀਂ ਇਹ ਦੇਖੋ ਵੀ ਅਨਨੋਨ ਕੰਟਰੀ ਦੇ ਵਿੱਚ ਆਪਾਂ ਚੱਲੇ ਆ ਬਿਨਾ ਵੀਜ਼ੇ ਤੋਂ ਬਾਰਡਰ ਸਾਨੂੰ ਸਾਨੂੰ ਦੋ ਕੁੜੀਆਂ ਭੇਜਦੀਆਂ ਸਾਡੇ ਨਾਲ ਇਦਾਂ ਹੁੰਦਾ ਵੀ ਦੇਖਣ ਨੂੰ ਵੀ ਇਹਨਾਂ ਦੇ ਕੁੜੀਆਂ ਕੋ ਭੇਜਦੀਆਂ ਵੀ ਉਹ ਜਿਹੜੇ ਇਮੀਗ੍ਰੇਸ਼ਨ ਵਾਲੇ ਉਹ ਰ ਅੱਛਾ ਜੀ ਕਪਲ ਲੱਗੇ ਹੋਣ। ਲਾਈਕ ਅ ਕਪਲ ਆ ਫਰੈਂਡ ਆ ਆਪਸ ਵਿੱਚ ਇਹ ਵੀ ਇੱਥੇ ਹੀ ਰਹਿੰਦੇ ਹੋਣੇ ਕਿਉਂਕਿ ਆਪਾਂ ਅੱਜ ਆ ਕੇ ਤਾਂ ਕੁੜੀਆਂ ਉੱਥੇ ਦੀਆਂ ਸੀ। ਕੁੜੀਆਂ ਉੱਥੇ ਦੀਆਂ ਸੀ, ਬਲੀਵਿਆ ਦੀਆਂ ਸੀ। ਵੀ ਉਹਨਾਂ ਨੂੰ ਆਏ ਹੁੰਦਾ ਵੀ ਅੱਜ ਆ ਕੇ ਤਾਂ ਫਰੈਂਡ ਬੰਦੀ ਨਹੀਂ। ਅਕਸਰ ਇਹਨਾਂ ਨੂੰ ਕੋਈ ਇੱਥੇ 2 ਸਾਲ ਹੋ ਗਏ, 6 ਮਹੀਨੇ ਹੋ ਗਏ ਤਾਂ ਹੀ ਇਹਨਾਂ ਕੋਲੇ ਵੀਜ਼ੇ ਹੋਣਗੇ ਤਾਂ ਹੀ ਉਹ ਆਪਣੇ ਵਾਂਗੂ ਤਾਂ ਬਾਰਡਰ ਹੈ ਨਹੀਂ। ਓਪਨ ਬਾਰਡਰ ਆ। ਉੱਥੇ ਕੋਈ ਚੈਕਿੰਗ ਨਹੀਂ ਹੁੰਦੀ। ਤੁਹਾਡੇ ਬੈਗ ਪਾਇਆ ਹੋਇਆ ਤੁਸੀਂ ਆਹ ਬਲੀਵਿਆ ਹੈਗਾ ਆ, ਆਹ ਪੇਰੂਆ ਪਰਲੇ ਪਾਸੇ। ਇੱਕ ਪੌਲੀ ਆ ਤੁਸੀਂ ਪੌਲ ਕ੍ਰੋਸ ਕਰ ਲਿਆ Peru ਕੋਈ ਚੈਕਿੰਗ ਨਹੀਂ ਕੋਈ ਕੁਝ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਕੋਈ ਵੀ ਬੈਠੇ ਆ ਆਫਿਸ ਬਣੇ ਹੋਏ ਆ ਜੀਨੇ ਵੀਜ਼ਾ ਲੈਣਾ ਤੁਸੀਂ ਇਹਨਾਂ ਸ਼ੱਕ ਹੈ ਉਹ ਰੁਕ ਸਕਦੇ ਆ ਜਿਹਨੂੰ ਉਹਨਾਂ ਨੂੰ ਹੁੰਦਾ ਡਾਊਟ ਉਹ ਰੋਕ ਵੀ ਲੈਂਦੇ ਆ ਸਾਨੂੰ ਕੁੜੀਆਂ ਨੇ ਬੱਸ ਜਿਭਾਤਾ ਠੀਕ ਆ ਕਹਿੰਦੀ ਆ ਤੁਸੀਂ ਇੱਥੇ ਬੈਠੋ ਅਸੀਂ ਟਿਕਟ ਉਹਨਾਂ ਨੇ ਸਾਨੂੰ ਟਿਕਟ ਵੀ ਲਿਆਤੀ ਬੱਸ ਸਿ ਬਹਿ ਗਏ ਨਾ ਸਾਨੂੰ ਉਹਨਾਂ ਨੇ ਇੱਕ ਪਰਚੀ ਤੇ ਲਿਖਿਆ ਹੋਇਆ ਸੀ ਉਤੋਂ ਦਾ ਐਡਰੈਸ ਲੀਮਾ ਦਾ ਉੱਥੇ ਜਦੋਂ ਬੱਸ ਜਾ ਕੇ ਰੁਕ ਗਈ ਰਸਤੇ ਚੱਕੇ ਵਗੈਰਾ ਹੋਈ ਪਰ ਉਹਨਾਂ ਨੇ ਸਾਨੂੰ ਕੁਝ ਨਹੀਂ ਪੁੱਛਿਆ ਪਾਸਪੋਰਟ ਸਾਡੇ ਕੋਲੇ ਸੀਗੇ ਕਿਸੇ ਨਗੋਸ਼ਨੀ ਵਿੱਚ ਆ ਵੀ ਤੁਸੀਂ ਕਿੱਥੇ ਚੱਲੇ ਹੋ ਵੀਜ਼ਾ ਕੋਈ ਵੀਜ਼ਾ ਨਹੀਂ ਸਾਡੇ ਕੋਲ ਸਿਰਫ ਉਹ ਚੈਕਿੰਗ ਕਰਦੇ ਬੈਗਾਂ ਦੇ ਬੈਗ ਚੈੱਕ ਕੀਤੇ ਉਤਰ ਗਈ ਪੁਲਿਸ ਤਾਂ ਸਾਨੂੰ ਉਹਨਾਂ ਨੇ ਗਾਂ ਜਾ ਕੇ ਉਤਾਰਤਾ ਉਥੇ ਟੈਕਸੀ ਖੜੀ ਸੀ ਉਹਨੂੰ ਅਸੀਂ ਐਡਰੈਸ ਦਿਖਾਇਆ ਉਹਨੇ ਐਡਰੈਸ ਪੜ੍ਹਿਆ ਉਹ ਕਹਿੰਦਾ ਬੈਠ ਚੋ ਅਸੀਂ ਗੱਡੀ 'ਚ ਬੈਠੇ ਉਹਨੇ ਸਾਨੂੰ ਇੱਕ ਹੋਟਲ 'ਚ اتارਤਾ ਹੋਟਲ 'ਚ ਉਤਰ ਕੇ ਸੀ ਉਹਨੂੰ ਫੋਨ ਕੀਤਾ ਸਾਡੇ ਕੋਲ ਇੱਕ ਫੋਨ ਸੀ ਸਾਨੂੰ ਲੈ ਕੇ ਦੇ ਦਿੱਤਾ ਸੀ ਫੋਨ ਉਹ ਮਤਲਬ ਕਿ Peru ਦਾ ਨੰਬਰ ਪਾਤਾ ਸੀ ਉਹ ਕੁੜੀਆਂ ਨੇ ਫੋਨ ਵੀ ਦੇ ਦਿੱਤਾ ਸੀ ਸੈਮ ਉਹ ਵੀ ਪਾ ਕੇ ਦਿੱਤਾ ਸੀ ਇੱਕ ਹੀ ਫੋਨ ਦਿੱਤਾ ਸੀ ਸਾਨੂੰ ਦੋਵਾਂ ਨੂੰ ਅਸੀਂ ਉੱਥੇ ਜਾ ਕੇ ਫੋਨ ਕੀਤਾ ਉਹਦੇ ਜਿਹੜਾ ਏਜੰਟ ਸੀ ਸੀਗਾ ਵੀਰੇ ਅਸੀਂ ਇੱਥੇ ਆ ਗਏ ਉਹ ਕਹਿੰਦਾ ਕੋਈ ਗੱਲ ਨਹੀਂ ਤੁਹਾਡੇ ਕੋਲੇ ਮੁੰਡਾ ਆਊਗਾ ਅੱਜ ਦੀ ਰਾਤ ਰੁਕੋ ਕੱਲ ਨੂੰ ਆ ਚੁੱਕਾ ਅਸੀਂ ਕਹਿੰਦੇ ਠੀਕ ਆ ਅਸੀਂ ਉੱਥੇ ਰੋਟੀ ਪਾਣੀ ਖਾਦਾ ਦੂਜੇ ਦਿਨ ਨਹੀਂ ਆਇਆ ਸਾਡੇ ਕੋਲੇ ਦੋ ਰਾਤਾਂ ਉੱਥੇ ਤੀਜੇ ਦਿਨ ਸਾਡੇ ਕੋਲੇ ਉਹ ਆ ਗਿਆ ਸਾਨੂੰ ਕਹਿੰਦਾ ਵੀ ਆਪਾਂ ਚਲੋ ਚੱਲੀਏ ਸਾਨੂੰ ਉਹਨੇ ਚੱਕਿਆ ਅਸੀਂ ਉਹਦੇ ਮਗਰ ਕਾਰ ਕਰਾਈ ਗਾਂ ਜਾ ਕੇ ਉਹਨੇ ਫੇਰ ਬਸਤੇ ਬਾਤਾ ਐਦਾਂ ਬੱਸਾਂ 'ਚ ਬੈਠ ਕੇ ਮਤਲਬ ਕਿ ਬਾਰਡਰ ਤੇ ਜਦੋਂ ਪਹੁੰਚ ਜਾਂਦੇ ਸੀ ਅਸੀਂ ਅਗਲੀ ਕੰਟਰੀ ਪੇਰੂ ਤੋਂ ਗਾਂ ਆ ਜਾਂਦਾ ਇਕਵਾਡੋਰਾ ਜਾਂਦਾ ਆ ਪੇਰੂ ਤੋਂ ਸੀ ਇਕਵਾਡੋਰ ਉਹਨੇ ਬਾਰਡਰ ਤੇ ਸਾਨੂੰ ਲਿਜਾ ਕੇ ਉਹਨੇ ਛੱਡਤਾ ਨਾ ਵੀ ਤੁਸੀਂ ਉੱਥੇ ਵੀ ਗਾਂ ਬੱਸ ਲੱਗੀ ਹੁੰਦੀ ਆ ਅਗਲੀ ਗਾਂ ਟ੍ਰੈਂਟ ਉਹਨੇ ਸਾਨੂੰ ਜਦੋਂ ਅਸੀਂ ਇਕਵਾਡੋਰ ਐਂਟਰ ਹੋਏ ਨਾ ਇੱਕ ਸਾਨੂੰ ਜੀਪ ਚ ਭਾ ਲਿਆ ਜੀਪ ਚ ਗਾਂ ਆਰਮੀ ਖੜੀ ਸੀ ਇਕਵਾਡੋਰ ਚ ਬਾਰਡਰ ਤੇ ਉਹਨਾਂ ਨੇ ਕੁਝ ਨਹੀਂ ਕੀਤਾ ਬੈਗ ਚੈੱਕ ਕੀਤੇ ਆ ਬੈਗ ਚੈੱਕ ਕਰਨ ਤੋਂ ਬਾਅਦ ਸਾਨੂੰ ਉਹਨੂੰ ਕਹਿੰਦਾ ਡਰਾਈਵਰ ਨੂੰ ਜਿਹੜਾ ਸੀ ਸਾਡਾ ਗੱਡੀ ਆ ਉਹ ਕਹਿੰਦੇ ਚਲੋ ਜਾਓ ਜੀ ਅਸੀਂ ਚਲੇ ਗਏ ਫਿਰ ਸਾਨੂੰ ਉਹਨਾਂ ਨੇ ਇਕਵਾਡੋਰ ਰੱਖਿਆ ਜਾ ਕੇ ਘਰੇ ਖਾਣਾ ਪੀਣਾ ਦਾ ਤੁਹਾਨੂੰ ਪਤਾ ਹੀ ਆ ਵੀ ਉੱਥੇ ਇਹਨਾਂ ਗੰਡਰੀਆਂ ਤਾਂ ਫਿਰ ਉਹੋ ਜਿਹਾ ਕੁਛ ਹੀ ਆ ਰੋਟੀ ਤਾਂ ਮਿਲਦੀ ਨਹੀਂ ਜੀ ਕੀ ਖਾਂਦੇ ਸੀ ਫਿਰ ਚਿਕਨ ਹੀ ਚੱਲਦਾ ਸੀਗਾ ਜੀ ਚੌਲ ਜਿਗਨ ਤੇ ਜਾਂ ਇਹਨਾਂ ਦੀ ਇੱਕ ਨਾ ਵਾਈਟ ਮੱਕੀ ਹੁੰਦੀ ਆ ਉਹਦੀ ਈਡੀਕ ਰੋਟੀ ਬਣਾਉਂਦੇ ਆ ਇਹ ਮੈਂ ਤਾਂ ਮੱਕੀ ਸ਼ੁਰੂ ਤੋਂ ਹੀ ਨਹੀਂ ਖਾਦੀ ਜੀ ਅੱਜ ਤੱਕ ਆਪ ਨੂੰ ਸੁਆਦ ਹੀ ਨਹੀਂ ਸੀ ਲੱਗਦੀ ਜਾਂ ਇਹ ਸਾਨੂੰ ਦਿੰਦੇ ਕੀਮਾ ਕੀਮਾ ਆਉਂਦਾ ਇੱਕ ਮੈਨੂੰ ਲੱਗਦਾ ਵੀ ਮੱਜ ਦਾ ਹੁੰਦਾ ਕਿ ਪਤਾ ਨਹੀਂ ਗਾਂ ਦਾ ਹੁੰਦਾ ਰੱਬ ਜਾਣੇ ਕੀਮਾ ਕਹਿੰਦੇ ਉਹਨੂੰ ਇਹ ਤੋਂ ਜਿੱਦਾਂ ਆਪਣੀਆਂ ਭਿੰਡੀਆਂ ਨਹੀਂ ਬਣਦੀਆਂ ਐਦਾਂ ਬਲੈਕ ਜਿਹਾ ਹੋ ਜਾਂਦਾ ਉਹ ਜਦੋਂ ਇਹ ਬਣਾਉਂਦੇ ਆ ਆਪਾਂ ਨਹੀਂ ਖਾਦਾ ਮੈਂ ਕਿਹਾ ਵੀ ਅਸੀਂ ਇਹ ਖਾਂਦੇ ਨਹੀਂ ਅਸੀਂ ਤਾਂ ਚਿਕਨ ਖਾ ਸਕਦੇ ਆ ਕੱਲਾ ਚਲੋ ਆਪਾਂ ਖਾ ਹੀ ਲੈਨੇ ਇੰਡੀਆ ਚ ਮੈਂ ਕਿਹਾ ਵੀ ਅਸੀਂ ਚਿਕਨ ਖਾ ਸਕਦੇ ਆ ਕਿਸੇ ਟਾਈਮ ਸਾਨੂੰ ਚਿਕਨ ਮਿਲਿਆ ਵੀ ਨਹੀਂ ਪਰ ਸਾਨੂੰ ਭੁੱਖੇ ਰਹਿਣਾ ਪਿਆ ਕਿਉਂ ਗਾਂ ਖਾਣੀ ਆਪਣੇ ਤਾਂ ਧਰਮ ਦੇ ਖਿਲਾਫ ਆ ਯਾਰ ਆਪਾਂ ਗਾਂ ਖਾ ਹੀ ਨਹੀਂ ਸਕਦੇ ਆਪਾਂ ਮਾਰ ਨਹੀਂ ਸਕਦੇ ਖਾਣਾ ਤਾਂ ਬਹੁਤ ਵੱਡੀ ਗੱਲ ਆ ਨਾ ਤੇ ਮੈਂ ਕਿਹਾ ਵੀ ਅਸੀਂ ਹੋਰ ਕੁਝ ਨਹੀਂ ਖਾ ਸਕਦੇ ਸਾਨੂੰ ਜੇ ਤੁਸੀਂ ਚਿਕਨ ਦੇ ਸਕਦੇ ਆ ਫਿਰ ਉਹਨਾਂ ਨੇ ਸਾਨੂੰ ਕੀ ਕਰਨਾ ਚਿਕਨ ਲਿਆ ਦੇਣਾ ਚੌਲ ਦੇ ਦੇਨੇ ਤੇ ਨਾਲ ਸਾਨੂੰ 2 ਲੀਟਰ ਦੀ ਕੋਕ ਦੀ ਬੋਤਲ ਕੋਕ ਹਰ ਇੱਕ ਕੰਟਰੀ ਚ ਫੇਮਸ ਆ ਹਾਂ ਬਿਲਕੁਲ ਜਿੱਥੇ ਜਾੜੋ ਕੋਕਤਾ ਤੁਹਾਨੂੰ ਮਿਲ ਹੀ ਜਾਣਾ ਆ ਫਿਰ ਹੁਣ ਸਾਨੂੰ ਐਂ ਵੀ ਰਾਸਤੇ 'ਚ ਵੀ ਜਿਵੇਂ ਹੁਣ ਚਿਕਨ ਮਿਲ ਗਿਆ ਕੋਕ ਮਿਲ ਗਿਆ ਤੇ ਅਸੀਂ ਚੌਲ ਖਾ ਕੇ ਗੁਜ਼ਾਰਾ ਕਰਦੇ ਰਹੇ ਇਦਾਂ ਸਾਰੀਆਂ ਕੰਟਰੀਆਂ ਜਿੱਦਾਂ ਹੁਣ ਇਕਵਾਡੋਰ ਕ੍ਰਾਸ ਕਰ ਲਿਆ ਫਿਰ ਗਾਂ ਆ ਜਾਂਦਾ ਇਕਵਾਡੋਰ ਤੋਂ ਗਾਂ ਸੀ ਗਏ ਸੀ ਮਾਨਾ ਕੋਆ ਨਾ ਨਾ ਇਕਵਾਡੋਰ ਤੋਂ ਕੋਲੰਬੀਆ 'ਚ ਆ ਗਏ ਸੀ ਸੌਰੀ ਕੋਲੰਬੀਆ ਆ ਗਿਆ ਕੋਲੰਬੀਆ ਦੇ ਵਿੱਚ ਫਿਰ ਉੱਥੇ ਟਰਬੋ ਦਾ ਜੰਗਲ ਆ ਜਾਂਦਾ ਆ ਸਮੁੰਦਰ ਆ ਜਾਂਦਾ ਜਿੱਥੇ ਬਹੁਤ ਜ਼ਿਆਦਾ ਡੇਂਜਰਸ ਏਰੀਆ ਹੈ ਉਹ ਸਮੁੰਦਰ ਦੇ ਵਿੱਚ ਇੱਕ ਬੋਰਡ ਦੀ 10 ਬੰਦਿਆਂ ਦੀ ਕਪੈਸਿਟੀ ਆ ਤਾਂ ਸਾਡੇ ਉਹ ਇਲੀਗਲ ਤਰੀਕਾ ਉਹ ਇਲੀਗਲ ਹੀ ਆ ਜੀ ਸਾਰਾ ਇਹ ਸਾਰਾ ਕੁਝ ਇਲੀਗਲੀ ਚੱਲਦਾ ਲੀਗਲ ਤਾਂ ਕੁਝ ਵੀ ਨਹੀਂਗਾ ਸਾਨੂੰ ਇਹ ਨਹੀਂ ਪਤਾ ਸਾਨੂੰ ਜਿਵੇਂ ਹੁਣ ਮੰਨ ਲਓ ਇਥੋਂ ਤੁਸੀਂ ਮੰਨ ਲਓ ਇਥੋਂ ਲੁਧਿਆਣੇੋਂ ਬੱਸ ਭਾਤਾ ਸਪੋਜ਼ ਕਰੋ ਮੈਨੂੰ ਮੈਂ ਅਦਰ ਕੰਟਰੀ ਦਾ ਪਰਸਨ ਹੈ ਨਾ ਤੁਸੀਂ ਮੈਨੂੰ ਲੁਧਿਆਣੇੋਂ ਬੱਸ ਭਾਤਾ ਤੇ ਗੋਡਗਪੁਰੇ ਮੈਨੂੰ ਤਾਂ ਪਤਾ ਨਹੀਂ ਗੋਡਗਪੁਰਾ ਕਿੱਥੇ ਆ ਬਿਲਕੁਲ ਬੱਸ ਵਾਲੇ ਨੂੰ ਤੁਸੀਂ ਕਨੈਕਟਰ ਨੂੰ ਜਾਂ ਡਰਾਈਵਰ ਨੂੰ ਜਿਹੜੇ ਪੈਸੇ ਬਣਦੇ ਉਹਨੂੰ ਕਹਿੰਦਾ ਵੀ ਤੈਨੂੰ ਉੱਥੇ ਬੰਦਾ ਮਿਲੂਗਾ ਇਹ ਬੰਦੇ ਉਹਨੂੰ ਫੜਾ ਦੇਣੇ ਆ ਉਹ ਤੈਨੂੰ ਤੇਰੀ ਬੰਦੀ ਪੇਮੈਂਟ ਦੇ ਦੇਊਗਾ ਉਹ ਕਨੈਕਸ਼ਨ ਕਿੰਨਾ ਵੱਡਾ ਸੀ ਨਾ ਉਹਦਾ ਬੜਾ ਵੱਡਾ ਕਨੈਕਸ਼ਨ ਆ ਉਹਨਾਂ ਦਾ ਉਹਨੇ ਉਹ ਕਹਿੰਦਾ ਵੀ ਓਕੇ ਹੈ ਨਾ ਉਹਨਾਂ ਦੀ ਸਾਨੂੰ ਜਿਹ ਅਸੀਂ ਤਾਂ ਕਨੈਕਟਰ ਡਰਾਈਵਰ ਨੂੰ ਜਾਣਦੇ ਆ ਵੀ ਸਾਡਾ ਬੰਦਾ ਇਹਨੂੰ ਸਾਡੀ ਬਾਹ ਫੜਾ। ਬਿਲਕੁਲ। ਠੀਕ ਹੈ ਅਸੀਂ ਤਾਂ ਉਹਨਾਂ ਦੇ ਇਸ਼ਾਰਿਆਂ ਤੇ ਨੱਚਣਾ। ਬਿਲਕੁਲ। ਉਹਨੇ ਕਹਿ ਦੇਣਾ ਵੀ ਸੀਟ ਤੇ ਬਹਿ ਜਾ ਅਸੀਂ ਸੀਟ ਤੇ ਬਹਿ ਜਾਣਾ ਜੇ ਉਹਨੇ ਕਹਤਾ ਉਹਨਾਂ ਚ ਉਹ ਜਿਹੜੀ ਉਥੋਂ ਦੀਆਂ ਬੱਸਾਂ ਨਾਲ ਉਹਨਾਂ ਦੇ ਵਿੱਚ ਹੀ ਬਾਥਰੂਮ ਬਣੇ ਹੁੰਦੇ ਆ। ਜਦੋਂ ਕਿਤੇ ਚੈਕਿੰਗ ਹੁੰਦੀ ਹੈ ਇਮੀਗ੍ਰੇਸ਼ਨ ਦੀ ਤਾਂ ਉਹਨਾਂ ਨੇ ਸਾਨੂੰ ਬਾਥਰੂਮ ਚ ਕਹਿਣਾ ਬਾਥਰੂਮ ਚ ਵੜ ਜਾਓ। ਅੱਛਾ। ਠੀਕ ਹੈ ਅਸੀਂ ਦੋ ਜਣੇ ਸੀ ਸਾਨੂੰ ਬਾਥਰੂਮ ਚ ਵੜ ਕੇ ਉਹਨੇ ਬਾਹਰੋਂ ਲੋਕ ਲਾਤਾ। ਤੁਸੀਂ ਇੱਕਾ ਕਮਰੇ ਚ ਲੋਕ ਲਾ ਦਈਏ ਨਾ ਤਾਂ ਜਿੱਥੇ ਆਪਾਂ ਰਹਿੰਨੇ ਆ ਉਹ ਤਾਂ ਵੱਖਰੀ ਕਿਸੇ ਹੋਰ ਜਗ੍ਹਾ ਤੇ ਜਾ ਕੇ ਜੇ ਤੁਹਾਨੂੰ ਅੰਦਰ ਕਰਕੇ ਆਪਾਂ ਲੋਕ ਲਾ ਦਈਏ ਨਾ ਬੰਦਾ ਘਬਰਾ ਜਾਂਦਾ ਯਾਰ ਮੈਨੂੰ ਬਾਹਰੋਂ ਲੋਕ ਲਾ ਕੇ ਮੈਂ ਜਾਵਾਂ ਕਿੱਧਰ ਬਿਲਕੁਲ ਇੰਨੀ ਟੈਨਸ਼ਨ ਪੈ ਜਾਂਦੀ ਆ ਅਸੀਂ ਉੱਥੇ 5 ਮਿੰਟ 7 ਮਿੰਟ 10 ਮਿੰਟ ਦੇਖਿਆ ਯਾਰ ਬਸ ਤੁਰਪੀ ਜੇ ਨਜ਼ਰਵਾਜ਼ ਘੜੀ ਸੀ ਅਸੀਂ ਵੀ ਸਾਇਲੈਂਟ ਵੀ ਚੈਕਿੰਗ ਹੁੰਦੀ ਪਈ ਆ ਬਿਲਕੁਲ ਜਦੋਂ ਬੱਸ ਚੱਲ ਵੀ ਅਸੀਂ 2 ਮਿੰਟ 4 ਮਿੰਟ ਦੇਖਿਆ ਯਾਰ ਬੰਦਾ ਦਰਵਾਜ਼ਾ ਨਹੀਂ ਖੋਲਦਾ ਪਿਆਗਾ ਸਾਨੂੰ ਪਸੀਨਾ ਆਣਾ ਸ਼ੁਰੂ ਹੋ ਗਿਆ ਜਾਂ ਏਸੀ ਚੱਲ ਰਿਹਾ ਪਰ ਸਾਨੂੰ ਪਸੀਨਾ ਆ ਰਿਹਾ ਵੀ ਘਬਰਾਟ ਮਹਿਸੂਸ ਹੋਣ ਲੱਗ ਗਈ ਅੰਦਰੋਂ ਵੀ ਯਾਰ ਇਹ ਖੋਲਦਾ ਕਿਉ ਅਥਾ ਖੜਕਾਇਆ ਉਹਨੂੰ ਜ਼ੋਰ-ਜ਼ੋਰ ਦੀ ਫਿਰ ਉਹਨੇ ਆ ਕੇ ਸਾਡਾ ਦਰਵਾਜ਼ਾ ਖੋਲ੍ਹਿਆ ਤੇ ਸਾਨੂੰ ਕਹਿੰਦਾ ਇੱਥੇ ਬੈਠ ਜਾਓ ਉਹ ਗੁੱਸਾ ਤਾਂ ਸਾਨੂੰ ਬਹੁਤ ਸੀਗਾ ਵੀ ਇਹਨੇ ਸਾਨੂੰ ਅੰਦਰ ਬੰਦ ਕਰਤਾ ਆਣਾ ਵੀ ਅਸੀਂ ਅੰਦਰ ਮਰ ਜਾਂਦੇ ਪਰ ਕੀ ਕਰ ਸਕਦੇ ਆ ਅੱਬਾ ਅਗਲੇ ਜਾਤਾਂ ਸਾਨੂੰ ਕੀ ਪਤਾ ਅਗਲਾ ਇੱਥੇ ਲਾਹ ਜੇ ਤੇ ਅਗਲਾ ਜਾਵੜੇ ਅਸੀਂ ਕਿੱਧਰ ਜਾਵਾਂਗੇ ਮਜਬੂਰੀ ਸੀ ਸਾਡੀ ਚਲੋ ਉਦੋਂ ਗਾਂ ਇਦਾਂ ਸਾਨੂੰ ਗਾਂ ਦੀਆਂ ਬੰਦੇ ਮਿਲਦੇ ਗਏ ਇੱਕ ਥਾਂ ਤੇ ਸਾਨੂੰ ਬਾਥਰੂਮ ਦੇ ਵਿੱਚ 9 ਜਣਾਂ ਨੂੰ ਅਟੈਚ ਕੀਤਾ ਉਹਨਾਂ ਨੇ ਉਹ ਤੁਹਾਡਾ ਬਲਾਜੇ 9 ਜਣੇ ਅਸੀਂ ਸਾਰੇ ਮੈਕਸੀਕੋ ਦੇ ਵਿੱਚ ਗੱਲ ਦੱਸਦਾ ਤੁਹਾਨੂੰ ਤੇ 9 ਜਾਣੇ ਇਕੱਠੇ ਉਹਨੇ ਬਾਥਰੂਮ ਜਬੰਦ ਕਰਤੇ ਵੀ ਤੁਸੀਂ ਦੇਖ ਲਓ ਇੱਕ ਦੂਜੇ ਦੇ ਪੈਰਾਂ ਤੇ ਪੈਰ ਰੱਖ ਕੇ ਖੜੇ ਹੋਏ ਆਂ ਸੀ ਜਿੱਥੇ ਇੱਕ ਬਾਥਰੂਮ ਦੇ ਵਿੱਚ ਸਪੇਸ 2 ਬੰਦਿਆਂ ਦੀ ਹੋਊਗੀ 3ਾਂ ਦੀ ਹੋਊਗੀ 4ਾਂ ਦੀ ਹੋਊਗੀ ਹੱਦ 5ਾਂ ਦੀ ਹੋਊਗੀ ਅਸੀਂ 9 ਜਾਣੇ ਇੱਕ ਦੂਜੇ ਦੇ ਉੱਤੇ ਚੜ੍ਹ ਕੇ ਖੜੇ ਤੇ ਮੈਨੂੰ ਸਾਰੇ ਪੰਜਾਬੀ ਸਾਰੇ ਪੰਜਾਬੀ ਅਸੀਂ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਕਰੇਜ਼ ਪੰਜਾਬੀਆਂ ਨੂੰ ਬਾਹਰ ਜਾਣ ਦਾ ਕਿ ਸਾਰੇ ਪਾਕਿਸਤਾਨੀ 네ਪਾਲੀ ਤੇ ਬੰਗਾਲੀ ਜਿੱਥੇ ਪੜਾਈ ਦੀ ਕਿਤੇ ਨਾ ਕਿਤੇ ਕਮੀ ਆ ਤਾਂ ਇਹ ਹੀ ਆ ਇਹ ਹੀ ਕਰ ਲਾ ਇੰਡੀਆ ਦੇ ਵਿੱਚ ਸਾਊਥ ਵਾਲੇ ਲੋਕ ਆ ਉਹ ਜਾਂਦੇ ਹੀ ਨਹੀਂ ਇਸ ਲੀਗਲ ਉਹ ਲੀਗਲ ਤਰੀਕੇ ਨਾਲ ਜਾਂਦੇ ਆ ਸਟੱਡੀ ਕਰਕੇ ਜਾਂਦੇ ਆ ਸਿਰਫ ਪੰਜਾਬ ਚ ਜਿਆਦਾ ਕੱਲਾ ਜਿਆਦਾਤਰ ਪੰਜਾਬ ਜਾਂ ਹੁਣ ਹਰਿਆਣਾ ਵੀ ਚੱਲ ਪਿਆ ਡੌਂਕੀ ਦੇ ਤਰੀਕੇ ਨਾਲ ਹੁਣ ਡੌਂਕੀ ਵਧੀਏ ਬਈ ਘੱਟੀ ਐ ਬਹੁਤ ਜਿਆਦਾ ਵਧ ਗਈ ਜੀ ਤੇ ਬਈ ਲੋਕ ਕਿਉਂ ਨਹੀਂ ਜਿੱਦਦਾ ਤੁਸੀਂ ਦੱਸ ਰਹੇ ਹੋ ਮੈਨੂੰ ਸ਼ੌਕ ਆ ਰਿਹਾ ਹੈ ਜੀ ਤਾਂ ਅੱਗੇ ਵੀ ਆਪਾਂ ਚੱਲਾਂਗੇ ਕੀ ਕੁਝ ਹੋਇਆ ਫਿਰ ਲੋਕ ਮਤਲਬ ਇੱਕ ਕੱਲਾ ਇੱਕ ਕਮਾਈ ਦਾ ਸਾਧਨ ਦਾ ਦੇ ਕੇ ਨਾਮ ਇਹ ਕਰਦੇ ਚੰਗੇ ਲੱਗਦੇ ਨੇ ਕਿ ਕਈਆਂ ਨੂੰ ਸਵਾਦ ਵੀ ਆ ਕਿ ਡੌਂਕੀ ਦਾ ਸਵਾਦ ਵੀ ਲੈ ਕੇ ਦੇਖੀਏ ਇਹ ਵੀ ਹੁੰਦਾ ਡੌਂਕੀ ਦੇ ਸਵਾਦ ਵਾਲਾ ਤਾਂ ਸਿਰਫ ਮਤਲਬ ਮਜਬੂਰੀਆਂ ਵਾਲੇ ਨੇ ਮਜਬੂਰੀ ਵੀ ਬਾਈ ਕਿਦਾਂ ਕਿਤੇ ਸਵਾਦ ਵਾਲੇ ਦਾ ਬਹੁਤ ਘੱਟ ਆ ਉਹ ਵੀ ਜਿਨ੍ਹਾਂ ਨੇ ਲੋਕਾਂ ਨੂੰ ਜਾਗਰੂਤ ਕਰਨਾ ਆਪਦੀ ਸਿਹਤ ਤੇ ਖੇਡ ਕੇ ਮੈਂ ਇਹ ਨਹੀਂ ਕਹਿੰਦਾ ਵੀ ਅੱਜ ਮੈਂ ਲੋਕਾਂ ਨੂੰ ਜਾਗਰੂਤ ਕਰ ਰਿਹਾ ਪਰ ਉਹ ਤਾਂ ਚਲੋ ਮੇਰੇ ਨਾਲ ਹੋ ਗਿਆ ਤੁਸੀਂ ਐਕਸਪੀਰੀਅੰਸ ਸ਼ੇਅਰ ਕਰ ਰਹੇ ਹੋ ਮੈਂ ਆਦਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਵੀ ਮੇਰੇ ਨਾਲ ਆ ਕੁਝ ਹੋ ਗਿਆ ਯਾਰ ਤੁਹਾਡੇ ਨਾਲ ਨਾ ਹੋਵੇ ਪਰ ਲੋਕ ਫਿਰ ਵੀ ਕਿਵੇਂ ਡੌਂਕੀਆਂ ਕਿਉਂ ਬਦਰੀਆਂ ਨੇ ਬਾਈ ਠੀਕ ਹੈ ਆਪਣੇ ਪੰਜਾਬ ਚਾ ਜਨੌਕਰੀਆਂ ਦੀ ਦਿੱਕਤ ਹੈ ਕੰਮ ਦੀ ਦਿੱਕਤ ਨਹੀਂ ਦਿੱਕਤ ਹੈ ਪਤਾ ਨਹੀਂ ਲੋਕ ਕਿਉਂ ਨਹੀਂ ਸਮਝਦੇ ਜਿੱਦਾਂ ਕਿ ਸ਼ਰਾਬ ਦੀ ਬੋਤਲ ਤੇ ਲਿਖਿਆ ਨਾ ਸਿਹਤ ਲਈ ਹਾਨੀਕਾਰਕ ਫਿਰ ਵੀ ਪੀਣੀਏ ਫਿਰ ਵੀ ਪੀਣੀ ਆ ਨਾ ਸਭ ਤੋਂ ਵੱਧ ਵਿਗਦੀ ਐ ਪੰਜਾਬ 'ਚ ਉਹ ਗੱਲ ਆ ਵੀ ਜਿੰਨਾ ਆਪਾਂ ਲੋਕਾਂ ਨੂੰ ਦੱਸਦੇ ਆਂ ਵੀ ਯਾਰ ਤੁਸੀਂ ਇਹ ਕੰਮ ਨਾ ਕਰੋ ਮੈਨੂੰ ਲੱਗਦਾ ਲੋਕ ਉਨਾ ਹੀ ਵੱਧ ਕਰਦੇ ਫਿਰ ਕੀ ਹੋਇਆ ਭਈ ਤੁਸੀਂ ਗਏ ਲੱਗ ਲੱਗ ਨੋ ਜਾਣੇ ਸਾਨੂੰ ਉਹਨਾਂ ਨੇ ਬੰਦ ਕਰਤਾ ਫਿਰ ਉਹ ਸੇਮ ਉਹੀ ਹੋ ਗਿਆ ਬਸ ਰੁਕੀ ਚੈਕਿੰਗ ਹੋ ਗਈ ਚੈਕਿੰਗ ਤੋਂ ਬਾਅਦ ਉਹ ਫਿਰ ਨਹੀਂ ਸਾਨੂੰ ਖੋਲਿਆ ਉਹਨੇ ਸਾਨੂੰ ਘਬਰਾਹਟ ਜੇ ਮੈਨੂੰ ਲੱਗਦਾ ਜੀ ਉਹ ਜਿਆਦਾ ਤੋਂ ਜਿਆਦਾ 5 ਮਿੰਟ ਮੇਰੇ ਸਾਹ ਨੂੰ ਨਾ ਖੋਲਦਾ ਮੈਂ ਬੇਹੋਸ਼ ਹੋ ਜਾਣਾ ਮੈਂ ਹੋ ਜਾਣਾ ਸੀ ਦ ਫਿਰ ਉਹਨਾਂ ਨੂੰ ਮੈਂ ਕਹਾ ਯਾਰ ਹਜੇ ਇੱਕ ਨਾ ਉਹ ਬੱਸ ਦੇ ਵਿੱਚ ਗਦਾ ਤੇ ਮੋਰੀ ਸੀ ਛੋਟੀ ਜੀ ਜਦੋਂ ਬੰਦੇ ਨੂੰ ਕਹਿੰਦਾ ਨਾ ਸਰਾਖ ਮਿਲਦਾ ਛੋਟਾ ਜ ਮੈਂ ਉਹਦੇ ਕੋਲੇ ਐ ਆਦਾ ਜਿਹੜਾ ਫੇਸ ਕੀਤਾ ਉੱਥੋਂ ਮੈਂ ਸਾਹ ਲੈ ਰਿਆ ਸੀ ਕਿ ਮੈਨੂੰ ਬਾਹਰ ਦੀ ਹਵਾ ਮਿਲਦੀ ਪਈ ਆ ਕੁਦਰਤੀ ਜੇ ਉਹ ਨਾ ਹੁੰਦੀ ਮੈਨੂੰ ਲੱਗਦਾ ਹੋ ਜਾਦਾ ਉਸ ਤੋਂ ਪਹਿਲਾਂ ਮੈਂ ਬੇਹੋਸ਼ ਹੋ ਜਾਂਦਾ ਬੱਸ ਦੇ ਕੋ ਨੌ ਜਾਣੇ ਪੋਰਾ ਕਿ ਸਪੇਸ ਐ ਯਾਰ ਤੁਸੀਂ ਉਹਦੇ ਚੱਕ ਦੂਜੇ ਸਾਨੂੰ ਬੰਦ ਕਰਦਾ ਜਿਹਨੇ ਟ੍ਰੇਨ ਚ ਬਾਥਰੂਮ ਹੁੰਦੇ ਉੰਨੀ ਜਗ੍ਹਾ ਹੋਏਗੀ ਹਾਂ ਸੇਮ ਸੇਮ ਉਨੀ ਜਗ੍ਹਾ ਹੁੰਦੀ ਆ ਕੋਈ ਜੇ ਮਣੀਏ ਤਾਂ ਖੋ ਸਕਦਾ ਵੱਧ ਜੇ ਹੋ ਜਾਦਾ ਘਟ ਜੇ ਬਾਈ ਕੁ ਬਸ ਕਿੰਨੀ ਜਗ੍ਹਾ ਦੇਗਾ ਅਗਲਾ ਉਹ ਥੋੜੀ ਬਣਾਏਗਾ ਹਾਂ ਤੇ ਉਸ ਵਾ ਨਾਲ ਅਸੀਂ ਮੈਗਾ ਵੀ ਇਹਦਾ ਜੋ ਹੀ ਗੱਲ ਹੋ ਗਈ ਵੀ ਜੋ ਖਮਚੀ ਬਾਈ ਫਿਰਦੇ ਜਿੰਦਗੀ ਉਸ ਦਿਨ ਆਇਆ ਬਈ ਕਿ ਯਾਰ ਪੰਗਾ ਲੈ ਲੇ ਯਾ ਤਾਂ ਬਈ ਮੋੜ-ਮੋੜ ਤੇ ਆ ਕੈਂਟ ਸਕੈਂਡ ਤੇ ਪਰਮਾਤਮਾ ਹੀ ਆਉਂਦਾ ਉਦੋਂ ਜਿਸ ਨੂੰ ਅਸੀਂ ਮੰਨਦੇ ਆ ਜਿਸ ਧਰਮ ਨਾਲ ਅਸੀਂ ਰਿਲੇਟਡ ਹੁੰਨੇ ਆ ਨਾ ਸਾਨੂੰ ਫਿਰ ਉਹੀ ਅੱਗੇ ਦਈਦਾ ਵੀ ਯਾਰ ਜੇ ਬਚਾ ਲੈਗਾ ਤਾਂ ਅਜ ਕੋ ਮਾਪਿਓ ਤਾਂ ਬੜੀ ਦੂਰ ਬੈਠੇ ਹੋ ਤਾਂ ਇੱਕ ਪੈਸਾ ਹੀ ला ਸਕਦੇ ਆ ਨਾ ਉਹ ਤੇ ਇੱਕ ਪੈਸੇ ਨਾਲ ਬਚਾ ਸਕਦਾ ਕੋਈ ਆਪਣਾ ਨਹੀਂ ਕੋਈ ਕੁਛ ਨਹੀਂ ਕੋਈ ਸਾਡਾ ਨਹੀਂ ਉੱਥੇ ਹੈ ਨਾ ਫਿਰ ਬਚਾਉਣ ਵਾਲਾ ਕੌਣ ਹੁੰਦਾ ਇੱਕ ਪਰਮਾ ਜਦੋਂ ਕੋਈ ਫਸ ਜਾਂਦਾ ਨਾ ਕਹਿੰਦੇ ਉਦੋਂ ਮਹਿਸੂਸ ਹੋਇਆ ਕਿ ਗਲਤੀ ਕਰ ਲਈ ਹਾਂ ਮਹਿਸੂਸ ਤਾਂ ਹੋਇਆ ਸੀਗਾ ਯਾਰ ਇਹ ਰਾਸਤੇ 'ਚ ਪੰਗਾ ਲੈ ਲਿਆ ਯਾਰ ਆਪਾਂ ਫਿਰ ਕੀ ਹੋਇਆ ਬਈ ਉਸ ਤੋਂ ਬਾਅਦ ਫਿਰ ਉਦੋਂ ਗਾਂ ਸੀ ਚੱਲਦੇ ਗਏ ਹਨਾ ਗਾਂ ਗੇਟ ਖੁੱਲਿਆ ਫਿਰ ਉਸ ਤੋਂ ਬਾਅਦ ਗੇਟ ਖੋਲਦਾ ਤੇ ਫਿਰ ਉਹੀ ਗੱਲ ਲੜਾਈ ਪੰਜਾਬੀਆਂ ਦਾ ਖੂਨ ਗਰਮ ਹੁੰਦਾ ਨਾ ਤੋਂ ਮੇਰੇ ਨਾਲ ਦਾ ਮੈਨੂੰ ਕਹਿੰਦਾ ਲੜਨਾ ਪਈ ਭਰਾਵਾ ਮੈਂ ਕਹਾਂ ਮੈਨੂੰ ਮੈਂ ਕਹਾਂ ਯਾਰ ਮਰੇ ਤਾਂ ਹੈਗੇ ਆ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਲੱਗਦਾ ਸੀਰੀਅਸ ਗੱਲ ਆ ਮੈਨੂੰ ਮੇਰੇ ਨਾਲ ਦੇ ਨੇ ਪਤਾ ਕੀ ਕਿਹਾ ਅੱਜ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਕਿਤੇ ਇਹ ਗੱਲ ਸ਼ੇਅਰ ਨਹੀਂ ਕੀਤੀ ਮੈਨੂੰ ਕਹਿੰਦਾ ਜੇ ਮੰਨ ਲਾ ਵੀ ਆਪਾਂ ਚੱਲੇ ਆ ਦੋਨੇ ਅਸੀਂ ਦੋਨੇ ਸੀ ਜੇ ਕਹਿੰਦਾ ਮੈਨੂੰ ਕੁਝ ਹੋ ਗਿਆ ਮੰਨ ਲਾ ਉਹ ਕਹਿੰਦਾ ਮੈਂ ਉਹ ਕਹਿੰਦਾ ਵੀ ਜੇ ਮੰਨ ਲਾ ਆਪਣੇ ਚੱਕ ਬੰਦਾ ਪਹੁੰਚਿਆ ਫਿਰ ਆਪਾਂ ਕੀ ਕਰਾਂਗੇ ਇੱਕ ਦੂਜੇ ਦੀ ਫੈਮਲੀ ਲਈ ਮੈਂ ਕਹਿੰਦਾ ਦੇਖ ਮੈਂ ਮਰ ਗਿਆ ਮੈਨੂੰ ਨਹੀਂ ਪਤਾ ਤੂੰ ਕੀ ਕਰੇਗਾ ਕਹਿੰਦਾ ਚਲ ਜੇ ਤੇਰੀ ਮੰਨ ਲਾ ਕਿਸੇ ਕਾਰਨ ਕੋਈ ਗੱਲਬਾਤ ਹੁੰਦੀ ਆ ਆਪਾਂ ਨਹੀਂ ਪਹੁੰਚਦੇ ਨਾ ਕਹਿੰਦਾ ਤੇਰੀ ਸਾਰੀ ਜ਼ਿੰਦਗੀ ਤੇਰੀ ਫੈਮਲੀ ਦੀ ਕੇਅਰ ਕਰੂੰਗਾ ਮੈਂ ਜੋ ਨੂੰ ਪੈਸਾ ਚਾਹੀਦਾ ਬੱਚੇ ਤੇਰੇ ਪੜਾਉਣੇ ਸਾਰਾ ਕੁਝ ਮੈਂ ਅਮਰੀਕਾ ਆਉਂਗਾ ਮੈਂ ਦੇਉਂਗਾ ਸਾਰੀ ਜ਼ਿੰਦਗੀ ਦੀ ਕਹਿੰਦਾ ਮੈਂ ਟੈਨਸ਼ਨ ਲੈ ਮੈਂ ਕਹਾਂ ਤੇਰੀ ਕੱਲੀ ਮਾਦਰ ਆ ਦੋ ਬਰਾਦਰ ਆ ਉਹ ਆਦੀ ਉਹ ਮੈਰੇ ਨੇ ਉਹ ਆਪਦੀ ਕਮਾਈ ਕਰਦੇ ਮੈਂ ਕਹਾਂ ਤੇਰੀ ਇੱਕ ਮਾਤਾ ਆ ਨਾ ਉਹਦੇ ਫਾਦਰ ਸਾਹਿਬ ਹੈ ਨਹੀਂ ਸੀਗੇ ਕਹਿੰਦਾ ਹਾਂ ਮੈਂ ਕਹਾਂ ਤੇਰੀ ਮੰਮੀ ਨੂੰ ਮੈਂ 20 ਲੱਖ ਰੁਪਏ ਦੇ ਦੂੰਗਾ ਤੁਸੀਂ ਇਦਾਂ ਦੀਆਂ ਗੱਲਾਂ ਆਪਸ ਚ ਕਰ ਰਹੇ ਸੀ ਇਹ ਕਰਨੀਆਂ ਸ਼ੁਰੂ ਹੋ ਗਈਆਂ ਕਿਉਂਕਿ ਸਮਾਂ ਹੀ ਇਦਾਂ ਦਾ ਸੀ ਵੀ ਪਤਾ ਹੀ ਨਹੀਂ ਕਦੋਂ ਕੀ ਹੋ ਜਾਣਾ ਸਾਡੇ ਨਾਲ ਮੈਂ ਕਹਾਂ ਵੀ ਮੈਂ ਸੱਚ ਕਹੂੰਗਾ ਜੇ ਮਨ ਲਾ ਵੀ ਇਨ ਕੇਸ ਗੱਲ ਹੁੰਦੀ ਆ ਮੈਂ ਅਮਰੀਕਾ ਚ ਹੁੰਨਾ ਤਾਂ ਮੈਂ 20 ਲੱਖ ਕਹਤਾ ਤਾਂ ਮੈਂ ਦਊਂਗਾ ਠੀਕ ਹੈ ਮੈਨੂੰ ਤੇਰਾ ਨਹੀਂ ਪਤਾ ਵੀ ਤੂੰ ਮੇਰੀ ਫੈਮਿਲੀ ਨੂੰ ਸਪੋਰਟ ਕਰੇਂਗਾ ਕਿ ਨਹੀਂ ਕਰੇਂਗਾ ਉਹ ਬਾਤ ਨਹੀਂ ਗੱਲਾਂ ਇਹ ਕਦੋਂ ਆਈਆਂ ਗੱਲਾਂ ਬਈ ਉੱਥੇ ਇਹ ਅਸੀਂ ਜਦੋਂ ਉੱਥੇ ਗੁਆਟੇਮਾਲਾ ਸਾਨੂੰ ਇਸ ਤੋਂ ਹਜੇ ਡਰਾਉਣਾ ਸੀਨ ਆੜਾ ਦੱਸੋ ਅੱਗੇ ਫਿਰ ਤੇ ਉੱਥੋਂ ਚਲੋ ਅਸੀਂ ਪਹਿਲਾਂ ਉੱਥੋਂ ਚੱਲਦੇ ਆ ਜਦੋਂ ਅਸੀਂ ਨਾ ਕੋਲੰਬੀਆ ਦੇ ਇੰਟਰ ਹੋ ਜਾਂਦੇ ਆ ਅਸੀਂ ਇਹ ਸਾਰੇ ਸੀਨ ਤਾਂ ਡਰਾਉਨੇ ਹੀ ਆ ਬਈ ਜਿੰਨੇ ਵੀ ਆਪਾਂ ਬਾਰਡਰ ਕ੍ਰੋਸ ਕਰਾਂਗੇ ਨਾ ਸਿਰਫ ਇਹ ਪੇਰੂ ਵਾਲਾ ਹੋ ਗਿਆ ਤੇ ਇਕਵਾਡੋਰ ਵਾਲਾ ਹੋ ਗਿਆ ਦੋ ਬਾਰਡਰ ਹੈ ਜਿਹੜੇ ਅਸੀਂ ਗੱਡੀਆਂ 'ਚ ਬੈਠ ਕੇ ਬੜੇ ਆਰਾਮ ਦੇ ਨਾਲ ਵਧੀਆ ਜਿੱਥੇ ਤੱਕ ਸਾਨੂੰ ਡਰ ਨਹੀਂ ਲੱਗਿਆ ਵੀ ਅਸੀਂ ਕ੍ਰੋਸ ਕਰ ਲਿਆ ਆ ਉਦੋਂ ਗਾਂ ਤਾਂ ਜ਼ਿੰਦਗੀ ਸਾਡੀ ਜੋਖਮ 'ਚ ਪੈ ਗਈ ਫਿਰ ਹਰ ਇੱਕ ਬਾਰਡਰ ਉੱਤਰ ਕੇ ਬਾਰਡਰ ਦੇ ਵਿੱਚ ਪੋਸਟ ਪੋਸ ਕਰੋ ਜੇ ਆਪਾਂ ਮੈਂ ਇੰਡੀਆ ਦਾ ਮੈਂ ਇੱਕ ਲਾਗੇ ਚੱਲਦਾ ਜੇ ਆਪਾਂ ਨੇਪਾਲ ਨੂੰ ਚਲੀਏ ਤਾਂ ਨਾ ਨੇਪਾਲ ਦੇ ਆਪਾਂ ਨੇੜੇ ਪਾਕਿਸਤਾਨ ਆ ਮੈਂ ਹੁਣ ਕੋੜ ਗਰੇ ਰਹਿਣਾ ਮੇਰੇ ਤੋਂ 50 ਕਿਲੋਮੀਟਰ ਆ ਪਾਕਿਸਤਾਨ ਜੇ ਹੁਣ ਮੰਨ ਲਓ ਆਪਾਂ ਪਾਕਿਸਤਾਨ ਜਾਣਾ ਆਪਾਂ ਸਪੋਸ ਕਰੋ ਵੀ ਦਾ ਆਪਾਂ ਆਪਾਂ ਫਿਰੋਜ਼ਪੁਰ ਜਾਵਾਂਗੇ ਜੀ ਜਾਂ ਆਪਾਂ ਅੰਮ੍ਰਿਤਸਰ ਜਾਵਾਂਗੇ ਉਹ ਜਿਹੜੀਆਂ ਗੱਡੀਆਂ ਉਹ ਜਿਵੇਂ ਫਿਰੋਜ਼ਪੁਰ ਚਲੀਆਂ ਗਈਆਂ ਫਿਰੋਜ਼ਪੁਰ ਜਾ ਕੇ ਉਹਨਾਂ ਨੇ ਸਾਨੂੰ ਉਤਾਰ ਦੇਣਾ ਇੱਕ ਜਗ੍ਹਾ ਤੇ ਉਹਨਾਂ ਦੇ ਜਿਹੜੇ ਬਣੇ ਹੋਏ ਉੱਥੇ ਰੱਖ ਲੈਣਾ ਆ ਉੱਥੇ ਰੱਖਣ ਤੋਂ ਬਾਅਦ ਉਹਨਾਂ ਨੇ ਰਾਤ ਨੂੰ ਸਾਨੂੰ ਬਾਈ ਜੀ ਉਹ ਜੰਗਲਾਵੇ ਦੀ ਚੱਲਣਾ ਆ ਪੈਰਾਂ ਥੱਲੇ ਤੋਂ ਡਿੱਗੀ ਆ ਤੁਹਾਨੂੰ ਨਹੀਂ ਪਤਾ ਜਿਹੜਾ ਉਹ ਮੂਹਰੋਂ ਜਿੱਧਰ ਦੀ ਨੰਗ ਗਿਆ ਤੁਸੀਂ ਉਹਦੇ ਮਗਰੀ ਤੁਰੇ ਜਾਣਾ ਉਹਨਾਂ ਦਾ ਬੰਦਾ ਹੁੰਦਾ ਸੀ ਉਹ ਹਾਂ ਉਹਨਾਂ ਦਾ ਬੰਦਾ ਇੱਕ ਨਾਲ ਹੁੰਦਾ ਆ ਤੇ ਪਿੱਛੇ ਨਾਲ ਤੁਹਾਡੇ ਕਿੰਨੇ ਮੁੰਡੇ ਪਿੱਛੇ ਹੋ ਸਕਦਾ ਉੱਥੇ 10 ਹੋਣ ਹੋ ਸਕਦਾ ਤੁਸੀਂ 4 ਹੋਵੋ ਕੋਝ ਨਹੀਂ ਪਤਾ ਹੁੰਦਾ ਉਹ ਗਾਂ ਸਾਡੇ ਜਾਂ ਜਿੱਥੇ ਅਸੀਂ ਜਾ ਰਹੇ ਆ ਮੰਨ ਲਓ ਇੱਕ ਬੱਸ ਵਾਲੇ ਨੇ ਸਾਨੂੰ ਉਤਾਰਦਾ ਗਾਂ ਬੰਦਾ ਖੜਾ ਆ ਉਹਨੂੰ ਸਾਡੀ ਬਾਹ ਵੜਾ ਲਈ ਸਾਨੂੰ ਨਹੀਂ ਪਤਾ ਕੌਣ ਆ ਅਸੀਂ ਤਾਂ ਉਹਨਾਂ ਤੁਰ ਜਾਣਾ ਆ ਉਹ ਜ਼ਿਆਦਾ ਗਾਂ ਜਾਂ ਕੇ ਸਾਨੂੰ ਮਾਰ ਦੇ ਚੱਲ ਉੱਠ ਲਵੇ ਲੁੱਟ ਲੈ ਕੀ ਕਰ ਲੈ ਕਹਿੰਦੇ ਨਾ ਵੀ ਮਾਫੀਆ ਨੇ ਲੁੱਟ ਲਿਆ ਆਪਾਂ ਵੀਡੀਓ ਦੇਖੀਆ ਵੀ ਮਾਫੀਆ ਨੇ ਕੁੱਟੇ ਆ ਬੰਦੇ ਆ ਇਹ ਉਦੋਂ ਹੁੰਦਾ ਜਦੋਂ ਸਾਡੇ ਕੋਲੇ ਪ੍ਰੋਪਰ ਏਜੰਟ ਨਹੀਂ ਹੁੰਦਾਗਾ ਜਾਂ ਇਹ ਅੰਟ ਨੇ ਪੈਸੇ ਨਹੀਂ ਦਿੱਤੇ ਹੁੰਦੇਗੇ ਜਾਂ ਅਸੀਂ ਕਿਸੇ ਦੇ ਹੱਥ ਚੜ ਜਾਂਦੇ ਆ ਉਹ ਫਿਰ ਲੈ ਜਾਂਦੇ ਆ ਸਾਨੂੰ ਉਹ ਅਗਲੇ ਹੁਣ ਆਪਣੇ ਮਤਲਬ ਹੁਣ ਵਿਚਾਰੇ ਆਪਣੀ ਕੰਟਰੀ ਚ ਕੰਮ ਕਰਨ ਆਉਂਦੇ ਆ ਕਾਲ ਸਟੱਡੀ ਕਰਨ ਆਏ ਆ ਪ੍ਰਵਾਸੀ ਸਟੱਡੀ ਕਰਨ ਆਏ ਆ ਨਾ ਹੁਣ ਆਪਣੇ ਵੇਖਿਆ ਨਾ ਗਾਲੇ ਹੁਣ ਮੰਨ ਲਓ ਉਹ ਕਿਸੇ ਨੂੰ ਕੀ ਜਾਣਦੇ ਆ ਆਪਾਂ ਉਹਨੂੰ ਲੈ ਆਈਏ ਵੀ ਆ ਜਾ ਤੂੰ ਹਣਾ ਮੈਂ ਤੈਨੂੰ ਉਹ ਆਪਾਂ ਲੈ ਜਾ ਕੇ ਜਿੱਥੇ ਮਰਜ਼ੀ ਨੂੰ ਕੁਝ ਵੀ ਕਰ ਸਕਦੇ ਆ ਉਹ ਆਪਣੀ ਕਰਦੇ ਉਹਨਾਂ ਨੂੰ ਕੀ ਪਤਾ ਵਿਚਾਰਾਂ ਨੇ ਉਹ ਤਾਂ ਆਪਾਂ ਨੂੰ ਪਤਾ ਯਾਰ ਆਪਾਂ ਇੱਧਰ ਜਾਈ ਜਾਨੇ ਏਰੀਆ ਹੀ ਬੜਾ ਖਤਰਨਾਕ ਜਾਏ ਆਪਾਂ ਨੂੰ ਪਤਾ ਹੁੰਦਾ ਹੁਣ ਆਪਾਂ ਅਗਲੇ ਤੇ ਬੱਸ ਪਾਈ ਉਹ ਜਿੱਧਰ ਮਰਜੀ ਲੈ ਜੇ ਆਪਾਂ ਨੂੰ ਸਾਡਾ ਨਾ ਹੋਇਆ ਸੀ ਮੈਂ ਦੱਸੂਗਾ ਵੀ ਤੁਹਾਨੂੰ ਉਥੋਂ ਅਸੀਂ ਚਲੋ ਜਦੋਂ ਜਾਵੜਦੇ ਆਂ ਅਸੀਂ ਹਨਾ ਉਥੇ ਕਲੰਬੀਆ 'ਚ ਅਸੀਂ ਪਹੁੰਚ ਜਾਂਦੇ ਆਂ ਅਸੀਂ ਲਾਸਟ ਤੇ ਜਿੱਥੋਂ ਦਾ ਸਮੁੰਦਰ ਸਟਾਰਟ ਹੁੰਦਾ ਆ ਸਮੁੰਦਰ ਸਟਾਰਟ ਹੁੰਦਾ ਹੈ ਉਹ ਜਗ੍ਹਾ ਇਹੋ ਜੀ ਆ ਵੀਰੇ ਵੀ ਸਾਨੂੰ ਏਜੰਟ ਨੇ ਸਾਡੇ ਨੇ ਫੋਨ ਤੇ ਸਾਰ ਨਾਲ ਗੱਲ ਕੀਤੀ ਕਹਿੰਦਾ ਵੀ ਵੇਸਟ ਲਾਈਫ ਜੈਕਟ ਆ ਜਿਹੜੀ ਤੁਹਾਡੀ ਉਹਦੇ ਤੋਂ ਬਿਨਾ ਤੁਸੀਂ ਬੋਰਡ ਦੇ ਵਿੱਚ ਨਹੀਂ ਬੈਠਣਾ ਕਿਸ਼ਤੀ 'ਚ ਅਸੀਂ ਕਿਹਾ ਵੀ ਠੀਕ ਹੈ ਕਹਿੰਦਾ ਤੁਸੀਂ ਮਨਾ ਕਰਦੇ ਹੋ ਤੁਹਾਨੂੰ ਲਿਆਂਨ ਗਣੀ ਧੱਕੇ ਨਾਲ ਸਾਡੇ ਨਾਲ ਉਸ ਦਿਨ ਇੱਕ ਬਾਰਿਸ਼ ਦਾ ਮੌਸਮ ਹੋ ਗਿਆ ਤੇ ਉਸ ਦਿਨ ਬੋਰਡ 'ਚ ਬੈਠੇ ਅਸੀਂ ਦੱਸ ਜਾਨੇ ਤੇ ਜਿਹੜੀ ਸਾਡੀ ਬੋਰਡ ਸੀ ਨਾ ਤੇ ਜਿੱਡੀ ਬੋਰਡ ਸੀ ਉਹਦੂ ਉੱਚੀ ਲੰਬੀ ਜਿਹੜੀ ਉਦੋਂ ਛਾਲ ਆਉਂਦੀ ਛਾਲ ਹੀ ਕਹਿੰਦੇ ਆ ਪਰ ਸਮੁੰਦਰ ਦੀ ਲਹਿਰ ਤਾਂ ਛੋਟੀਆਂ ਹੁੰਦੀਆਂ ਛੱਲਾਂ ਉੱਚੀਆਂ ਹੁੰਦੀਆਂ ਜੀ ਸ਼ਾਇਦ ਦੇਖਿਆ ਵੀ ਨਾ ਹੋਣਾ ਆਮ ਲੋਕਾਂ ਨੇ ਤਾਂ ਆਮ ਲੋਕਾਂ ਨੇ ਨਹੀਂ ਦੇਖਿਆ ਛੱਲਾਂ ਬੀਚਾਂ ਦੇ ਇੰਨੀ ਕਦੀ ਆਈਆਂ ਹੀ ਨਹੀਂ ਬੀਚ ਦੇ ਇੰਨੀ ਕਦੇ ਆਉਂਦੀ ਨਹੀਂ ਉਹ ਸਮੁੰਦਰ ਦੇ ਵਿੱਚ ਜਾ ਕੇ ਆਉਂਦੀ ਆ ਬੀਚ ਤੱਕ ਤਾਂ ਉਹ ਲਹਿਰ ਹੀ ਜਾਵੜਦੀ ਆ ਬਸ ਜੀ 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 ਲਹਿਰ ਹੁੰਦੇ ਤੇ ਉਹ ਐਡੀ ਕੁੱਚੀ ਆਉਂਦੀ ਸੀ ਵੀਰੇ ਵੀ ਜਦੋਂ ਉਹ ਛਾਲ ਆਉਂਦੀ ਸੀ ਨਾ ਸਾਡੀ ਜਿਹੜੀ ਬੋਟ ਸੀ ਉਹਦੇ ਵਿੱਚ ਦੀ ਉਹਨੂੰ ਪਾੜ ਕੇ ਨੰਗਦੀ ਸੀ ਤੇ ਗਾਂ ਜਾ ਕੇ ਇਦਾਂ ਡੇਗਦੀ ਸੀ ਥੱਲੇ ਇਹ ਤੁਸੀਂ ਐਕਸਪੀਰੀਅੰਸ ਕੀਤਾ। ਇਹ ਸਾਡੇ ਨਾਲ ਫਿਲਮਾਂ 'ਚ ਦੇਖਿਆ ਚੀਜ਼ਾਂ। ਫਿਲਮਾਂ 'ਚ ਆਪਾਂ ਦੇਖਦੇ ਆਂ ਵੀ ਵੋਟ ਭਜਾਉਂਦੇ ਆ ਪਰ ਉਹ ਵੀ ਇੱਕ ਨਾਰਮਲ ਬੋਟ ਭਜਾਉਂਦੇ ਆ ਨਾ ਉਹ ਸਮੁੰਦਰ ਦੇ ਨੇ ਭਜਾਉਂਦੇ ਆ ਰਾਤ ਨੂੰ ਦਾ ਸੀਨ ਮੈਨੂੰ ਲੱਗਦਾ ਕੋਈ ਫਿਲਮ ਹੁੰਦਾ ਹੈ ਨਹੀਂਗਾ। ਨਾਲੇ ਵੀ ਸਾਰਾ ਐਡੀਟਿੰਗ 'ਚ ਹੋ ਜਾਂਦਾ। ਹਾਂ ਠੀਕ ਆ ਨਾ ਉਹ ਉਹ ਅਸੀਂ ਰਿਐਲਿਟੀ 'ਚ ਦੇਖਿਆ ਹੋਇਆ। ਮੈਂ ਕਹਿੰਦਾ ਕਿਸੇ ਐਕਟਰ ਨੂੰ ਤੁਸੀਂ ਕਹੋ ਕਲੰਬੀਆ ਵਾਲੇ 'ਚ ਜਾ ਕੇ ਤੁਸੀਂ ਰੀਅਲ ਦੇ ਵਿੱਚ ਕਰੋ ਮੈਨੂੰ ਲੱਗਦਾ ਨਹੀਂ ਕੋਈ ਐਕਟਰ ਕੋਈ ਵੀ ਮੈਂ ਕਰਦਾ। ਉਹਦਾ ਅਕਸ਼ੇ ਕੁਮਾਰ ਕਰਦੇ ਉਹ ਕਹਿੰਦੇ ਉਹ ਕਾਫੀ ਇਦਾ ਚੀਜ਼ਾਂ ਖਤਰਨਾਕ ਖਿਡਾਰੀ ਆ ਪਰ ਹੋਰ ਨਹੀਂ ਮਿਲਦਾ ਕੋਈ ਐਕਟਰ ਕਰ ਸਕਦਾ ਇਦਾਂ ਉਹ ਫਿਰ ਖਤਰਾ ਬਹੁਤ ਸੀ ਫਿਰ ਗਾਣਾ ਉਹ ਚੱਲੇ ਨੀ ਰਹੀ ਨੀ ਰਹਾ ਬਈ ਉੱਥੇ ਲਾਈਟ ਹਾਂਜੀ ਲਾਈਟ ਜੇ ਹੋਊਗੀ ਤਾਂ ਗਾਂ ਜਿਹੜੀ ਉਥੋਂ ਦੀ ਬਾਰਡਰ ਪੁਲਿਸ ਆਉ ਉਹ ਸਾਨੂੰ ਫੜ ਲੂਗੀ ਨਾ ਕਿ ਸਾਨੂੰ ਬੋਰਡ ਦੇ ਵਿੱਚ ਇਦਾਂ ਬਾ ਦਿੰਦੇ ਜਦੋਂ ਮਤਲਬ ਉਹ ਉਹ ਬੋਰਡ ਕਾਦੀ ਹੁੰਦੀ ਵੈਸੇ ਬੋਰਡ ਆਦਾ ਪਲਾਸਟਿਕ ਦੀ ਹੁੰਦੀ ਨਹੀਂ ਨੀ ਕਿਸ ਚੀਜ਼ ਦੀ ਕੋਈ ਬੋਰਡ ਵੈਸੀ ਬਣੀ ਨਹੀਂ ਹੁੰਦੀ ਜਿੱਦਾਂ ਕਿਸਤੀ ਤੇ ਇੱਕ ਮੋਟਰ ਲੱਗੀ ਹੁੰਦੀ ਆ ਹਾਂਜੀ 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 ਉਹ ਉਹ ਰੇਸ ਉਹ ਪੂਰੀ ਨੱਪ ਕੇ ਬੈਠਾ ਹੁੰਦਾ ਜੇ ਮਾੜੀ ਕਿਸਮਤ ਨੂੰ ਕਿਤੇ ਉਹਦਾ ਪੈਟਰੋਲ ਲੀਕ ਹੁੰਦਾ ਹੋਵੇ ਉਹਦਾ ਪੈਟਰੋਲ ਮੁੱਕ ਜੇ ਤੇ ਉਹ ਬੰਦੇ ਤੇ ਖਤਮ ਆ ਸਾਰੇ ਉਹ ਪੋਰਟਲ ਕਿੰਨੇ ਬੰਦੇ ਹੁੰਦੇ ਉਹ ਦੋ ਜਾਣੇ ਹੀ ਹੁੰਦੇ ਆ ਦੋ ਵੋਟ ਵਾਲੇ ਇੱਕ ਵੋਟ ਵਾਲਾ ਇੱਕ ਜਿਹੜਾ ਤੁਹਾਡੇ ਨਾਲ ਜੰਗਲੇ ਤੋਂ ਲੈ ਕੇ ਨਹੀਂ 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 ਉਹ ਜਦੋਂ ਅਸੀਂ ਗਾਂ ਸਾਡੀ ਬਾਹ ਫੜਾਤੀ ਉਹ ਮਗਰ ਇਹਦਾ ਕੰਨੀ ਖਤਮ ਹੋ ਗਈ ਅੱਛਾ ਕਿੰਨੇ ਬੰਦੇ ਵੋਟ ਵਾਲਿਆਂ ਨੇ ਸਾਨੂੰ ਫੜ ਲਿਆ ਹਣਾ ਹਾਂ ਵੋਟ ਚ ਆ ਗਏ ਲਾਈਬਜੈਕਟਾਂ ਪਾ ਲਈਆਂ ਸੀ ਲਾਈਬਜੈਕਟਾਂ ਦੇਤੀਆਂ ਸਾਨੂੰ ਉਹਨਾਂ ਨੇ 2013 ਚ ਅਸੀਂ ਉਹ ਵੋਟ ਚ ਬੈਠੇ ਆ 2012 ਦੇ ਵਿੱਚ ਜਿਹੜੀ ਮੈਂ ਤੁਹਾਨੂੰ ਦੁਬਈ ਵਾਲਾ ਮੁੰਡਾ ਕੀ ਕਹਿੰਦਾ ਸੀਗਾ ਕਿ ਯਾਰ ਅਸੀਂ ਵੀ ਜਾਣੇ ਆ ਤਾਂ ਸਾਡੀ ਇਨੀ ਇੱਜ਼ਤ ਨਹੀਂ ਹੁੰਦੀ ਕਿ ਦੁਬਈ ਤੋਂ ਹੀ ਆਇਆ ਆ ਕਿਉਂਕਿ ਨਾਰਮਲ ਹਰ ਇੱਕ ਬੰਦਾ ਦੁਬਈ ਜਾ ਸਕਦਾ ਹੈ ਉਹ ਕਹਿੰਦਾ ਉਹਨੇ ਆਪਦੇ ਵਿਚਾਰੇ ਨੇ ਸਾਰਾ ਕੰਮ ਕਰ ਛੱਡਿਆ ਟਰੱਕ ਵੇਚੇ ਉਹਨੇ ਉਹਨੇ ਅਮਰੀਕਾ ਦੀ ਡੋਂਕੀ ਲਈ ਤਿਆਰੀ ਕਰ ਲਈ 2012 ਦੇ ਵਿੱਚ ਉਹ ਬੰਦੇ ਦੀ ਡੈਥ ਹੋ ਗਈ ਉਹ ਕਿਦਾਂ ਉਹ ਬੋਟ ਬੰਦ ਹੋ ਗਈ ਤੁਹਾਨੂੰ ਇਹ ਗੱਲ ਪਤਾ ਸੀ ਬੋਰਡ ਤੋਂ ਪਹਿਲਾਂ ਸਾਨੂੰ ਨਹੀਂ ਸੀ ਪਤਾ ਮੈਨੂੰ ਅਮਰੀਕਾ ਜਾ ਕੇ ਬੰਦਾ ਜਦੋਂ ਡਿਟੈਂਸ਼ਨ ਸੈਂਟਰ 'ਚ ਬੰਦਾ ਮਿਲਿਆ ਉਹ ਬੋਰਡ ਦੇ ਵਿੱਚ ਡੁੱਬਿਆ ਸੀ ਜਿਹੜਾ 18 ਬੰਦੇ ਸੀ ਜਿਹਦੇ ਚੋਂ ਉਹ ਕਹਿੰਦਾ ਵੀ 7-8 ਜਾਣੇ ਤਾਂ ਮਰ ਗਏ ਸੀ ਕਹਿੰਦਾ ਸਾਡੇ 네ਪਾਲੀ ਸੀ ਇੱਕ ਉਹ ਮੁੰਡਾ ਸੀ ਕਹਿੰਦਾ ਜਿਹਨੇ ਮੈਨੂੰ ਦੱਸਿਆ ਸੀਗਾ ਕਿ ਅਰ ਮੈਂ ਕਰ ਗਿਆ ਆ ਚੱਕਰ ਉੱਥੋਂ ਆਦਾ ਵੇਜ ਵਟ ਕੇ ਇੱਧਰ ਚੱਲੇ ਆਇਆ ਪਰ ਉਹ ਬੰਦੇ ਦੀ ਉਸ ਬੋਟ ਦੇ ਵਿੱਚ ਉਦੋਂ ਪਲਟ ਗਈ ਸੀ 2012 ਦੇ ਵਿੱਚ ਤੇ ਉਹਦੀ ਡੈਥ ਹੋ ਗਈ ਫਿਰ ਕੀ ਹੋਇਆ ਬਾਈ ਤੁਸੀਂ ਬੋਟ 'ਚ ਬੈਠੇ ਫਿਰ ਅਸੀਂ ਉਹ ਜਿਹੜੀਆਂ ਉਹ ਸਮੁੰਦਰ ਦੀਆਂ ਲਹਿਰਾਂ ਸੀਗੀਆਂ ਜਿਹਨੂੰ ਛੱਲਾਂ ਸੀਗੀਆਂ ਉਹ ਫਿਰ ਅਸੀਂ ਪਾਰ ਕੀਤੀਆਂ ਤੇ ਉਹ ਜਿਹੜੇ 40 ਮਿੰਟ ਸੀਗੇ ਮੈਨੂੰ ਲੱਗਦਾ ਵੀ ਜ਼ਿੰਦਗੀ 'ਚ ਉਹਨਾਂ ਪਰਮਾਤਮਾ ਦਾ ਨਾਂ ਨਹੀਂ ਕਦੇ ਲਿਆ ਹੋਣਾ ਮੈਂ ਤੇ ਨਾ 40 ਮਿੰਟ ਮੈਂ ਰੱਬ ਨੂੰ ਯਾਦ ਕੀਤਾ ਵੀ ਹੋਰ ਕੋਈ ਦਿਸਿਆ ਹੀ ਨਹੀਂ ਉਹ ਸਮੇਂ ਮੈਨੂੰ ਸਾਰਿਆਂ ਨਹੀਂ ਮੈਂ ਤਾਂ ਕੀਤਾ ਸੀ ਤੇ ਨਾਲਦਿਆਂ ਨੂੰ ਵੀ ਕਰਨਾ ਹੀ ਪੈਣਾ ਕਿ ਉਹ ਨੂੰ ਕੋਈ ਕੋਈ ਵੱਡਾ ਦਿਲ ਲੈ ਕੇ ਬੈਠੇ ਜਿਹੜੇ ਕਹਿੰਦੇ ਵੀ ਮੈਂ ਤਾਂ ਬੱਜ ਚਲਾ ਰਹੀ ਸੀ ਉਹਨਾਂ ਨੂੰ ਡਰਨ ਲੱਗਦਾ ਉਹਨਾਂ ਨੂੰ ਕੋਈ ਡਰ ਨਹੀਂ ਉਹਨਾਂ ਨੂੰ ਤੈਰਨਾ ਤੁਰਨਾ ਆਉਂਦਾ ਉਹਨਾਂ ਨੂੰ ਤੈਰਨਾ ਵੀ ਆਉਂਦਾਗਾ ਉਹਨਾਂ ਦੀ ਤਾਂ ਫਿਰ ਉਹਨਾਂ ਦੇ ਹੁਣ ਮੰਨ ਲਓ ਇੱਕ ਮੇਰਾ ਲਾਈਨ ਟੈਕਸੀ ਲਾਈਨ ਹੈ ਤੁਸੀਂ ਦਿੱਲੀ ਨੂੰ ਜਾਂਦੇ ਦੋ ਵਾਰ ਸੋਚੋਗੇ ਯਾਰ ਜੇ ਖਰਾਬ ਹੋ ਗਈ ਆਪਾਂ ਕੀ ਕਰਾਂਗੇ ਮੈਂ ਕਹਿੰਦਾ ਜੇ ਮੇਰੀ ਗੱਡੀ ਚ ਪ੍ਰੋਬਲਮ ਆ ਗਈ ਮੇਰੇ ਲਿੰਕ ਆ ਮੈਂ ਫੋਨ ਕਰੂੰਗਾ ਯਾਰ ਮੇਰੀ ਗੱਡੀ ਖਰਾ ਉਵੇਂ ਉਹਨਾਂ ਦੀ ਲਿੰਕ ਹੈ ਕਿ ਉਹਨਾਂ ਦੀ ਕੋਈ ਵੋਟ ਖਰਾਬ ਹੋਊਗੀ ਤਾਂ ਉਹ ਤਾਂ ਆਪਣੀ ਜਾਨ ਸੇਵ ਕਰ ਹੀ ਲੈਣਗੇ ਉਹਨਾਂ ਨੂੰ ਪਤਾ ਆ ਤੁਹਾਨੂੰ ਸਵੀਮਿੰਗ ਆਉਂਦੀ ਸੀ ਬਈ ਉਦੋਂ ਸਵੀਮਿੰਗ ਆਉਂਦੀ ਸੀ ਮੈਂ ਛੋਟਾ ਹੁੰਦਾ ਨਦੀ ਦੇ ਵਿੱਚ ਆਪਣੇ ਘਰ ਕੋਲੇ ਇੱਥੇ ਅਸੀਂ ਗੁਰਦਾਰਾ ਸਾਹਿਬ ਜਾਂਦੇ ਸੀ ਉਦੋਂ ਅਸੀਂ ਉਹਦੇ ਸੂਏ ਚ ਨਹਾਉਂਦੇ ਰਹੇ ਸੀ ਸਵੀਮਿੰਗ ਮਨਉਂਦੀ ਸੀ ਪਰ ਸਮੁੰਦਰ ਚ ਸਵੀਮਿੰਗ ਕਿਦਾਂ ਕਰ ਸਕਦੇ ਆ ਨਹੀਂ ਚੱਲਨੀ ਸੀ ਸਵੀਮਿੰਗ ਮੈਂ ਮੰਨ ਲੈਂਦਾ ਪਰ ਜਿਹੜੀ ਉੱਥੇ ਜਾਨਵਰ ਆ ਸਮੁੰਦਰ ਦਾ ਉਹ ਤੋਂ ਕਿਵੇਂ ਬਚਾਂਗੇ ਜਿਹੜੇ ਜੰਗਲਾਂ ਚੋਂ ਬਈ ਤੁਸੀਂ ਲੰਘੇ ਉੱਥੇ ਕੋਈ ਜਾਨਵਰ ਨਾ ਟੱਕ ਜਾਨਵਰ ਸਾਨੂੰ ਨਹੀਂ ਦਿਖਿਆ ਪਰ ਜਾਨਵਰ ਤਾਂ ਹੁੰਦੇ ਆ ਕਿਉ ਸ਼ਹਿਰ ਚ ਕਦੇ ਜਾਨਵਰ ਨਹੀਂ ਆਉਂਦਾ ਕਿਉਂਕਿ ਸਨੇਕ ਲੋਕ ਰਹਿੰਦੇ ਆ ਪਰ ਜੰਗਲ ਚ ਜੇ ਅਸੀਂ ਜਾਵਾਂਗੇ ਉਹਦੇ ਘਰ ਜਾਵਾਂਗੇ ਸਾਨੂੰ ਨੁਕਸਾਨ ਤਾਂ ਪਹੁੰਚਾਊਗਾ ਕਿਉਂ ਕਿਉਂ ਪਤਾ ਕਿਉਂਕਿ ਜਿਹੜੇ ਸਾਡੇ ਨਾਲੋਂ ਡੋਂਕਰ ਹੁੰਦੇ ਆ ਉਹ ਚੱਲਦੇ ਉਹਨਾਂ ਕੋਲੇ ਹਥਿਆਰ ਹੁੰਦੇ ਆ ਉਹਨਾਂ ਕੋਲੇ ਆਪਦਾ ਪੁਲਿਸ ਜਾਂ ਸੰਸਦ ਤਾਂ ਆਪਾਂ ਨੂੰ ਪਤਾ ਵੀ ਉਹ ਲੈਂਦੇ ਆ ਕਿ ਨਹੀਂ ਲੈਂਦੇ ਰੱਬ ਜਾਣੇ ਉਹਨਾਂ ਕੋਲੇ ਆਪਦਾ ਰਵਾਲਵਰ ਹੁੰਦਾ ਵੈਪਨ ਹੁੰਦਾ ਆ ਇੱਕ ਉਹਨਾਂ ਕੋਲੇ ਜਿੱਦਾਂ ਆਪਾਂ ਕਿਰਪਾਨ ਗਹਿ ਲਈ ਉਸ ਤਰ੍ਹਾਂ ਦਾ ਕੋਈ ਬਣਾਇਆ ਹੁੰਦਾ ਆਪਦਾ ਜੰਤਰ ਉਹਨਾਂ ਨੇ ਉਹ ਨਾਲ ਲੈ ਕੇ ਚੱਲਦੇ ਆ ਉਹ ਟੰਗੇ ਹੁੰਦੇ ਉਹਨਾਂ ਦੇ ਇੱਧਰ ਇੱਕ ਇੱਧਰ ਦੋ ਜਾਣੇ ਹੁੰਦੇ ਆ ਪਰ ਉਹਦੇ ਚ ਇੱਕੋ ਚੀਜ਼ ਆ ਜੇ ਤੁਸੀਂ ਪੈਦਲ ਚੱਲ ਸਕਦੇ ਆ ਨਾ ਕਾਫੀ ਤਾਂ ਇਸ ਲਾਈਨ 'ਚ ਤੁਹਾਨੂੰ ਜਾਣ ਦਾ ਤੁਸੀਂ ਜਾ ਸਕਦੇ ਆ ਵੈਸੇ ਤਾਂ ਮੈਂ ਨਹੀਂ ਕਹਿੰਦਾ ਕਿਉਂ ਉਹਨਾਂ ਨੇ ਤਰਾਉਣਾ ਹੀ ਤੁਹਾਨੂੰ ਪਤਾ ਨਹੀਂ ਕਿੰਨਾ ਤੁਸੀਂ ਕਿੰਨਾ ਤੁਰਿਓ ਬਾਈ ਮੈਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4:30 5 ਵਜੇ ਤੱਕ ਇੱਕ ਚੱਲੇ ਆ ਦੂਜੇ ਦਿਨ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 5 ਵਜੇ ਤੱਕ ਫੇਰ ਚੱਲੇ 12-12 ਘੰਟੇ ਚੱਲਦੇ ਰਹੇ ਉਹ ਵੀ ਜੰਗਲ ਦੇ ਵਿੱਚ ਪਹਿਲੇ ਦਿਨ ਤਾਂ ਸਾਡੇ ਨਾਲ ਦੋ ਬੰਦੇ ਹੁੰਦੇ ਆ ਤੇ ਲੱਗੇ ਜ ਬਾਈ ਲੱਗੇ ਜ ਨਹੀਂ ਹੁੰਦਾ ਜੀ ਉਹ ਤਾਂ ਰਾਸਤੇ 'ਚ ਰਹੀ ਜਾਂਦਾ ਜਿੱਥੇ-ਜਿੱਥੇ ਜਾਓਗੇ ਜਿਵੇਂ-ਜਿਵੇਂ ਛੱਡਦੇ ਹੀ ਜਾਓਗੇ ਤੁਸੀਂ ਉਹ ਕਿੰਨਾ ਕੁ ਚੱਕ ਲਓਗੇ ਲੱਗੇ ਤਾਂ ਜਿੰਨਾ ਚਿਰ ਤੁਹਾਡੇ ਕੋਲ ਇੱਕ ਸਵਾਰੀ ਹੈ ਇੱਕ ਵਹੀਕਲ ਆਉਣਾ ਚਾਹੀਦਾ ਨਾ ਜਦੋਂ ਤੁਸੀਂ ਪੈਦਲ ਚੱਲਪੇ ਤੁਸੀਂ ਕਿੱਥੇ ਚੱਕ ਲਓ ਲੱਗੇ ਜੁੱਥੇ ਰਹਿ ਜਾਂਦਾ ਸਾਰਾ ਉਹ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਵੀ ਇਦੋਂ ਗਾ ਇੱਕ ਹੈਂਡ ਬੈਗ ਲੈ ਲਾ ਬਈ ਆਪਦਾ ਬਾਕੀ ਛੱਡ ਦੇ ਉੱਥੇ ਬਾਕੀ ਇੱਥੇ ਛੱਡ ਦੇ ਸਾਰਾ ਕੁਝ ਫਿਰ ਬਈ ਸਮੁੰਦਰ ਚੋਂ ਕ੍ਰੋਸ ਕੀਤਾ ਸਮੁੰਦਰ ਕ੍ਰੋਸ ਕਰਕੇ ਗਾਂ ਫਿਰ ਇੱਕ ਦਰਿਆ ਆ ਜਾਂਦਾ ਆ ਜਿਵੇਂ ਆਪਣੇ ਹਰੀਗੇ ਪੱਤਨਾ ਇਸ ਟਾਈਪ ਐ ਖੜਾ ਹੁੰਦਾ ਆ ਦਰਿਆ ਜਾਂਦਾ ਦਰਿਆ ਦੇ ਵਿੱਚ ਵੋਡ ਰਾਮਨਤ ਉਰੀ ਜਾਂਦੀ ਇੱਕ ਦਰਿਆ ਦੇ ਵਿੱਚ ਇੱਕ ਸਮੁੰਦਰ ਚ ਵੀ ਧਰਤੀ ਹੈ ਜੀ ਬਿਲਕੁਲ ਟਾਪੂ ਕਹਿੰਦੇ ਜਿਹਨੂੰ ਹਨਾ ਉਹ ਟਾਪੂ ਟਾਈ ਬਣਿਆ ਹੋਇਆ ਸੀ ਸਾਨੂੰ ਉੱਥੇ ਉਹਨਾਂ ਨੇ ਰੱਖਿਆ ਰਾਤ ਨੂੰ ਉੱਥੇ ਬੜਾ ਬੜਾ ਮੱਛਰ ਸੀ ਬਾਈ 5 ਡਾਲਰ ਇੱਕ ਰਾਤ ਦੇ ਇੱਕ ਜਿਹੜੀ ਉਹ ਨੈਟ ਦੇ ਵਿੱਚ ਸੌਣ ਦੇ ਦਿੱਤੇ ਅਸੀਂ ਇੱਕ ਬੰਦੇ ਦੇ 5 ਡਾਲਰ 5 ਡਾਲਰ ਉਹਨੇ ਸਾਡੇ ਤੋਂ ਲਏ ਉਹ ਕਹਿੰਦਾ ਮੈਂ 5 ਡਾਲਰ ਲਵਾਂ ਇੱਕ ਬੰਦੇ ਦੇ ਜੇ ਤੁਸੀਂ ਨੈਟ ਦੇ ਵਿੱਚ ਸੌਣਾ ਤਾਂ ਜੇ ਨੈਟ ਚ ਨਹੀਂ ਸੌਣਾ ਪੇਰੋ ਜਿਹੜੀ ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਆ ਤੁਸੀਂ ਉੱਥੇ ਸਮਝੋ ਹੁਣ ਉੱਥੇ ਵੀ ਮੱਛਰੀ ਬਹੁਤ ਵੱਡਾ ਸੀਗਾ 5 ਡਾਲਰ ਕੋਈ ਵੱਡੀ ਗੱਲ ਨਹੀਂ ਜਿੱਥੇ ਅਸੀਂ 25 ਲੱਖ ਲਾਤਾ ਉਹ ਤੇ 5 ਡਾਲਰਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਠੀਕ ਆ ਉਹ ਫਿਰ ਉੱਥੇ ਅਸੀਂ ਇੱਕ ਇੱਕ ਜਾਣੇ ਦੇ 5 ਡਾਲਰ ਦਿੱਤੇ ਦੋ ਦੋ ਰਾਤਾਂ ਕੱਟੀਆਂ ਸੀ 10 10 ਡਾਲਰ ਦੇ ਕੇ ਅਸੀਂ ਉਸ ਤੋਂ ਬਾਅਦ ਅਗਲੇ ਦਿਨ ਉਹ ਸਾਨੂੰ ਲੈ ਕੇ ਚਾਲਦੇ ਆ ਸਮੁੰਦਰ ਦੇ ਵਿੱਚ ਫੇਰ ਦਰਿਆਈ ਲਾਲੋ ਜੰਗਲ ਦੇ ਵਿੱਚ ਹੀ ਆ ਕੇਲੀ ਨਹੀਂ ਹੁੰਦੀ ਜਿਹੜੀ ਆ ਛਪੜਾਂ ਦੇ ਵਿੱਚ ਕੇਲੀ ਜੀ ਆ ਜਾਂਦੀ ਹਰੇ ਜਿਹੇ ਪੱਤੇ ਜਿਹੇ ਆ ਜਾਂਦੇ ਉਹਨੂੰ ਕੇਲੀ ਕਹਿ ਦਿੰਦੇ ਆ ਮਤਾਂ ਨਹੀਂ ਪੱਕੇ ਹਰ ਬੰਦੇ ਦੇ ਆਪਦੇ ਆ ਵੀ ਲੈਂਗੁਏਜ ਆ ਉਹ ਕੇਲੀ ਜੀ ਉਹ ਬੰਦਾ ਇੱਕ ਵੋਟ ਦੇ ਵਿੱਚ ਨਾ ਪਤਾ ਕਿੰਨੀ ਕੁ ਵੋਟ ਉੱਚੀ ਹੋਣੀ ਆ ਪਾਣੀ ਤੋਂ ਇੰਨੀ ਕੁੱਚੀ ਜਿਵੇਂ ਤੁਸੀਂ ਸਮੁੰਦਰ ਕ੍ਰੋਸ ਕੀਤਾ ਜਿਹਦੇ ਜਿਸੀਂ ਉਹ ਕੇਲੀ ਵਾਲਾ ਸਮੁੰਦਰ ਜਾਂ ਦਰਿਆ ਲਾ ਲਓ ਤੁਸੀਂ ਸਾਰਾ ਇੱਕੋ ਹੀ ਵੋਟ ਆ ਹਾਂ ਉਹ ਹੋਰ ਵੋਟ ਆ ਗਈ ਉਹ ਜਿਹੜੀ ਵੱਡੀ ਵੋਟ ਨੇ ਸਾਨੂੰ ਉਹ ਟਾਪੂ ਤੇ ਛੱਡ ਤਾ ਕੇ ਓਕੇ ਉੱਥੇ ਆ ਕੇ ਕੱਟੋ-ਕੱਟ ਵੀ ਸਾਨੂੰ ਵੇਟ ਕਰਨੀ ਪੈਂਦੀ ਆ ਕਟੋ ਘਟ ਉਹ 18 ਤੋਂ 20 ਬੰਦੇ ਲੈ ਕੇ ਚੱਲਦੇ ਉੱਥੇ ਤਾਂ ਹੀ ਉਹ ਅਸੀਂ ਦੋ ਦਿਨ ਰੁਕੇ ਉੱਥੇ ਕਿਉਂਕਿ ਅਸੀਂ ਸੀਗੇ 10 ਜਾਣੇ ਉਹਨਾਂ ਨੇ ਹੋਰ ਵੜ ਕੇ ਤੇ ਦੂਜੀ ਵੋਟ ਆਈ ਦੂਜੇ ਦਿਨ ਆਈ ਜੋ ਦੂਸਰੇ ਦਿਨ ਉਹ ਰਾਤ ਕਟਾ ਕੇ ਸਵੇਰੇ ਆ ਕੇ ਸਾਨੂੰ ਤਿਆਰ ਕਰ ਲਿਆ ਉਹਨਾਂ ਨੇ ਉੱਥੋਂ ਅਸੀਂ ਫਿਰ ਜਿਹੜੇ ਉਹ ਟਾਪੂਆਂ 'ਚ ਤੁਹਾਨੂੰ ਰੱਖਦੇ ਨੇ ਉੱਥੇ ਪੁਲਿਸ ਨਹੀਂ ਆਉਂਦੀ ਉੱਥੋਂ ਸਮੁੰਦਰ ਦੇ ਵਿੱਚ ਆ ਨਾ ਯਾਰ ਅੱਛਾ ਉੱਥੇ ਆਪਣੀ ਹੀ ਦੁਨੀਆ ਇਹਨਾਂ ਨੇ ਬਣਾਈ ਉਹਨਾਂ ਦੀ ਆਪ ਦੀ ਜਿਵੇਂ ਹੁਣ ਆਪ ਹੁਣ ਕਈ ਆਪਣੇ ਵੀ ਇੱਧਰ ਏਰੀਏ ਹੈਗੇ ਆ ਨਾ ਉਧਰ ਆਪਾਂ ਤਾਂ ਜਾਂਦੇ ਹੀ ਨਹੀਂ ਕਿ ਉਹ ਐਮਪੀ ਐਮਪੀ ਸਾਡ ਹੈਗੇ ਕੋਈ ਕਹਿੰਦੇ ਪ ਤੇ ਉਥੇ ਜਿਹੜੇ ਲੋਕ ਆਮ ਲੋਕ ਰਹਿੰਦੇ ਨੇ ਉਥੇ ਨਹੀਂ ਆਮ ਨਹੀਂ ਰਹਿੰਦੇ ਉਹੀ ਲੋਕਾਂ ਦਾ ਜਿਹੜਾ ਆਪਦਾ ਕਬੀਲਾ ਟਾਈਪ ਬਣੇ ਹੋਏ ਜਿੱਥੇ ਬਸ ਉਹਨਾਂ ਨੇ ਸ਼ਿਫਟ ਕਰਨ ਨੂੰ ਬਣ ਰੱਖੀ ਜਗ੍ਹਾ ਫਾਰਮ ਹਾਊਸ ਟਾਈਪ ਆਪਣੇ ਬਸ ਉਹੀ ਉਹਨਾਂ ਦੇ ਬਣਾਏ ਹੋਏ ਆ ਉਹਦਾ ਫੈਮਲੀਆ ਵੀ ਉਹਨਾਂ ਦੀ ਉਥੇ ਆ ਓਕੇ ਹਾਂ ਇਹ ਨਹੀਂ ਗੱਲੇ ਵੀ ਜੈਂਟਸ ਨਹੀਂ ਉਹਨਾਂ ਦੇ ਲੇਡੀਜ਼ ਨੇ ਕਿਉਂਕਿ ਰੋਟੀ ਪਾਣੀ ਅਗਲੇ ਨੇ ਖਾਣਾ ਪਰ ਸਮੁੰਦਰ ਦੇ ਵਿੱਚ ਜਾ ਕੇ ਮੰਨ ਲਓ ਵੀ ਉਹ ਸਮੁੰਦਰ ਦੀ ਜਿਹੜੀ ਅਸੀਂ 40 ਮਿੰਟ ਦੀ ਤਾਂ ਉਹ ਜਿਹੜੀ ਛੱਲ ਵਾਲਾ ਟਾਈਮ ਕੱਢਿਆ ਫਿਰ 2 ਘੰਟੇ ਅਸੀਂ ਨਾਰਮਲ ਦਰਿਆ ਦੇ ਵਿੱਚ ਚੱਲੇ ਹੁਣ ਉਹ 22 ਘੰਟਿਆਂ ਦਾ ਸਫ਼ਰ ਆ ਹੁਣ ਸਮੁੰਦਰ ਚ 22 ਘੰਟੇ ਜਾਵਾਂਗੇ ਤਾਂ ਕਿੱਥੇ ਜਾਵਾਂਗੇ ਆਪਾਂ ਕਿੱਥੇ ਦਾ ਪਾਏ ਆਂ ਜਾਣਾ ਕਿੱਥੇ ਸਿੱਧਾ ਹੀ ਚਲੇ ਜਾਣਾ ਆਪਾਂ ਨਾ ਜੀ 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 ਫਿਰ ਉਸ ਤੋਂ ਬਾਅਦ ਉੱਥੇ ਜਦੋਂ ਅਸੀਂ ਚੱਲ ਪਏ ਵੀ ਜਦੋਂ ਅਸੀਂ ਸਾਨੂੰ ਉਹਨਾਂ ਨੇ ਨਾ ਇੱਕ ਇੱਕ ਬੰਦਾ ਵਾ ਲਿਆ ਉਹ ਬੋਟ ਤੇ ਵੀ 8-9 ਬੰਦੇ ਬੈਠ ਗਿਆ ਸੀ ਫਰੰਟ ਤੋਂ ਲੈ ਕੇ ਪਿੱਛੋਂ ਤੱਕ ਜੀ 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 ਤੇ ਉਹ ਬੋਟ ਜਦੋਂ ਅਸੀਂ ਬੈਠ ਗਏ ਤੇ ਪਾਣੀ ਤੋਂ ਇੰਨੀ ਉੱਚੀ ਸੀਗੀ ਜਦੋਂ ਉਹ ਇੱਕ ਪਾਸੇ ਹੁੰਦੀ ਸੀ ਤੇ ਪਾਣੀ ਵਿੱਚ ਆ ਜਾਂਦਾ ਸੀ ਅੱਛਾ ਤੇ ਸਾਡੇ ਕੋਲੇ ਡੱਬੇ ਸੀ ਅਸੀਂ ਦਵਾ ਦਬ ਵੀ ਡੋਬਣਾ ਜਾ ਕੇ ਵੱਲ ਕਰਦੇ ਸੀ ਹਾਂ ਪਾਣੀ ਬਾਹਰ ਕੱਢਣਾ ਹੈ ਆਪਦੀ ਜਾਨ ਲਈ ਜੇ ਨਹੀਂ ਕੱਢਦੇ ਪਾਣੀ ਆ ਗਿਆ ਉਹ ਤਾਂ ਵੀ ਆਉਦੀ ਜਾਨ ਬਚਾ ਲੈਣਗੇ ਠੀਕ ਹੈ ਪਰ ਅਸੀਂ ਕਿਵੇਂ ਬਚਾਂਗੇ ਉਹ ਆਪਦਾ ਇੱਕ ਬੰਦਾ ਬਾਜੂ ਉਹ ਆਪਦਾ ਆਪ ਬਚ ਲੈਣਗੇ ਅਸੀਂ ਕਿਵੇਂ ਸਾਨੂੰ ਕੀ ਪਤਾ ਕਿੱਥੇ ਕਿੰਨਾ ਘ ਡੂੰਗਾ ਬਿਲਕੁਲ ਉਹ ਬੋਟ ਲੈ ਕੇ ਚੱਲ ਪਏ ਬੋਟ ਦੀ ਹਾਲਤ ਕਿਦਾਂ ਦੀ ਹੁੰਦੀ ਸੀ ਖਸਤਾ ਜੀ ਹਾਲਤ ਹੁੰਦੀ ਉਹ ਉੱਥੇ ਕਿਹੜਾ ਕੋਈ ਉਹ ਤਾਂ ਆਪ ਹੀ ਰਿਪੇਅਰ ਕਰ ਲੈਂਦੇ ਉਹ ਆਪ ਹੀ ਬਣਾਉਂਦੇ ਆ ਉਹ ਬਿਲਕੁਲ ਲੱਕੜ ਦੀ ਆਪ ਹੀ ਉਹ ਲੱਕੜ ਦੀ ਬੋਟ ਆ ਅੱਛਾ ਆਪਣੀ ਬੋਟ ਬਣਾਈ ਹੋਈ ਉਹਨਾਂ ਨੇ ਹਾਂ ਉਹਨਾਂ ਦੀ ਆਪ ਤਾਂ ਹੀ ਬਣਾਈ ਹੋਈ ਉਹਦੇ ਤੇ ਹੀ ਉਹ ਮੋਟਰ ਰੱਖੀ ਹੋਈ ਉਹਨਾਂ ਠੀਕ ਹੈ ਉਹ ਲੈ ਕੇ ਜੰਗਲ ਚ ਚੱਲ ਪਏ ਗਾਂ ਫਿਰ ਜੰਗਲ ਆ ਜਾਂਦਾ ਆ ਦਰਖਤ ਆ ਜਾਂਦੇ ਆ ਉਹ ਵੋਟ ਦੇ ਉਹ ਪੱਖਾ ਨਾ ਥੱਲੇ ਵੱਜਦਾ ਪੱਥਰਾਂ ਚ ਥੱਲੇ ਪੱਥਰ ਆ ਜਾਂ ਜੜਾਂ ਦਰਖਤਾਂ ਦੀਆਂ ਉਹ ਸਾਨੂੰ ਕਹਿੰਦਾ ਵੀ ਉਤਰੋ ਤੇ ਅਸੀਂ ਕਹਾਂ ਵੀ ਅਸੀਂ ਤਾਂ ਨਹੀਂ ਉਤਰਨਾ ਉਹ ਹੀ ਕਹੇ ਥੱਲੇ ਕੀ ਪਤਾ ਕਿੰਨਾ ਕੁ ਡੂੰਗਾ ਆਪਾਂ ਨੂੰ ਕੀ ਦੀਂਦਾ ਯਾਰ ਹਨਾ ਮਿੱਟੀ ਐ ਵਿੱਚ ਪਾਣੀ ਦੇ ਫਿਰ ਉਹਨਾਂ ਦਾ ਇੱਕ ਬੰਦਾ ਉਤਰਦਾ ਜਿਹੜਾ ਮੂਹਰੇ ਬੈਠਾ ਹੁੰਦਾ ਕਿਉਂਕਿ ਉਹਨੇ ਵੋਟ ਨੂੰ ਨਾ ਉਹ ਕੇਲੀ ਦੇ ਵਿੱਚੋਂ ਵਿੱਚੋਂ ਐ ਕੱਢ ਕੇ ਲੈ ਜਾਣਾ ਹੁੰਦਾ ਉਹਨੇ ਵੀ ਮੂਹਰੋਂ ਆਪਦੇ ਹਿਸਾਬ ਨਾਲ ਵੋਟ ਨੂੰ ਲੈ ਕੇ ਜਾਣਾ ਸਾਫ਼-ਸਾਫ਼ ਰਾਸਤੇ ਉਹ ਉਤਰਦਾ ਫਿਰ ਅਸੀਂ ਮਗਰ ਉੱਤਰ ਜਾਣੇ ਉਹਦੇ ਚ ਇੰਨਾ ਇੰਨਾ ਪਾਣੀ ਹੁੰਦਾ ਉਹ ਡਰਤਾ ਡਰਾ ਯਾਰ ਸਮੁੰਦਰ ਹੈ ਕੋਈ ਸੱਪ ਆ ਜਾਵੇ ਕੋਈ ਕੁਝ ਵੀ ਆ ਸਕਦਾ ਉੱਥੇ ਉਹਨਾਂ ਦਾ ਘਰ ਆ ਉਹਦੇ ਚ ਇੰਨੇ ਨੇ ਪਾਣੀ ਜਿਸੀਂ ਫਿਰਦੇ ਆ ਉੱਥੇ ਜਿਹੜੀ ਸਾਡੇ ਨਾਲ ਸਭ ਤੋਂ ਵੱਧ ਖਤਰਨਾਕ ਇੱਕ ਚੀਜ਼ ਵਰਤੀ ਬੀਤੀ ਉਹ ਕੀ ਆ ਉਹਦੇ ਨਾਲ ਅਸੀਂ ਇੱਕ ਬੰਗਾਲੀ ਇੱਕ ਮੈਂ ਹੋ ਗਿਆ ਇੱਕ ਮੇਰਾ ਦੋਸਤ ਜਿਹੜਾ ਉਹ ਕੋਟਕਪੂਰੀ ਵਾਲਾ ਹਾਂ ਕੋਟਕਪੂਰੀ ਵਾਲਾ ਇੱਕ ਮੁੰਡਾ ਗੁਰਪ੍ਰੀਤ ਸੀ ਸਾਡੇ ਚ ਅਸੀਂ ਚਾਰ ਜਾਣੇ ਰਹੇਗੇ ਉੱਥੇ ਬਾਕੀ ਕਿੱਥੇ ਗਏ ਬਾਕੀ ਤੁਹਾਨੂੰ ਦੱਸਦਾ ਨਾ ਉਹ ਜਿਹੜੇ ਦੋ ਜਣੇ ਸੀ ਕਿਸਤੀ ਵਾਲੇ ਇੱਕ ਇੱਕ ਉਹ ਕਹਿੰਦਾ ਨਾ ਇੱਕ ਜਣਾ ਵਿੱਚ ਬੈਠ ਜਾਓ ਬੋਰਡ ਦੇ ਤੁਸੀਂ ਉਹ ਕਹਿੰਦਾ ਇੱਕ ਵਿੱਚ ਬੈਠ ਜਾਓ ਵੀ ਮੈਂ ਇੱਧਰ ਦੀ ਵੋਟ ਲੈ ਕੇ ਆਉਂਗਾ ਵੀ ਇਹ ਤੁਹਾਡੇ ਬੈਗ ਪਏ ਉਹ ਬੰਦਾ ਥੋੜੀ ਰਾਖੀ ਰੱਖ ਲੇ ਵੀ ਤੁਹਾਨੂੰ ਆਏ ਨਾ ਓਬਵੀਅਸ ਹੀ ਕੁਝ ਕੱਢ ਲਿਆ ਹਾਂ ਹਾਂ ਬਿਲਕੁਲ ਵੀ ਇੱਕ ਬੰਦਾ ਵਿੱਚ ਬੈਠੇ ਰਹੋ ਸਾਡੇ ਚ ਇੱਕ ਮੋਟਾ ਸੀ ਮੁੰਡਾ ਅਮਨ ਉਹ ਅਸੀਂ ਵਿੱਚ ਬਾਤਾ ਮੈਂ ਕਿਹਾ ਅਮਨ ਤੂੰ ਜਾਵੜਾ ਇਹਦੇ ਚ ਤੇ ਨੇਪਾਲੀ ਉਤਰ ਕੇ ਬੰਗਾਲੀ ਉਤਰ ਗਿਆ ਬੰਗਾਲੀ ਦੋ ਸੀ ਸਾਡੇ ਨਾਲ ਤੇ ਅਸੀਂ ਉੱਥੇ ਰੋਕੇ ਨਾ એનર્ਜੀ ਡਰਿੰਕ ਸੀ ਸਾਡੇ ਕੋਲੇ ਉਧਰ ਦੀਆਂ ਹੀ ਸੀਗੀਆਂ ਅਸੀਂ ਉਹ ਪੀਣ ਲੱਗ ਗਏ ਬੰਦਿਆਂ ਨੂੰ ਅਸੀਂ ਉੱਥੇ ਖੜੇ ਰਹੇ ਸਾਨੂੰ ਆਏ ਸੀਗਾ ਵੀ ਅਗਾ ਖੜ ਜਾਣਗੇ ਵੀ ਬੰਦੇ ਕਹਣ ਕਿ ਸਾਡੇ ਬੰਦੇ ਮਗਰ ਆ ਯਾਰ ਨਾਰਮਲ ਆਪਾਂ ਜੇ 8-10 ਜਾਣੇ ਚੱਲੇ ਆ ਤੇ ਆਪਾਂ ਨੂੰ ਪਤਾ ਸੀ 5 ਰਹਿ ਗਏ ਸੀ ਕਹਾਂਗੇ ਯਾਰ 4 ਪਿੱਛੇ ਆ ਸਾਡੇ ਉਹ ਨਹੀਂ ਰੁਕਿਆ ਉਹ ਚਲੇ ਗਏ ਬਈ ਅਸੀਂ ਉਥੇ ਐਨਰਜੀ ਡਰਿੰਕ ਡਰਿੰਕ ਪੀਂਦੇ ਸਾਡਾ 2-4 ਮਿੰਟ ਲੰਘ ਗਏ ਜਦੋਂ ਅਸੀਂ ਦੇਖਿਆ ਹਰ ਬੰਦੇ ਤਾਂ ਆਪਣੇ ਚਲੇ ਗਏ ਜਦੋਂ ਅਸੀਂ ਤੁਰੇ ਤੇ ਅਸੀਂ ਮੰਨ ਕੇ ਚੱਲੋ ਵੀ ਵੱਧ ਤੋਂ ਵੱਧ ਵੀ 200 ਮੀਟਰ ਗਏ ਹੋਵਾਂਗੇ ਗਾਂ ਤੇ ਮੇਰੇ ਨਾਲ ਦਾ ਜਿਹੜਾ ਮੁੰਡਾ ਸੀਗਾ ਉਹ ਕਹਿੰਦਾ ਯਾਰ ਮੈਂ ਨਾ ਉਹਦੇ ਤੇ ਅਮਾਜਨ ਤੇ ਦੇਖਦਾ ਰਹਿਣਾ ਆ ਜਿਹੜਾ ਆਪਣੇ ਜੀਓਗ੍ਰਾਫੀ ਚੈਨਲ ਸੀ ਕਹਿੰਦਾ ਸਮੁੰਦਰ ਚ ਦਲਦਲ ਹੁੰਦੀ ਆ ਹੂੰ ਤੇ ਮੈਂ ਕਿਹਾ ਫੇਰ ਕਹਿੰਦਾ ਯਾਰ ਆਪਾਂ ਨੂੰ ਤਾਂ ਰਸਤਾ ਹੀ ਨਹੀਂ ਪਤਾਗਾ ਵੀ ਜੇਗਾ ਦਲਦਲ ਚ ਪੈਰ ਵੜ ਗਿਆ ਆਪਾਂ ਤਾਂ ਨਿਕਲ ਨਹੀਂ ਸਕਦੇ ਮੈਂ ਕਿਹਾ ਫਿਰ ਹੁਣ ਐਂ ਕਰੋ ਉੱਥੇ ਹੀ ਚੱਲਦੇ ਆ ਜਿੱਥੇ ਆਪਾਂ ਨੂੰ ਬੋਰਡ ਤੇ ਤਾਰਾਂ ਕਿਉਂਕਿ ਜਿੰਨੇ ਮਗਰ ਆਉਣਗੇ ਹੋਰ ਬੂਟ ਆਊਗੀ ਉਹਦੇ ਨਾਲ ਬੰਦੇ ਤਾਂ ਆਉਣਗੇ ਬਿਲਕੁਲ ਜਾਣਾ ਤਾਂ ਉਸੇ ਰਸਤੇ ਹੀ ਆਪਾਂ ਉਹਨਾਂ ਨਾਲ ਤੁਰਪੇ ਜਾਵੜਾਂਗੇ ਉਹਨਾਂ ਦਾ ਵੀ ਠੀਕ ਆ ਅਸੀਂ ਵਾਪਸ ਆ ਗਏ ਅਸੀਂ ਚਾਰ ਜਾਣੇ ਤੇ ਨਾ ਸਾਡੇ ਕੋਲੇ ਕੋਈ ਫੋਨ ਨਾ ਉਹ ਜਿਹੜਾ ਸੀਗਾ ਉਹ ਬੰਦ ਉਹ ਬੈਗ ਚ ਪਿਆ ਸੀਗਾ ਬੰਦ ਕਰਕੇ ਰੱਖਿਆ ਵੀ ਉੱਥੇ ਜਾ ਕੇ ਫੋਨ ਕਰ ਲਾਂਗਾ ਬਿਲਕੁਲ ਬਿਲਕੁਲ ਜਦੋਂ ਬਈ ਉਹ ਚਲੇ ਗਏ ਤੇ ਸਾਨੂੰ ਬਈ ਅੱਡ ਅੱਡ ਬੰਦੇ ਨੂੰ ਸੋਚਣੀ ਸ਼ੁਰੂ ਹੋ ਗਈ ਯਾਰ ਜੇ ਆਪਣੇ ਕੋਲੇ ਸ਼ੇਰ ਆ ਗਿਆ ਕੀ ਪਤਾ ਅੱਜ ਮਗਰੋਂ ਵੋਟ ਆਵੇਗੇ ਨਾ ਆਵੇ ਹੂੰ ਉਦੋਂ ਕੀ ਟਾਈਮ ਸੀ ਉਹ ਤੁਹਾਨੂੰ ਤੁਰਪੀਆਂ ਦੋ ਵੋਟਾਂ ਟਾਈਮ ਮੋਬਾਈਲ ਵਗੈਰਾ ਤਾਂ ਨਹੀਂ ਮੇਰੇ ਨਾਲ 12:30 ਦਾ ਹੋਊਗਾ ਰਾਤ ਦਾ ਸਵੇਰ ਦਾ ਦੁਪਹਿਰ ਰਾਤ ਨੂੰ ਤਾਂ ਅਸੀਂ ਕਿੱਥੇ ਤੁਰਨਾ ਸੀਗਾ ਫਿਰ ਤੇ ਦੁਪਹਿਰ ਦਾ 12:30 ਦਾ ਟਾਈਮ ਸੀਗਾ ਤੇ ਉਹ ਮੇਰੇ ਨਾਲ ਦਾ ਮੁੰਡਾ ਕਹੇ ਯਾਰ ਜੇ ਹੁਣ ਮੈਂ ਕਹਾਂ ਯਾਰ ਵੋਟਾਂ ਤਾਂ ਬੋਰਡ ਤਾਂ ਦੋ ਸੀਗੀਆਂ ਉਹਨਾਂ ਨੇ ਬੰਦੇ ਇਕੱਠੇ ਕਰਕੇ ਤੋਰਤੀਆਂ ਹੁਣ ਜਿਹੜੀ ਮਗਰੋਂ ਦੋ ਦਿਨਾਂ ਬਾਅਦ ਆਊਗੀ ਅੱਜ ਤਾਂ ਮੇਰੇ ਹਿਸਾਬ ਨਾਲ ਆਉਂਦੀ ਨਹੀਂ ਕੋਈ ਕਹਿੰਦਾ ਫਿਰ ਰਾਤ ਇੱਥੇ ਕੱਢਣੀ ਪਊਗੀ ਮੈਂ ਕਹ ਵੀ ਲੱਗਦਾ ਤਾਂ ਆਪਾਂ ਨੂੰ ਇੱਥੇ ਹੀ ਰਹਿਣਾ ਪੈਣਾ ਫਿਰ ਅਸੀਂ ਉੱਥੇ ਆਪਦੀ ਤਿਆਰੀ ਕੀਤੀ ਜਾਨਵਰ ਸਾਡੇ ਕੋਲੇ ਆਉਂਦਾ ਤਾਂ ਅਸੀਂ ਉੱਥੇ ਉਹਦੇ ਵਾਂਸ ਸੀ ਪਰ ਇਹ ਗੱਲ ਆ ਵਾਂਸ ਕੋਲੇ ਸੱਪ ਬਹੁਤ ਹੁੰਦਾ ਕਿਉਂਕਿ ਉਹਨੇ ਆਪਣੀ ਗੁੰਜਤਾਰ ਨਹੀਂ ਹੁੰਦੀ ਆ ਵਾਂਸ ਦੇ ਨਾਲ ਲੱਗ ਕੇ ਨਾ ਕੁੰਝ ਤਾਰਦਾ ਉੱਥੇ ਇੱਕ ਦੋ ਕੁੰਝਾ ਤਾਰੀਆਂ ਵੀ ਪਈਆਂ ਸੀ ਮੈਂ ਹੈਗਾ ਵੀ ਸੱਪਾਂ ਦਾ ਸੱਪਾਂ ਦੇ ਘਰਾਂ ਚ ਬੈਠੇ ਆਪਾਂ ਤੇ ਪਤਾ ਨਹੀਂ ਉੱਥੇ ਫਿਰ ਜਦੋਂ ਸਾਇਲੈਂਟ ਹੋ ਜਾਂਦਾ ਨਾ ਸਾਰਾ ਕੁਝ ਫਿਰ ਜਾਨਵਰ ਆਪਦੀਆਂ ਆਵਾਜ਼ਾਂ ਕੱਢਦਾ ਹੂੰ ਉਹਨੂੰ ਪਤਾ ਲੱਗਦਾ ਵੀ ਹੁਣ ਲੋਕ ਨੰਗੇ ਹੁਣ ਆਪਾਂ ਫ੍ਰੀ ਆ ਫਿਰ ਉੱਥੇ ਜਾਨਵਰਾਂ ਦੀਆਂ ਸਾਨੂੰ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਮਨ ਚ ਘਬਰਾਟ ਦਿਲ ਘਬਰਾਉਣ ਲੱਗਾ ਸਾਡਾ ਟੈਨਸ਼ਨ ਸ਼ੁਰੂ ਵੀ ਭੱਜਣਾ ਨਹੀਂ ਜੇ ਕੋਈ ਜਾਨਵਰ ਆ ਗਿਆ ਨਾ ਉਹਦਾ ਮੁਕਾਬਲਾ ਕਰਨਾ ਹੈ ਆਪਾਂ ਡਰਨਾ ਨਹੀਂ ਉਹ ਤੋਂ ਡਰ ਕੇ ਤੂੰ ਉਧਰ ਭੱਜ ਜੇ ਤੂੰ ਉਧਰ ਭਜਿਓ ਤਾਂ ਇੱਕ ਨੂੰ ਲੈ ਜੂ ਚੱਕੇ ਜੇ ਆਪਾਂ ਚਾਰੇ ਹੀ ਹੋਵਾਂਗੇ ਨਾ ਤੇ ਆਪਾਂ ਉਹਦਾ ਮੁਕਾਬਲਾ ਕਰ ਲਾਂਗੇ ਕਿਉਂਕਿ ਜਾਨਵਰ ਬੰਦੇ ਤੋਂ ਵੱਡਾ ਤਾਂ ਹੈ ਨਹੀਂ ਬਿਲਕੁਲ ਇਨਸਾਨ ਤੋਂ ਤਾਂ ਵੱਡਾ ਕੋਈ ਚੀਜ਼ ਹੈ ਨਹੀਂ ਦੁਨੀਆ ਤੇ ਬਿਲਕੁਲ ਵੀ ਆਪਾਂ ਚਾਰੇ ਜਣੇ ਰਲ ਕੇ ਉਹਦਾ ਮੁਕਾਬਲਾ ਕਰਾਂਗੇ ਤਾਂ ਆਪਾਂ ਕੁਝ ਜਿੱਤ ਹਾਸਲ ਕਰ ਲਾਂਗੇ ਨਹੀਂ ਤਾਂ ਵੀ ਇਕੱਲੇ ਇਕੱਲੇ ਨੂੰ ਤਾਂ ਲੈ ਜੂਆ ਚਲੋ ਜੀ ਅਸੀਂ 2 ਘੰਟੇ ਨੀਅਰ ਬਾਉਟ ਅਸੀਂ ਉੱਥੇ ਬੈਠੇ ਰਹੇ ਦਿਮਾਗ ਤੇ ਟੈਨਸ਼ਨ ਕਿਤੇ ਇੱਧਰ ਦੇਖ ਲਿਆ ਇੱਧਰ ਦੇਖ ਲਿਆ ਕੋਈ ਜਾਨਵਰ ਤਾਂ ਨਹੀਂ ਆਉਂਦਾਗਾ ਅਸੀਂ ਡੰਡੇ ਡੁੰਡੇ ਜੇ ਇਕੱਠੇ ਕਰ ਲਿਆ ਉਹਦੇ ਰਾਤ ਨੂੰ ਅੱਗ ਲਾਉਣ ਲਈ ਵੀ ਸਾਡੇ ਕੋਲੇ ਕੁਝ ਵੀ ਹੈ ਨਾ ਵੀ ਅੱਗ ਕਾਦਣਾ ਲਾਵਾਂਗੇ ਫਿਰ ਉਹ ਪ੍ਰਾਣੀਆਂ ਗੱਲਾਂ ਕਿਤਾਬਾਂ ਵਾਲੀਆਂ ਵੀ ਉਹ ਪਹਿਲਾਂ ਇਦਾਂ ਆਦਮ ਯਾਦ ਨੇ ਪੱਥਰ ਨਾਲ ਅੱਗ ਲਾਈ ਸੀ ਤੇ ਇੱਕ ਕਹਿੰਦਾ ਨਹੀਂ ਆਪਾਂ ਡੰਡੇ ਨਾਲ ਰਗੜ ਰਗੜ ਕੇ ਅੱਗ ਚਲਾ ਲਾਂਗੇ ਆਦਿ ਯੋਗਾਂ ਨੇ ਜਲਪੀਆਂ ਉਹ ਚੀਜ਼ਾਂ ਛੱਡਤੀਆਂ ਵੀ ਅਸੀਂ ਦੁਨੀਆ ਦੇ ਕਿਹੜੀ ਚ ਰਹਿੰਦੇ ਸੀ ਉਹ ਭੁੱਲ ਗਏ ਸੀ ਉਸ ਸਮੇਂ ਦੀ ਆਦੀਵਾਸੀ ਵਾਲੀ ਜ਼ਿੰਦਗੀ 'ਚ ਆ ਗਏ ਵੀ ਹਾਂ ਅਸੀਂ ਅਸੀਂ ਲੱਕੜ ਨੂੰ ਘਸਾਖਸਾ ਅੱਗ ਲਾ ਲਾਂਗੇ ਪੱਥਰ ਲੱਭੂ ਪੱਥਰਾਂ ਨਾਲ ਅੱਗ ਲਾ ਲਾਂਗੇ ਨਾ ਐਂ ਕਰ ਲਾਂਗੇ ਉਹ ਸੋਚਾ ਚੱਲ ਪਈ ਸਾਡਿਆਂ ਇੰਨੇ ਜੱਗੂਆਂ ਇੱਕ ਵੋਟ ਆ ਗਈ ਵਾਪਸ ਤੇ ਅਸੀਂ ਉਹਨੂੰ ਰੋਕਿਆ ਦਾ ਉਹਦਾ ਸਾਨੂੰ ਹੌਸਲਾ ਪਿਆ ਤੁਸੀਂ ਯਕੀਨ ਮੰਨੋਗੇ 15 ਮਿੰਟ ਦੀ ਦੂਰੀ ਸੀਗੀ ਅਸੀਂ ਉਹਨੂੰ ਕਿਹਾ ਵੀ ਸਪੈਨਿਸ਼ ਇੰਨੇ ਜਿਸੀਂ ਸਿੱਖ ਲਈ ਸੀ ਮਾੜੀ ਮੋਟੀ ਮੈਂ ਉਹਨੂੰ ਕਹ ਵੀ ਤਨੂ ਅਸੀਂ 100 ਸਿਆਨ ਡਾਲਰ ਸਿਆਨ 100 ਨੂੰ ਸਿਆਨ ਕਹਿੰਦੇ ਆ ਸਿਆਨ ਵੀ ਅਸੀਂ ਤਨੂੰ 100 ਡਾਲਰ ਦੇਵਾਂਗੇ ਤੂੰ ਸਾਨੂੰ ਉੱਥੋਂ ਤੱਕ ਛੱਡਿਆ ਜਿੱਥੋਂ ਤੱਕ ਸਾਡੇ ਮੀਘੋ ਮੀਘੋ ਮਤਲਬ ਫਰੈਂਡ ਆ ਉਹ ਕਹਿੰਦਾ ਓਕੇ ਉਹਨੇ ਆਪ ਦੇ ਉਹਨੂੰ ਬੰਦੇ ਨੂੰ ਦੱਸਿਆ ਜਿਹੜਾ ਨਾਲ ਸੀ ਉਹਦੇ ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਉੱਥੋਂ ਤੱਕ ਛੱਡਿਆ ਆ ਉਹ ਕਹਿੰਦਾ ਛੱਡਿਆ ਕਹਿੰਦਾ ਵੀ ਮੈਨੂੰ 100 ਡਾਲਰ ਦੇਣਗੇ ਉਹ ਕਹਿੰਦਾ ਓਕੇ ਸਾਨੂੰ ਉਹ ਲੈ ਕੇ ਚੱਲ ਆ ਪਿਆ ਸਾਨੂੰ ਸਾਥ ਸਾਥ ਬੈ ਕੇ ਵੀ ਚੱਲ ਬੰਦਾ ਮਿਲ ਗਿਆ ਯਾਰ ਇੱਥੋਂ ਦਾ ਬਿਲਕੁਲ ਜਿੱਦਾਂ ਹੀ ਅਸੀਂ 10-15 ਕਦਮ ਪੱਟੇ ਤੇ گاਉ ਜਿਹੜਾ ਗਿਆ ਹੋਇਆ ਸੀ ਜਿਹੜਾ ਉਹ ਡੋਂਕਰ ਬੰਦਿਆਂ ਨੂੰ ਲੈ ਕੇ ਗਿਆ ਸੀ ਉਹ ਕਿਉਂ ਆ ਗਿਆ ਕਿਉਂਕਿ ਜਿਹੜਾ ਸਾਡਾ ਇੱਕ ਬੰਦਾ ਬੋਰਡ 'ਚ ਬੈਠਾ ਸੀ ਉਹ ਕਹਿੰਦਾ ਇੱਦੋਂ ਦਾ ਮੈਂ ਨਹੀਂ ਜਾਣਾ ਜੇ ਮੇਰੇ ਬੰਦੇ ਨਹੀਂ ਤੁਸੀਂ ਲੈ ਕੇ ਆਉਂਦੇ ਤਾਂ ਜੇ ਉਹ ਸਾਡਾ ਬੰਦਾ ਨਾ ਹੁੰਦਾ ਸਾਨੂੰ ਛੱਡ ਜਾਣਾ ਸੀ ਤੂੰ ਛੱਡ ਕਿਉਂ ਗਏ ਸੀ ਕਿ ਉੱਥੇ ਉਹਨਾਂ ਨੇ ਤਾਂ ਛੱਡੇ ਨਹੀਂ ਉਹ ਤਾਂ ਤੁਰ ਗਏ ਉਹਨੂੰ ਕੀ ਪਤਾ ਸੀ ਉਹ ਕਹਿੰਦਾ ਸਾਰੇ ਮਗਰ ਤੁਰੇ ਆਉਂਦੇ ਤਾਂ ਮੂਰੇ ਹੁੰਦਾ ਸਭ ਤੋਂ ਅੱਛਾ ਉਹਨੂੰ ਪਤਾ ਨਹੀਂ ਪਿੱਛੇ ਬੈ ਗਏ ਕਿ ਨਹੀਂ ਬੈ ਗਏ ਇੰਜਨ ਆ ਟ੍ਰੇਨ ਦਾ ਡੱਬੇ ਦਾ ਮਗਰ ਆ ਸੀ ਉਹਦਾ ਇੰਜਨ ਵਾਂਗੂ ਮੂਰੇ ਤੁਰੇ ਹੀ ਜਾਣਾ ਉਹਨੇ ਕਿਹੜਾ ਮਗਰ ਦੇਖਣਾ ਇੰਜਨ ਨੇ ਉਹਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਰਹਿ ਗਏ ਹਾਂ ਉਹ ਤਾਂ ਜਿਹੜੇ ਜਮਾ ਨੇੜਲੇ ਬੰਦੇ ਜਦੋਂ ਪਿੱਛੇ ਰਹਿੰਦੇ ਉਦੋਂ ਦੇਖਦਾ ਵੀ ਚਲੋ ਚਲੋ ਆਪਾਂ ਨੇੜੇ ਆਪਾਂ ਉਦੋਂ ਜਿਹੜੇ ਮਗਰਲੇ ਮਗਰ ਜਿਹੜੇ 9 10 ਬੰਦੇ ਆ 10ਾਂ ਚੋਂ 4 ਬੰਦੇ ਪਿੱਛੇ ਰਹਿ ਗਏ ਉਹਨੂੰ ਤਾਂ ਨਹੀਂ ਪਤਾ ਬਿਲਕੁਲ ਉਹਨੂੰ ਤਾਂ ਆਈ ਆ ਵੀ ਇਹਨਾਂ ਨੇ ਮਗਰ ਤੁਰੇ ਆਉਣਾ ਆ ਬਿਲਕੁਲ ਤੂੰ ਗਲਤੀ ਸਾਡੀ ਵੀ ਜੇ ਅਸੀਂ ਰੁਕਦੇ ਨਾ ਸੀ ਵੀ ਤੁਰੇ ਜਾਂਦੇ ਹਨਾ ਉਹ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਇੱਕ ਜ਼ਿੰਦਗੀ 'ਚ ਇੱਕ ਸਬਕ ਮਿਲ ਗਿਆ ਵੀ ਜਦੋਂ ਕਿਤੇ ਜਾਣਾ ਤਾਂ ਮਤਲਬ ਵੀ ਬੰ ਉੱਥੋਂ ਫਿਰ ਸਾਨੂੰ ਉਹ ਜਦੋਂ ਅਸੀਂ ਤੁਰੇ ਤੇ ਸਾਨੂੰ ਗਾ ਬੰਦਾ ਮਿਲ ਗਿਆ ਸਾਡਾ ਮੇਰਾ ਤਾਂ ਇਹਨਾਂ ਜੀ ਕਰਦਾ ਸੀ ਵੀ ਜੇ ਇੰਡੀਆ 'ਚ ਹੁੰਦਾ ਤੇ ਹੋ ਸਕਦਾ ਸੀ ਉਹਨੂੰ ਘੁੱਟ ਦਿੰਦੇ ਵੀ ਤੂੰ ਸਾਨੂੰ ਲੈ ਕੇ ਕਿਉਂ ਨਹੀਂ ਗਿਆ ਯਾਰ ਹਾਂ ਬਿਲਕੁਲ ਛੱਡ ਗਿਆ ਤੂੰ ਮਗਰ ਨਹੀਂ ਦੇਖ ਸਕਦਾ ਸੀ ਵੀ ਮਗਰ ਬੰਦੇ ਆ ਸਾਡੇ ਬਿਲਕੁਲ ਚਲੋ ਮੈਨੂੰ ਮੇਰੇ ਨਾਲ ਦੇ ਕਹਿੰਦੇ ਭਰਾਵਾ ਲੜਨਾ ਪਈ ਤੂੰ ਮੈਂ ਕਹਾਂ ਨਹੀਂ ਲੜਦਾ ਭਰਾਵਾ ਮਰਨਾ ਥੋੜੀ ਇਹਨਾਂ ਨਾਲ ਲੜ ਕੇ ਵੀ ਅਗਲਾ ਕੁਝ ਵੀ ਕਰ ਤੂੰ ਇੱਥੇ ਸੁੱਤੇ ਪਏ ਨੂੰ ਰਾਤ ਨੂੰ ਮੈਨੂੰ ਕੁਝ ਖਵਾ ਪਿਆ ਦੇਵੇ ਫਿਰ ਉਹ ਆਪਣੀ ਬਗਾਨਾ ਦੇਸ਼ ਸਾਥ ਮੇਰਾ ਕਿਹੜਾ ਕੋਈ ਪਿੱਛੇ ਹੈਗਾ ਤੇ ਬਿਲਕੁਲ ਚਲੋ ਜੀ ਉੱਥੋਂ ਸਾਨੂੰ ਉਹਨ ਉਹ 10 15 ਕਦਮ ਆਏ ਆ ਤੇਰਾ ਸੀ ਤੂੰ ਆਇਆ ਸ਼ਾਬਾਸ਼ ਏ ਤੇਰੇ ਆ ਨਾ ਜੀ ਉਹਨੂੰ ਆਪਦੇ ਹਿਸਾਬ ਨਾਲ ਸਮਝਾਇਆ ਉਹ ਖੁਸ਼ ਹੋ ਗਿਆ 10 ਡਾਲਰ ਨਾਲ ਅਸੀਂ ਉਹ ਦੇ ਕੇ ਉਹਨੂੰ ਤੋਰਦਾ ਹੋ ਸੰਨ ਅਸੀਂ ਉੱਥੇ ਆ ਗਏ ਉੱਥੇ ਆ ਕੇ ਰਾਤ ਨੂੰ ਲੱਕੜ ਦਾ ਬਣਿਆ ਹੋਇਆ ਇੱਕ ਜਿੱਦਾਂ ਟਰੀ ਹਾਊਸ ਜੇ ਨਹੀਂ ਹੁੰਦੇ ਹੈ ਹਨਾ ਉਸ ਤਰ੍ਹਾਂ ਉਹ ਕੋਟੇਜ਼ਰ ਕਹਿੰਦੇ ਹੁੰਦੇ ਉਹਨਾਂ ਨੂੰ ਹਨਾ ਕੋਟੇਜ ਕੋਟੇਜ ਆ ਕੋਟੇਜ਼ ਕਹਿੰਦੇ ਨੇ ਉਹ ਬਣੇ ਹੋਏ ਆ ਉੱਥੇ ਪਰ ਉਹ ਆ ਇਹ ਤਾਂ ਆਪਣੇ ਤਾਂ ਛੋਟੇ ਬਣੇ ਹੁੰਦੇ ਆ ਵੀ ਫੈਮਿਲੀ ਲਈ ਉਹਨਾਂ ਨੇ ਉਹ ਬਹੁਤ ਵੱਡੇ ਵੱਡੇ ਬਣਾਏ ਹੁੰਦੇ ਆ ਦਰਖਤਾਂ ਤੇ ਬਣੇ ਹੁੰਦੇ ਨੇ ਕਿ ਥੱਲੇ ਪਾਣੀ ਆ ਸਕਦਾ ਹੈ ਦਰਖਤਾਂ ਦੇ ਉੱਪਰ ਹੀ ਉੱਪਰ ਹੀ ਬਣਾਏ ਹੋਏ ਆ ਥੋੜਾ ਦਰਖਤ ਕੱਟ ਕੇ ਮੈਨੂੰ ਬਾਅਦ ਚ ਪਤਾ ਲੱਗਿਆ ਨਾ ਹੁਣ ਵੀ ਇਹਨੂੰ ਕੋਰਟੀਜ਼ਰ ਕੋਰਟੀਜ਼ ਕਹਿੰਦੇ ਆ ਨਾ ਬਿਲਕੁਲ ਬਿਲਕੁਲ ਤੇ ਉਹਦੇ ਚ ਸਾਨੂੰ ਉਹਨਾਂ ਨੇ ਅੰਦਰ ਐਂਟਰ ਕਰਾਤਾ ਪੌੜੀਆਂ ਚੜੇ ਅਸੀਂ ਵੱਡਾ ਸਾਰਾ ਸੀ ਘਟੂ ਘਟ 40 50 ਬੰਦਿਆਂ ਦਾ ਬਣਿਆ ਹੋਇਆ ਸੀ ਉਹ ਦਰਖਤ ਕੱਟ ਕੇ ਉੱਤੇ ਬਣਾਇਆ ਹੋਇਆ ਉਹਨਾਂ ਨੇ ਉਹਦੇ ਚ ਉੱਥੇ ਉਹ ਕਹਿੰਦੇ ਵੀ ਸਾਡੇ ਕੋਲੇ ਖ ਕਿਉਂਕਿ ਜਦੋਂ ਅਸੀਂ ਕਲੰਬੀਆ ਤੋਂ ਚੱਲਦੇ ਆ ਨਾ ਸਾਨੂੰ ਇੱਕ ਲਫਾਫਾ ਦਿੱਤਾ ਜਾਂਦਾ 5 ਕਿਲੋ ਦਾ ਹੁੰਦਾ ਉਹ ਘੱਟੋ ਘੱਟ ਉਹਦੇ ਵਿੱਚ એનર્ਜੀ ਡਰਿੰਕਸ ਤੇ એનર્ਜੀ ਫੂਡ ਹੁੰਦਾ ਸਾਡੇ ਕੋਲੇ ਵੀ ਉਹਦੇ ਵਿੱਚ ਜਿਵੇਂ ਦਾ ਚਾਕਲੇਟ ਫੂਡ ਜਿਵੇਂ ਨਾਚੀ ਵਾਲੀ ਹੁੰਦੀ ਹੈ ਜ਼ਿਆਦਾ ਉਹ ਚੀਜ਼ਾਂ ਸਾਨੂੰ ਉਹ ਜਿਹੜੇ ਜਾਂਟਾ ਉਹ ਪੈਕ ਕਰਵਾ ਦਿੰਦੇ ਆ ਬੂਟ ਦੇ ਦਿੰਦੇ ਆ ਸਾਨੂੰ ਠੀਕਾ ਸਾਡੇ ਲੋਕ ਬੂਟ ਚਲਾ ਕੇ ਮਾਰਦੇ ਹੋ ਪਰ ਉਹ ਜੰਗਲ ਚ ਬਹੁਤ ਕੰਮ ਦੀ ਚੀਜ਼ਾਂ ਲੱਗਦਾ ਤਾਂ ਜ਼ਰੂਰ ਆ ਸਾਡੇ ਇੱਥੇ ਲੱਗ ਜਾਂਦਾ ਕਿਉਂਕਿ ਬੂਟ ਵੱਡਾ ਹੁੰਦਾ ਤੁਰਦੇ ਹੀ ਨਹੀਂ ਆਪਾਂ ਪਾ ਕੇ ਲੱਗ ਜਾਂਦਾ ਸਨੋ ਬੂਟ ਹੁੰਦੇ ਨਾ ਉਹ ਹਾਂ ਸਨੋ ਬੂਟ ਹੁੰਦੇ ਜਾਨਵਰ ਜੇ ਡੰਗ ਵੀ ਮਾਰੂਗਾ ਤੋ ਵੱਤ ਵਤ ਇਥੋਂ ਤੱਕ ਹੀ ਰਹਿ ਜਾਂਦਾ ਆ ਇਥੋਂ ਤੱਕ ਨਹੀਂ ਆਉਂਦਾ ਮਤਲਬ ਅੱਗੋ ਦੀ ਜਿਹੜਾ ਡੌਂਕੀ ਜਾਣ ਦੀ ਸੋਚੇ ਬੂਟ ਲੈ ਕੇ ਜਾਵੇ ਵੈਸੇ ਤਾਂ ਲਾਵੇ ਹੀ ਨਾ ਪਤਾ ਹੈ ਕਹਿੰਦੇ ਆ ਪਰ ਜੇ ਲਾਵੇ ਤੋ ਜੇ ਬੂਟ ਸੰਗਾ ਤੋ ਬੰਦਾ ਕੁਸ਼ਨਸ ਲੈ ਲੋ ਹਾਂ ਉਹ ਦਿੰਦੇ ਹੋ ਉਹ ਪਰ ਸੇਫਟੀ ਕੀ ਕਰੇਗੀ ਬਈ ਹਰ ਵਾਰੀ ਚੰਗੀ ਕਿਸਮਤ ਕਰ ਰਹੀ ਨਾ ਯਾਦ ਆਉਂਦੀ ਦੇਖੋ ਇਹ ਬੂਟ ਵੱਤੋ ਤੁਸੀਂ 2-4 ਘੰਟਿਆਂ ਲਈ ਚੱਲ ਸਕਦੇ ਆ ਪਰ ਜੇ ਤੋ 2 ਦਿਨ ਚੱਲਣਾ ਨਾ ਬਈ ਉਹ ਤਾਂ ਉਹ ਤਾਂ ਤੁਹਾਡੇ ਜਿਹੜੇ ਪੈਰਾਂ ਚ ਪਾਏ ਉਹਨਾਂ ਨਾਲ ਤੁਸੀਂ ਅੱਕ ਜਾਂਦੇ ਆ ਹਾਂ ਬਿਲਕੁਲ 9 ਪੱਟੇ ਜਾਂਦੇ ਲੋਕਾਂ ਦੇ 9 ਜਿਹੜੇ 9 ਨਿਯਮ ਫਿਰ ਕੀ ਹੋਇਆ ਬਈ ਫਿਰ ਉਦੋਂ ਦਾ ਫਿਰ ਬਈ ਅਗਲੇ ਦਿਨ ਸਹੇਰੇ ਸਾਨੂੰ ਉੱਥੋਂ ਲੈ ਗਿਓ ਫਿਰ ਜਿਹੜਾ ਜੰਗਲ ਦਾ ਸਫ਼ਰ ਆ ਜਿੱਥੋਂ ਬਹੁਤ ਜ਼ਿਆਦਾ ਡੇਂਜਰਸ ਨੇ ਨਾ ਉਹ ਜੰਗਲ ਦਾ ਸਫ਼ਰ ਤਾਂ ਇਹ ਕਿੰਨੇ ਦਿਨ ਦਾ ਸਫ਼ਰ ਸੀ ਬਈ ਸੁੰਦਰ ਜੰਗਲ ਸੁੰਦਰ ਜੰਗਲ ਇਹ ਸਾਰਾ ਮੰਨ ਕੇ ਚੱਲੋ ਵੀ ਸਾਨੂੰ ਨੀਅਰ ਬੋਰਡ ਕੋਈ ਸਵਾ ਕ ਮਹੀਨਾ ਲੱਗਿਆ ਸੀ ਉਹ ਤੋੜਾ ਭਲਾ ਹੋ ਜੇ ਸਵਾ ਮਹੀਨੇ ਤੁਸੀਂ ਜੰਗਲਾਂ 'ਚ ਹੀ ਰਹੇ ਸਵਾ ਮਹੀਨਾ ਸੀ ਨਹੀਂ ਕੰਟਰੀ ਜੰਗਲ 'ਚ ਤਾਂ ਮੰਨ ਕੇ ਚੱਲੋ ਵੀ ਇਹ ਟ੍ਰੈਵਲਿੰਗ 'ਚ ਲੱਗ ਗਿਆ ਹਾਂ ਸਵਾ ਮਹੀਨਾ ਜਿਹੜਾ ਅਸੀਂ ਬਲੀਵਿਆ ਤੋਂ ਲੈ ਕੇ ਮੈਕਸੀਕੋ ਵੀ ਸਾਨੂੰ ਨੀਅਰ ਅਬਾਉਟ 2 ਮਹੀਨਾ ਸਵਾ ਮਹੀਨਾ ਲੱਗ ਗਿਆ ਕਿਉਂਕਿ ਹੁਣ ਜਦੋਂ ਇੱਕ ਜਗ੍ਹਾ ਤੇ ਜਾ ਕੇ ਰੁਕ ਜਾਂਦੇ ਆ ਤਾਂ ਕਈ ਵਾਰੀ ਉੱਥੇ ਬੰਦੇ ਇਕੱਠੇ ਕਰਦੇ 2-3 ਦਿਨ ਵੀ ਲੱਗ ਜਾਂਦੇ ਉਹਨਾਂ ਨੂੰ ਕਿਉਂਕਿ ਦੇਖੋ ਐਂਡ 'ਚ ਕਿੰਨੇ ਬੰਦੇ ਪਹੁੰਚਦੇ ਨੇ ਬਾਈ ਫਿਰ ਉੱਥੇ ਮੈਕਸੀਕੋ ਮੈਕਸੀਕੋ ਤਾਂ ਐਂਡ ਤੇ ਮੇਰੇ ਹਿਸਾਬ ਨਾਲ ਵੀ 70-80 ਬੰਦੇ ਹੁੰਦੇ ਘੱਟੋ ਘੱਟ ਜਦੋਂ ਗੁਆਟੇਮਾਲਾ ਤੋਂ ਅਸੀਂ ਮਤਲਬ ਪੂਰੀ ਲਾਈਨ ਚੱਲਦੀ ਹੈ ਪੂਰੀ ਲਾਈਨ 10-10 ਦਾ ਗਰੁੱਪ ਜੋ ਉਦੋਂ ਤਾਂ ਫਿਰ 70-80 ਬੰਦੇ ਇਕੱਠੇ ਹੀ ਚੱਲਦੇ ਆ ਨਾ ਲੈ ਕੇ ਫਿਰ ਪਹੁੰਚ ਗਏ ਮੈਕਸੀਕੋ ਬਾਈ ਤੁਸੀਂ ਜਦੋਂ ਅਸੀਂ ਗੁਆਟੇਮਾਲਾ ਚਲੇ ਜਾਂਦੇ ਆ ਨਾ ਉੱਥੇ ਬਕਾਇਦਾ ਜਿਹੜੇ ਰੂਮਾਂ ਦੇ ਵਿੱਚ ਸਾਨੂੰ ਰੱਖਿਆ ਜਾਂਦਾ ਆ ਬਾਹਰੋਂ ਜਿੰਦਰਾ ਲੱਗਿਆ ਹੁੰਦਾ ਅਸੀਂ ਬਾਹਰ ਨਹੀਂ ਨਿਕਲ ਸਕਦੇ ਠੀਕ ਹੈ ਇੱਕ ਘਰ ਦੇ ਵਿੱਚ ਉਦੋਂ ਦਾ ਨਾਲ ਉਹਦਾ ਜਿਹੜਾ ਡੋਂਕਰ ਹੁੰਦਾ ਉਹਦਾ ਘਰ ਹੁੰਦਾ ਆ